ਪ੍ਰਾਈਮ ਏਸ਼ੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾ ਵਾਲੀ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਹਰ ਰੋਜ਼ ਕਿਸੇ ਨਾ ਕਿਸੇ ਨਵੇਂ ਮਸਲੇ ਨੂੰ ਲੈ ਕੇ ਅਸੀਂ ਆਪ ਜੀ ਦੇ ਸਨਮੁੱਖ ਹਾਜ਼ਰ ਹੁੰਦੇ ਹਾਂ ਅਤੇ ਕੋਸ਼ਿਸ਼ ਕਰਦੇ ਹਾਂ ਕਿ ਉਸ ਮਸਲੇ ਨੂੰ ਸਮਝਿਆ ਜਾਵੇ ਕਿ ਅਸਲ 'ਚ ਉਹ ਮਸਲਾ ਹੈ ਵੀ ਕਿ ਨਹੀਂ ਵੀ ਹੈ ਜਾਂ ਉਹਨੂੰ ਬਣਾ ਲਿਆ ਗਿਆ। ਅਤੇ ਅੱਜ ਜਿਹੜੀ ਗੱਲਬਾਤ ਹੈ ਉਹ ਜ਼ਿਆਦਾਤਰ ਹੋਏਗੀ ਪੰਥਕ ਮਸਲਿਆਂ ਦੇ ਉੱਪਰ। ਜੇਕਰ ਆਪਾਂ ਸਿੱਖੀ ਦੀ ਗੱਲ ਕਰੀਏ ਤਾਂ ਸਿੱਖੀ ਜਦੋਂ ਬਾਬੇ ਨਾਨਕ ਨੇ ਇੱਕ ਬੀਜ ਬੋਇਆ ਸੀ ਤਾਂ ਉਹ ਕਿਸੇ ਹੋਰ ਪਾਸੇ ਦੀ ਗੱਲ ਸੀ, ਉਹ ਗੱਲਾਂ ਕੁਛ ਹੋਰ ਕਹਿੰਦੀਆਂ ਸੀ। ਪਰ ਜਦੋਂ ਅਸੀਂ ਹੁਣ ਗੱਲ ਕਰਦੇ ਹਾਂ ਸਿੱਖੀ ਦੀ ਤਾਂ ਉਹ ਪਤਾ ਨਹੀਂ ਕਿਵੇਂ ਆਪਸ ਦੇ ਵਿੱਚ ਹੀ ਵੰਡੇ ਜੇ ਨਜ਼ਰ ਆਉਂਦੇ ਹਾਂ ਅਸੀਂ। ਆਪਾਂ ਸਿੱਖ ਹੀ ਸਿੱਖ ਦੇ ਵਿਰੋਧੀ ਬਣੇ ਬੈਠੇ ਹਾਂ ਅਤੇ ਹਰ ਰੋਜ਼ ਜਿਹੜੀਆਂ ਅਖਬਾਰਾਂ 'ਚ ਖਬਰਾਂ ਆਉਂਦੀਆਂ ਨੇ, ਟੀ ਵੀ 'ਤੇ ਆਪਾਂ ਦੇਖਦੇ ਸੁਣਦੇ ਹਾਂ, ਰੇਡੀਓ ਦੇ ਉੱਪਰ ਤਕਰਾਰਾਂ ਹੁੰਦੀਆਂ ਨੇ, ਅਤੇ ਉਹਨਾਂ ਤਕਰਾਰਾਂ ਤੋਂ ਬਾਅਦ ਫਿਰ ਵੱਡੇ ਫੈਸਲੇ ਅਕਾਲ ਤਖ਼ਤ ਸਾਹਿਬ ਤੋਂ ਆਉਂਦੇ ਨੇ। ਉਹ ਸਾਰੇ ਕੁਛ ਦੇ ਨਾਲ ਜਿਹੜੇ ਇੱਕ ਆਮ ਸਿੱਖ ਹੈ ਉਹ ਕਈ ਵਾਰ ਸੋਚਦਾ ਵੀ ਯਾਰ ਇਹ ਚੱਲੀ ਕੀ ਜਾਂਦਾ, ਇਹ ਬਾਬੇ ਜਾਂ ਤਾਂ ਬਾਹਲੇ ਸਿਆਣੇ ਹੋ ਗਏ ਜਾਂ ਫਿਰ ਜਿਹੜਾ ਰਸਤਾ ਸਾਨੂੰ ਸਾਡੇ ਗੁਰੂ ਸਾਹਿਬ ਦੱਸ ਕੇ ਗਏ ਸੀ ਅਸੀਂ ਉਸ ਰਸਤੇ ਤੋਂ ਭਟਕ ਕੇ ਕਿਸੇ ਹੋਰ ਪਾਸੇ ਜਾ ਵੜੇ ਹਾਂ। ਬਹੁਤ ਸਾਰੀਆਂ ਗੱਲਾਂ ਤੁਹਾਡੇ ਜ਼ਿਹਨ 'ਚ ਹੋਣਗੀਆਂ ਅਤੇ ਅਸੀਂ ਵੀ ਸੋਚਿਆ ਕਿ ਇਹਨਾਂ ਸਾਰੇ ਮਸਲਿਆਂ ਨੂੰ ਕਿਉਂ ਅੱਜ ਆਪਾਂ ਇੱਥੇ ਕਿਉਂ ਨਾ ਆਪਾਂ ਇੱਥੇ ਵਿਚਾਰੀਏ। ਅਤੇ ਵਿਚਾਰਨ ਦੇ ਲਈ ਅਸੀਂ ਸੱਦਾ ਦਿੱਤਾ ਇੰਦਰਜੀਤ ਸਿੰਘ ਗੋਗਵਾਣੀ ਹੋਰਾਂ ਨੂੰ ਜਿਹੜੇ ਕਿ ਆਪਣੇ ਨਾਲ ਨੇ। ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਗੋਗਵਾਣੀ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਤੁਹਾਨੂੰ ਅੱਜ ਅਤੇ ਮਿਹਰਬਾਨੀ ਤੁਸੀਂ ਸਮਾਂ ਕੱਢਿਆ, ਅਸੀਂ ਚਾਹੁੰਦੇ ਸੀਗੇ ਕਿ ਇਹਨਾਂ ਸਾਰੇ ਮਸਲਿਆਂ ਦੇ ਉੱਪਰ ਵਿਚਾਰ ਚਰਚਾ ਕਰੀਏ। ਹਾਂਜੀ, ਜੇ ਆਪਾਂ ਅਜੋਕੇ ਮਾਹੌਲ ਨੂੰ ਦੇਖਦੇ ਹਾਂ ਨਾ ਤਾਂ ਮੈਂ ਪਾਸਿਓਂ ਖੜ੍ਹ ਕੇ ਜੇ ਦੇਖਾਂ, ਜੇ ਤੁਸੀਂ ਉਹਦੇ 'ਚ ਇਨਵੋਲਵ ਨਾ ਹੋ, ਐਂਡ ਮੈਨੂੰ ਇਹ ਵੀ ਲੱਗਦਾ ਹੁੰਦਾ ਕਿ 70-80% ਜਿਹੜੇ ਸਿੱਖ ਨੇ ਉਹ ਲਗਭਗ ਇਹ ਸਾਰੇ ਕੁਛ ਨੂੰ ਇੱਦਾਂ ਹੀ ਦੇਖਦੇ, ਕਿਉਂਕਿ ਉਹਨਾਂ ਦਾ ਮੋਟਿਵ ਹੈ ਕਿ ਅਸੀਂ ਪਰਮਾਤਮਾ ਦਾ ਨਾਂ ਲੈਣਾ, ਬਾਬੇ ਦੇ ਘਰ ਜਾ ਕੇ ਮੱਥਾ ਟੇਕਣਾ, ਆਪਣੇ ਦਿਲ ਦੀ ਮਨ ਦੀ ਅਰਦਾਸ ਕਰਨੀ ਆ ਅਤੇ ਧੰਨ ਗੁਰੂ ਵਾਹਿਗੁਰੂ ਕਰਕੇ ਘਰੇ ਮੁੜੇ ਆਉਣਾ। ਕੋਈ ਕਿਸੇ ਨਾਲ ਡਾਂਗਾਂ ਖੜਕਾਈ ਜਾਵੇ, ਕੋਈ ਕਿਰਪਾਨਾਂ ਖੜਕਾਈ ਜਾਵੇ, ਕੋਈ ਕਿਸੇ ਦਾ ਵਿਰੋਧ ਕਰੀ ਜਾਵੇ, ਬਹੁਤੇ ਸਿੱਖਾਂ ਨੂੰ ਇਹਦੇ ਨਾਲ ਲੈਣਾ ਦੇਣਾ ਹੈ। ਬਿਲਕੁਲ। ਪਰ ਸਵਾਲ ਇਹ ਹੈ ਕਿ ਇਹ ਨੌਬਤ ਇੱਥੋਂ ਤੱਕ ਅਪੜੀ ਕਿਉਂ ਸਮਝਦੇ ਹੋ ਤੁਸੀਂ? ਦੇਖੋ, ਇਹ ਨਾ ਮੈਨੂੰ ਜੋ ਸਾਰਾ ਵਰਤਾਰਾ ਲੱਗਦਾ ਜਿਹੜਾ ਅੱਜ ਸਾਡੇ ਹਾਲਾਤ ਨੇ ਇਹਨਾਂ ਦਿਨਾਂ ਦੇ, ਇਹ ਇੱਕ ਦਿਨ ਵਿੱਚ ਤਾਂ ਪੈਦਾ ਨਹੀਂ ਹੋਏ ਜੀ। ਇਹ 84 ਦੇ ਘੱਲੂਘਾਰੇ ਤੋਂ ਬਾਅਦ ਬਹੁਤ ਸਾਰੇ ਉਹ ਮੁੱਦੇ ਜਿਹੜੇ ਉਭਾਰੇ ਗਏ, ਇਹਦੇ ਬਾਰੇ ਮੈਨੂੰ ਬੜੇ ਮੇਰੇ ਕੋਲ ਹਵਾਲੇ ਆ ਜਿਹਨਾਂ ਲੋਕਾਂ ਨਾਲ ਗੱਲਾਂ ਹੋਈਆਂ, ਜਿਹੜੇ ਸਾਡੇ ਮੁੱਦੇ ਹੈ ਨਹੀਂ, ਉਹਨਾਂ ਵਿੱਚ ਕੌਮ ਨੂੰ ਉਲਝਾ ਦਿੱਤਾ ਗਿਆ ਜੀ। ਔਰ ਉਹ ਬੇਲੋੜੇ ਮੁੱਦੇ ਨੇ, ਉਹਨਾਂ ਨੂੰ ਤੁਸੀਂ ਸੈਂਕੜੇ ਸਾਲਾਂ ਤੱਕ ਇਵੇਂ ਜੇ ਰਿੜਕੀ ਜਾਓ ਤਾਂ ਮੈਂ ਸਮਝਦਾ ਇਹ ਪਾਣੀ 'ਚ ਮਧਾਣੀ ਪਾਈ ਜਾ ਰਹੀ ਹੈ, ਨਿਕਲਣਾ ਕੁਛ ਨਹੀਂ। ਹਾਂ, ਮਤਲਬ ਕੋਈ ਠੀਕ ਆ, ਰਾਗਮਾਲਾ ਦਾ ਇੱਕ ਪੁਰਾਣਾ ਮਸਲਾ ਸੀ, ਪਰ ਸਾਡੇ ਬਜ਼ੁਰਗਾਂ 'ਚ ਕੋਈ ਲੜਾਈ ਨਹੀਂ ਸੀ, ਨਾ ਕੋਈ ਦਸਮ ਬਾਣੀ ਦੀ ਸੀ, ਨਾ ਕੋਈ ਜਿਹੜੀ ਹੁਣ ਹੈ ਸਰੋਵਰਾਂ ਦੇ ਪ੍ਰਤੀ, ਹਰਿਮੰਦਰ ਸਾਹਿਬ ਦੇ ਪ੍ਰਤੀ, ਨਿਤਨੇਮ ਪ੍ਰਤੀ, ਜਾਂ ਹੁਣ ਆਪਸੀ ਟਕਰਾਓ ਵਿੱਚ ਜਿਸ ਤਰ੍ਹਾਂ ਦਾ ਸਾਡਾ ਰੋਜ਼ਾਨਾ ਇੱਕ ਤਮਾਸ਼ਾ ਬਣ ਕੇ ਮਤਲਬ ਇਹਨੂੰ ਰਹਿ ਗਿਆ। ਔਰ ਇਹਦੇ ਵਿੱਚ ਕੁਝ ਲੋਕਾਂ ਨੂੰ ਭਰਮ ਹੈ, ਕੁਝ ਲੇਖਕਾਂ ਨੂੰ, ਪ੍ਰਚਾਰਕਾਂ ਨੂੰ, ਵੀ ਸ਼ਾਇਦ ਜਿਹੜਾ ਵੱਡਾ ਆਲੋਚਕ ਹੁੰਦਾ ਨਾ ਤਾਂ ਉਹਨੂੰ ਵਿਦਵਾਨ ਮੰਨ ਲਿਆ ਜਾਏਗਾ, ਇਹਨੂੰ ਸਮਝ ਜਾ। ਮੈਂ ਹਾਂ, ਸਮਝ ਜਾਂਦੇ ਆ। ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਜਿਹੜਾ ਆਲੋਚਕ ਆ ਨਾ, ਇਹ ਤਾਂ ਕਿਸੇ ਜਿਹੜਾ ਸਾਡਾ ਇਹਦਾ ਪੈਮਾਨਾ, ਇਹ ਬਹੁਤ ਸਿਆਣਾ ਔਰ ਬੈਲੈਂਸ ਪਰਸਨੈਲਿਟੀ ਹੁੰਦਾ ਸੀ ਜੀ, ਨਾ ਕਿ ਜਿਹੜਾ ਉੱਠਿਆ ਜੋ ਮਰਜ਼ੀ ਲਿਖੀ ਜਾਵੇ, ਜੋ ਮਰਜ਼ੀ ਸੋਸ਼ਲ ਮੀਡੀਆ 'ਤੇ ਪਾਈ ਜਾਵੇ, ਜੋ ਮਰਜ਼ੀ ਬੋਲੀ ਜਾਵੇ, ਇਹ ਕੋਈ ਆਲੋਚਨਾ ਦਾ ਮਿਆਰ ਨਹੀਂ ਹੈ। ਬਿਲਕੁਲ ਸਹੀ। ਕਿਉਂਕਿ ਇਹ ਆਲੋਚਨਾ ਨਹੀਂ ਹੈ, ਇਹ ਤਾਂ ਹੈਗੀ ਘਟੀਆ ਦਰਜੇ ਦੀ ਨੁਕਤਾਚੀਨੀ, ਦੂਸਰੇ ਨੂੰ ਨੀਵਾਂ ਦਿਖਾਉਣਾ ਜੀ। ਅਤੇ ਇਹਦੇ ਵਿੱਚ ਇਹਨਾਂ ਨੇ ਨਾ ਤਾਂ ਕਿਸੇ ਪਰੰਪਰਾ ਨੂੰ ਛੱਡਿਆ, ਜਿਹੜੀ ਸਿੱਖ ਪਰੰਪਰਾਵਾਂ ਨੇ, ਸਿੱਖ ਮਰਿਆਦਾਵਾਂ ਨੇ, ਜਾਂ ਜਿਹੜੇ ਲੋਕ ਵਿਸ਼ਵਾਸ, ਜਾਂ ਜਿਵੇਂ ਤੁਸੀਂ ਕਿਹਾ ਵੀ 80% ਜਿਹੜਾ ਸਮਾਜ ਹੈ, 80-85 ਲਾ ਲਓ, 90 ਲਾ ਲਓ, ਉਹ ਆਪਦੀ ਇੱਕ ਜੀਵਨ ਕਿਰਤ ਕਰਦਾ ਔਰ ਉਹ ਧਰਮ ਸਥਾਨਾਂ 'ਤੇ ਨਮਸਕਾਰ ਕਰਨ ਜਾਂਦਾ, ਜਾਂ ਆਪਦੇ ਦੁੱਖ ਸੁੱਖ ਫੋਲਦਾ, ਜਾਂ ਗੁਰੂ ਅੱਗੇ ਅਰਦਾਸ ਕਰਦਾ, ਉਹਨੂੰ ਵੀ ਐਂ ਲੱਗਦਾ ਵੀ ਉਹ ਪਾਸੇ ਖੜ੍ਹਾ ਇੱਕ ਵਿਚਾਰਾ ਨਿਹੱਥਾ ਜਿਹਾ ਹੋ ਗਿਆ ਵੀ ਇਹ ਕਰ ਕੀ ਰਹੇ ਨੇ, ਇੰਨੀ ਤਮਾਸ਼ਬੀਨੀ ਦਾ ਕਿਤੇ ਗੁੰਜਾਇਸ਼ ਹੈ ਸੀ ਜੀ। ਪਰ ਇਹ ਜੇ ਲੋਕ ਤਮਾਸ਼ਾ ਜਿਹਾ ਬਣਾਤਾ ਇਹਨਾਂ ਲੋਕਾਂ ਨੇ ਜੀ, ਤਾਂ ਮੈਨੂੰ ਜਦੋਂ ਇਹਨਾਂ ਸਾਰਿਆਂ ਲੋਕਾਂ ਲਈ ਵੇਖੀਦਾ ਵੀ ਇਹਨਾਂ ਦਾ ਮਿਆਰ ਕਿੱਡਾ ਉੱਚਾ ਹੈ, ਮਤਲਬ ਨਾ ਤਾਂ ਕੋਈ ਐਜੂਕੇਸ਼ਨ ਦਾ ਲੈਵਲ ਹੈ, ਬਿਲਕੁਲ ਸਹੀ, ਨਾ ਕੋਈ ਬੰਦਗੀ ਸਿਮਰਨ ਵਾਲੀ ਗੱਲ ਬਣ ਰਹੀ ਕੋਈ ਵੀ, ਕੋਈ ਬਹੁਤ ਵੱਡੀਆਂ ਰੂਹਾਨੀਅਤ ਵਾਲੀਆਂ ਇਹ ਰੂਹਾਂ ਨੇ, ਤਾਂ ਇਹ ਫਿਰ ਖਾਲੀ ਢੋਲ ਦਾ ਖੜਕਣਾ ਕੁਦਰਤੀ ਹੈ ਕਿ ਫਿਰ ਉਹ ਜਗ ਤਮਾਸ਼ਾ ਹੀ ਹੁੰਦਾ, ਔਰ ਜਗ ਤਮਾਸ਼ਾ ਦੇਖ ਰਿਹਾ। ਬਿਲਕੁਲ ਸਹੀ। ਉਹ ਕਹਿੰਦੇ ਨੇ ਰੋਟੀਆਂ ਖਾਤਰ ਪੂੜੇ ਤਾਲ, ਉਹ ਵਾਲਾ ਕੰਮ ਚੱਲ ਰਿਹਾ। ਹਾਂ, ਅਤੇ ਇਹ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ, ਜਿੱਦਾਂ ਤੁਸੀਂ ਕਈ ਵਾਰ ਜ਼ਿਕਰ ਕਰਦੇ ਹੁੰਦੇ ਹੈ ਕਿ ਵੀ ਜਦੋਂ 84 ਦੀ ਗੱਲ ਹੋਈ ਤਾਂ 84 ਤੋਂ ਬਾਅਦ ਪਹਿਲਾਂ ਸ਼ਾਇਦ ਸਰਕਾਰਾਂ ਦਾ ਧਿਆਨ ਉੱਧਰ ਨਹੀਂ ਸੀਗਾ, ਪਰ ਫਿਰ ਉਹਨਾਂ ਨੂੰ ਲੱਗਿਆ ਕਿ ਅੱਛਾ ਇਹ ਕਿਤੇ ਨਾ ਕਿਤੇ ਭੁੜਕ ਸਕਦੇ ਆ, ਜਾਂ ਭੁੜਕ ਡੰਡਿਓਂ ਪਾਰ ਹੋ ਸਕਦੇ ਆ। ਬਿਲਕੁਲ। ਅਤੇ ਉਹਨਾਂ ਨੇ ਆਪਣੇ ਹਿਸਾਬ ਨਾਲ ਕੋਈ ਨਾ ਕੋਈ ਵਿੱਚ ਬੰਦਾ ਪਲਾਂਟ ਕਰ ਛੱਡਿਆ। ਹਾਂਜੀ। ਤੁਹਾਨੂੰ ਨਹੀਂ ਲੱਗਦਾ ਕਿ
ਉਹ ਵੀ ਕਿਤੇ ਨਾ ਕਿਤੇ ਜਿਹੜੇ ਉਦੋਂ ਦੇ ਬੀਜ ਬੋਏ ਸੀ ਚਾਹੇ ਕੰਡਿਆਲੀ ਥੋਰ ਦੇ ਸੀਗੇ ਉਹ ਵੀ ਫੁੱਟ ਆਇਆ ਹੁਣ। ਬਿਲਕੁਲ, ਅਸੀਂ ਅੰਗਰੇਜ਼ਾਂ ਨੂੰ ਤਾਂ ਕਹਿੰਦੇ ਹਾਂ ਵੀ ਉਹ ਕਹਿੰਦੇ ਪਾੜੋ ਅਤੇ ਰਾਜ ਕਰੋ ਦੀ ਨੀਤੀ ਹੈ ਜੀ, ਪਰ ਬੇਸਿਕਲੀ ਕਿਸੇ ਵੀ ਧਰਤੀ ਦੇ ਉੱਤੇ ਜਿਹੜੀਆਂ ਰਾਜ ਸੱਤਾ ਵਾਲੀਆਂ ਪਾਰਟੀਆਂ ਹੁੰਦੀਆਂ ਉਹ ਲੋਕ ਮੁੱਦਿਆਂ ਨੂੰ ਵਹਿੰਦੀਆਂ ਵੀ ਜਿਹੜੀਆਂ ਕੌਮਾਂ, ਇਹ ਇਸ ਕੋਈ ਦੋ ਰਾਵਾਂ ਨਹੀਂ ਕਿ ਸਿੱਖ ਇੱਕ ਮਾਰਸ਼ਲ ਕੌਮ ਹੈ ਜੀ, ਪਰ ਮਾਰਸ਼ਲ ਤੋਂ ਪਹਿਲਾਂ ਇਹ ਗਿਆਨਮਈ ਕੌਮ ਹੈ, ਕਿਉਂਕਿ ਸ਼ਬਦ ਗੁਰੂ ਦੇ ਪੁਜਾਰੀ ਨੇ ਜਿਨ੍ਹਾਂ ਦਾ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਵਿਸ਼ਵ ਸ਼ਾਂਤੀ ਦਾ ਸੰਦੇਸ਼ ਦਿੰਦਾ, ਜਿਹਦੇ ਵਿੱਚ ਭਗਤਾਂ ਭੱਟਾਂ ਦੀ ਗੁਰਸਿੱਖਾਂ ਦੀ ਬਾਣੀ ਨੂੰ ਵੀ ਬਰਾਬਰ ਦਰਜਾ ਦਿੱਤਾ ਜੀ, ਜਿਹਦੇ ਵਿੱਚ ਜੈਦੇਵ ਬ੍ਰਾਹਮਣ ਵੀ ਹੋ ਸਕਦਾ ਅਤੇ ਸੂਫੀ ਸੰਤ ਬਾਬਾ ਫਰੀਦ ਵੀ ਹੋ ਸਕਦਾ ਅਤੇ ਸਦਨ ਇਹਨੂੰ ਕਸਾਈ ਵੀ ਕਹਿ ਲੈਂਦੇ ਅਤੇ ਧੰਨਾ ਇੱਕ ਜ਼ਿਮੀਂਦਾਰ ਵੀ ਹੋ ਸਕਦਾ। ਬਿਲਕੁਲ, ਇਹ ਰੂਹਾਨੀਅਤ ਦੇ ਇੱਕ ਬਹੁਤ ਵੱਡੀਆਂ ਡੂੰਘੀਆਂ ਗੱਲਾਂ ਨੇ ਵੀ ਇਹਨਾਂ ਸਾਰਿਆਂ ਨੂੰ ਇੱਕ ਥਾਲ ਵਿੱਚ ਪਰੋਸ ਦੇਣਾ। ਤਾਂ ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਗਿਆਨ ਦਾ ਖੇਤਰ ਹੈ ਉਹ ਬਹੁਤ ਉੱਚਾ ਹੋਣਾ ਚਾਹੀਦਾ ਸੀ ਜੀ। ਹੁਣ ਤੁਸੀਂ ਅੱਜ ਦੇ ਯੁੱਗ ਵਿੱਚ ਬਹੁ ਗਿਣਤੀ ਕਥਾ ਵੀ ਸੁਣੋਗੇ ਤਾਂ ਉਹ ਕਥਾ ਨਹੀਂ ਕਰ ਰਹੇ, ਸ਼ਬਦ ਦੀ ਕਥਾ ਨਹੀਂ ਹੋ ਰਹੀ, ਉਹ ਇੱਕ ਅਲਾਂਬੇ ਦਿੱਤੇ ਜਾ ਰਹੇ ਇੱਕ ਦੂਜੇ ਨੂੰ। ਬਿਲਕੁਲ ਸਹੀ ਗੱਲ। ਔਰ ਜਿਹੜਾ ਸਾਡਾ ਸਿਮਰਨ ਜਾਂ ਪਾਠ ਕਰਨਾ, ਠੀਕ ਹੈ ਕਿਸੇ ਵੀ ਕੌਮ ਵਿੱਚ ਕੋਈ ਵੀ ਧਰਮ ਹੋਵੇ, ਸਾਰੇ ਬੰਦੇ ਸੰਤ ਨਹੀਂ ਹੁੰਦੇ, ਸਾਰੇ ਸਾਧੂ ਨਹੀਂ ਹੁੰਦੇ, ਇਹ ਇਸੇ ਤਰ੍ਹਾਂ ਹੀ ਚੱਲਦਾ ਹੁੰਦਾ ਸਮਾਜ। ਪਰ ਘੱਟੋ ਘੱਟ ਕੁਝ ਲੋਕ ਉਸ ਸਿਧਾਂਤ 'ਤੇ ਤਾਂ ਪਹਿਰਾ ਦੇਣ ਵੀ ਕੋਈ ਸਿਮਰਨ ਦਾ ਵੀ ਮਤਲਬ ਹੈ, ਕੋਈ ਪਾਠ ਦਾ ਵੀ ਮਤਲਬ ਹੈ, ਕੋਈ ਰੂਹਾਨੀਅਤ ਵੀ ਹੈ, ਕੋਈ ਅਧਿਆਤਮਿਕ ਸ਼ਾਂਤੀ ਵੀ ਹੈ ਜੀ। ਉਹ ਸੀਤਲ ਦਾਸ ਨਾਂ ਰੱਖਣ ਨਾਲ ਤਾਂ ਬੰਦੇ ਨੇ ਠੰਡਾ ਨਹੀਂ ਨਾ ਹੋ ਜਾਣਾ। ਮੈਂ ਅੱਗੇ ਕਹਿੰਦਾ ਹੁੰਦਾ ਵੀ ਉਹ ਕਿਸੇ ਨੇ ਪੁੱਛਿਆ ਤੇਰਾ ਨਾਂ ਕੀ, ਕਹਿੰਦਾ ਸੀਤਲ ਦਾਸ, ਅਤੇ ਉਹ ਕਹਿੰਦਾ ਬਾਬਾ ਜੀ ਕਮਾਲ ਦੇ ਹੋ ਤੁਸੀਂ, ਤੁਹਾਡਾ ਨਾਂ ਵੀ ਸੀਤਲ ਦਾਸ ਅਤੇ ਤੁਹਾਡੇ ਬੋਲ ਵੀ ਬੜੇ ਠੰਡੇ ਨੇ ਜੀ। ਤਾਂ ਕਹਿੰਦੇ ਉਹਨੇ ਕੋਹ ਕਵਾਟ ਗਿਆ, ਉਹਨੇ ਫਿਰ ਨਾਂ ਪੁੱਛ ਲਿਆ ਜਾਣ ਕੇ, ਬਾਬਾ ਜੀ ਨਾਂ ਕੀ ਆ, ਕਹਿੰਦਾ ਤੈਨੂੰ ਦੱਸਿਆ ਸੀਤਲ ਦਾਸ। ਤੀਜੀ ਇੱਕ ਵਾਰ ਉਹਨੇ ਫਿਰ ਪੁੱਛਿਆ, ਕਹਿੰਦਾ ਤੂੰ ਮੇਰੇ ਨਾਂ ਭੁੱਲ ਜਾਣਾ ਸੀ। ਜੋ ਚੌਥੀ ਵਾਰ ਪੁੱਛਿਆ ਤਾਂ ਚਮਟਾ ਲੈ ਕੇ ਗਲ ਪੈ ਗਿਆ, ਕਹਿੰਦਾ ਮੂਰਖਾ ਨਾ ਤੂੰ, ਵਾਰ ਵਾਰ ਮੈਂ ਤੈਨੂੰ ਕਿਹਾ ਮੇਰਾ ਨਾਂ ਸੀਤਲ ਦਾਸ ਹੁੰਦਾ, ਬਾਬਾ ਜੀ ਮੈਂ ਵੀ ਪਰਖੀ ਕਰਦਾ ਸੀਗਾ ਅਤੇ ਨਾ ਹੀ ਸੀਤਲ ਦਾਸ ਆ ਕਿ ਅੰਦਰੋਂ ਵੀ ਠੰਡੇ ਠੁੰਡੇ ਹੈਗੇ, ਤੁਹਾਡਾ ਚੌਥੀ ਵਾਰ ਨਾਂ ਪੁੱਛਿਆ ਤੁਸੀਂ ਗਲ ਪੈ ਗਏ ਹੋ ਜੀ। ਇਸ ਕਰਕੇ ਨਾਂ ਰੱਖਣ ਨਾਲ ਜਾਂ ਉਹ ਗੱਲ ਨਹੀਂ ਬਣਨੀ, ਉਹ ਹੈਗਾ ਕਿ ਤੁਹਾਡੀ ਅੰਦਰ ਵਿਚਾਰ ਸ਼ਕਤੀ ਕਿੱਡੀ ਕੁ ਵੱਡੀ ਆ। ਤਾਂ ਕਈ ਵਾਰੀ ਤਾਂ ਐਂ ਲੱਗਦਾ ਵੀ ਇਹ ਕੇਵਲ ਇੱਕ ਜਿਹੜਾ ਟਕਰਾਓ ਹੈ, ਖਾਸ ਕਰਕੇ ਜਿਹੜਾ ਸ਼ਬਦ ਸਾਡੇ ਹੁਣ ਬੜਾ ਖਟਕਦਾ ਵੀ ਹੈ, ਸੰਪਰਦਾਵਾਂ ਦਾ ਅਤੇ ਮਿਸ਼ਨਰੀਆਂ ਦਾ ਟਕਰਾਓ ਜੀ, ਇਹਨੂੰ ਸਾਨੂੰ ਫਰਾਕਦਲੀ ਨਾਲ ਗੱਲ ਕਰ ਲੈਣੀ ਚਾਹੀਦੀ ਆ, ਬੜੀ ਲੋੜ ਹੈ ਜੀ ਇਹਦੀ। ਮੈਂ ਤਾਂ ਅੱਗੇ ਵੀ ਕਈ ਵਾਰਾਂ ਕਹਿ ਚੁੱਕਾ ਕਿ ਸੋਸ਼ਲ ਮੀਡੀਆ 'ਤੇ ਨਾ ਜੀ ਸ਼ੀਆ ਸੁੰਨੀ ਸ਼ਬਦ ਲੋਕ ਵਰਤਣ ਲੱਗ ਗਏ। ਬਿਲਕੁਲ, ਅਤੇ ਜੇ ਤਾਂ ਉਸ ਪਾਸੇ ਜਾਣਾ ਤਾਂ ਮੇਰਾ ਖਿਆਲ ਮੋਢੀ ਜਿਹੜੇ ਨੇ ਉਹ ਸਿਰ ਜੋੜ ਕੇ ਬਹਿ ਜਾਣ ਵੀ ਅਸੀਂ ਵੀ ਮੰਨ ਲੈਂਦੇ ਹਾਂ ਜੀ ਵੀ ਅਸੀਂ ਵੀ ਪਾਰਟੀ ਅੰਦਰੋਂ, ਅਤੇ ਫਿਰ ਤਾਂ ਲੜਾਈ ਮੁੱਕ ਗਈ, ਲੋਕਾਂ ਨੂੰ ਵੀ ਸਮਝ ਆ ਜਾਏ ਵੀ ਤੁਸੀਂ ਵੀ ਪਾਟ ਗਏ ਵੀ ਤੁਹਾਡੀਆਂ ਧਿਰਾਂ ਬਣ ਗਈਆਂ। ਬਿਲਕੁਲ, ਅਤੇ ਜੇ ਤੁਸੀਂ ਮੰਨਣਾ ਵੀ ਨਹੀਂ ਅਤੇ ਸਿੰਘ ਵੀ ਫਸਾਈ ਜਾਣੇ ਤਾਂ ਫਿਰ ਉਹਦਾ ਫਾਇਦਾ ਕੀ? ਇਹਦੇ 'ਚ ਮੈਂ ਕਹਿੰਦਾ ਉਹਨਾਂ ਵੀ ਦੇਖੋ ਜਿਹੜੀਆਂ ਸਾਡੀਆਂ ਸੰਪਰਦਾਵਾਂ ਟਕਸਾਲਾਂ ਨੇ ਜੀ, ਇਹ ਮਿਸ਼ਨੀ ਕਾਲਜਾਂ ਦੀ ਹੋਂਦ ਤੋਂ ਬਹੁਤ ਪੁਰਾਣੀਆਂ ਨੇ ਜੀ। ਪਹਿਲਾ ਮਿਸ਼ਨੀ ਕਾਲਜ 1 ਅਕਤੂਬਰ 1927 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਵਿਖੇ ਬਣਾਇਆ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਜੀ। ਕੇਵਲ 10 ਵਿਦਿਆਰਥੀ ਭਰਤੀ ਕੀਤੇ, 8 ਮੈਟ੍ਰਿਕ ਪਾਸ ਅਤੇ 2 ਅੰਡਰ ਮੈਟ੍ਰਿਕ, ਇੰਨਾ ਹੀ ਮਤਾ ਸੀ ਜੀ। ਔਰ ਇਹਨੂੰ ਖਾਲਸਾ ਕਾਲਜ ਦੇ ਪ੍ਰੋਫੈਸਰ ਪੜ੍ਹਾਉਣ ਆਉਂਦੇ ਹੁੰਦੇ ਸਨ, ਔਰ ਪ੍ਰਿੰਸੀਪਲ ਗੰਗਾ ਸਿੰਘ ਪਹਿਲੇ ਪ੍ਰਿੰਸੀਪਲ ਸਨ, ਜਿਨ੍ਹਾਂ ਨੂੰ ਮਸਕੀਮ ਸਾਹਿਬ ਵੀ ਕਹਿੰਦੇ ਹੁੰਦੇ ਸਨ, ਵੀ ਐਡੇ ਡੂੰਘੇ ਬਾਣੀ ਦੇ ਗਿਆਤਾ ਸਨ, ਫਾਰਸੀ ਦੇ ਵਿਦਵਾਨ ਸਨ, ਔਰ ਜਨਤਾ ਵਿੱਚ ਕਿਵੇਂ ਬੋਲੀਏ ਪਹਿਲੀ ਪੁਸਤਕ ਵੀ ਉਹਨਾਂ ਨੇ ਲਿਖੀ ਆ, ਜਿਹੜੀ ਗਾਈਡਲਾਈਨ ਸੀ ਸਾਡੇ ਅੱਜ ਵੀ ਪ੍ਰਚਾਰਕਾਂ ਵਾਸਤੇ, ਕਥਾਵਾਚਕਾਂ ਵਾਸਤੇ। ਔਰ 1927 ਤੋਂ ਪਹਿਲਾਂ ਪ੍ਰਚਾਰ ਕੌਣ ਕਰਦਾ ਸੀ? ਇਹ ਸਾਡੀਆਂ ਸੰਪਰਦਾਵਾਂ ਟਕਸਾਲਾਂ ਪੁਰਾਤਨ ਸਮੇਂ ਤੋਂ ਤੁਰੀਆਂ ਆਉਂਦੀਆਂ ਜੀ। ਇਹਨੂੰ ਅਸੀਂ ਕਹਿੰਦੇ ਵੀ ਇਹ ਰਵਾਇਤੀ, ਜਿਵੇਂ ਬਾਬਾ ਦੀਪ ਸਿੰਘ ਤੋਂ ਦਮਦਮੀ ਟਕਸਾਲ ਸ਼ੁਰੂ ਹੋਈ, ਹੋਰ ਵੀ ਸੰਪਰਦਾਵਾਂ ਨੇ, ਭਾਈ ਮਨੀ ਸਿੰਘ ਦੀ ਪੀੜ੍ਹੀ ਵੀ ਚੱਲਦੀ ਆ, ਨਿਰਮਲੇ ਵੀ ਸਨ, ਅਦਾਸੀ ਵੀ ਸਨ ਜੀ। ਇਹ ਇੱਕ ਵਿੱਦਿਆ ਦਾ ਢੰਗ ਸੀਗਾ ਜੀ, ਔਰ ਇਹਨਾਂ ਕੋਲ ਜਿਹੜੀ ਵਿੱਦਿਆ ਸੀ, ਔਰ ਸਾਡਾ ਜਿਹੜਾ ਪਹਿਲਾ ਟੀਕਾ ਵੀ ਜਿਹਨੂੰ ਫਰੀਦਕੋਟੀਆ ਟੀਕਾ ਕਹਿੰਦੇ ਆ, ਉਹ ਸਾਡੇ ਉਹ ਸੰਪਰਦਾਈ ਲੋਕਾਂ ਦੀ ਦੇਣ ਹੈ ਜੀ। ਉਸ ਤੋਂ ਬਾਅਦ ਸਾਡਾ ਇੱਕ ਨਿਰਮਲਾ ਸਿੰਘ ਹੋਇਆ, ਗਿਆਨੀ ਬਿਸ਼ਨ ਸਿੰਘ ਲੱਖੋਵਾਲ, ਉਹ ਖਾਲਸਾ ਕਾਲਜ ਵਿੱਚ ਧਾਰਮਿਕ ਟੀਚਰ ਵੀ ਰਿਹਾ, ਗ੍ਰੰਥੀ ਵੀ ਰਿਹਾ, 1909 'ਚ ਆਇਆ ਸੀ। ਉਹਨੇ ਦਸਮ ਬਾਣੀ ਦਾ ਟੀਕਾ ਵੀ ਕੀਤਾ, ਗੁਰੂ ਗ੍ਰੰਥ ਸਾਹਿਬ ਦਾ ਵੀ ਕੀਤਾ। ਪ੍ਰੋਫੈਸਰ ਸਾਹਿਬ ਸਿੰਘ ਉਸ ਤੋਂ ਬਹੁਤ ਚਿਰ ਬਾਅਦ 'ਚ ਆਏ ਆ ਜੀ, ਪਰ ਇਹਨਾਂ ਸਾਰਿਆਂ ਦੇ ਮਤਲਬ ਸਾਰਿਆਂ ਦੀ ਬਹੁਤ ਵੱਡੀ ਦੇਣ ਹੈ। ਤਾਂ ਮਿਸ਼ਨਰੀ ਵੀਰਾਂ ਨੂੰ ਮੈਂ ਹਮੇਸ਼ਾ ਬੇਨਤੀ ਕਰਦਾ ਹੁੰਦਾ ਕਿ ਤੁਸੀਂ ਜਿਹੜਾ ਇਹ ਟਕਰਾਓ ਆ, ਜਿਹੜੀ ਤੁਸੀਂ ਗੱਲ ਕੀਤੀ ਸ਼ੀਆ ਸੁੰਨੀ ਵਾਲੀ, ਇਹ ਤਾਂ ਜਾਣਬੁੱਝ ਕੇ ਬਣਾ ਰਹੇ ਨੇ, ਮਤਲਬ ਤੁਸੀਂ ਜੇ ਕਿਸੇ ਦਾ ਸਤਿਕਾਰ ਕਰੋਗੇ ਤਾਂ ਤੁਹਾਡਾ ਕੋਈ ਸਤਿਕਾਰ ਕਰੇਗਾ। ਬਿਲਕੁਲ ਸਹੀ ਹੈ। ਅਤੇ ਜਿਹੜੀਆਂ ਵਿਅਕਤੀਗਤ ਰਾਇਆਂ ਨਾਲ ਕਦੀ ਕੋਈ ਜਥੇਬੰਦਕ ਧਰਮ ਨਹੀਂ ਚੱਲਦਾ ਹੁੰਦਾ। ਦੇਖੋ ਇਹ ਤਾਂ ਹੁਣ ਮੰਨ ਕੇ ਚੱਲਣ ਕਿ ਸਿੱਖੀ ਇੱਕ ਜਥੇਬੰਦਕ ਧਰਮ ਹੈ। ਜਥੇਬੰਦਕ ਦਾ ਮਤਲਬ ਜਿਹਦੇ ਵਿੱਚ ਸਾਰੇ ਹੀ ਆਉਂਦੇ ਨੇ, ਇਹਦੇ ਵਿੱਚ ਤਰਨਾ ਦਲ, ਬੁੱਢਾ ਦਲ, ਸੰਪਰਦਾਵਾਂ, ਟਕਸਾਵਾਂ, ਸਟੱਡੀ ਸਰਕਲ, ਮਿਸ਼ਨੀ ਕਾਲ, ਸ਼੍ਰੋਮਣੀ ਕਮੇਟੀ, ਤਖ਼ਤ, ਕਿਰਤੀ ਸਿੱਖ ਜੀ,
ਹੈ ਨਾ, ਮਤਲਬ ਇਹ ਸਮੁੱਚੇ ਵਰਗ ਦਾ ਨਾਂ ਜਿਹੜਾ ਜਥੇਬੰਦਕ ਹੈ। ਜਿਵੇਂ ਕਹਿ ਲਓ ਬਾਗ ਕੀ ਹੈ, ਬਾਗ ਹੁਣ ਇਕੱਲੇ ਫੁੱਲਾਂ ਨਾਲ ਥੋੜ੍ਹਾ ਬਾਗ ਹੁੰਦਾ, ਬਿਲਕੁਲ ਸਹੀ ਹੈ। ਬਾਗ ਵਿੱਚ ਹਰ ਤਰ੍ਹਾਂ ਦੇ ਫੁੱਲ ਨੇ, ਹਰ ਤਰ੍ਹਾਂ ਦੇ ਬੂਟੇ ਨੇ, ਉਹਦਾ ਸਮੁੱਚੇ ਦਾ ਨਾਂ ਬਾਗ ਹੈ। ਤੁਸੀਂ ਇੱਕ ਇੱਕ ਬੂਟਾ ਬਾਹਰ ਪੱਟ ਕੇ ਸੇਡੋ, ਬਾਗ ਹੈ ਕਿੱਥੇ ਹੈ ਨਾ, ਮਤਲਬ ਕੁਛ ਵੀ ਨਹੀਂ ਹੈ। ਬਿਲਕੁਲ ਸਹੀ ਗਾ, ਪੰਥ ਇੱਕ ਬਾਗ ਆ, ਇਹਦੇ ਵਿੱਚ ਹਰ ਇੱਕ ਦੀ ਇੱਕ ਵੈਲਿਊ ਹੈਗੀ ਆ। ਮਤਲਬ ਜਿਹੜੀ ਸਿੱਖੀ ਦੀ ਪਰਿਭਾਸ਼ਾ ਸਾਡੀ ਰਹਿਤ ਮਰਿਆਦਾ ਹੀ ਲੈ ਲਓ ਜੀ, ਉਹ ਕਹਿੰਦਾ ਜਿਹੜਾ ਦਸ ਗੁਰੂ ਸਾਹਿਬਾਨ 'ਤੇ ਵਿਸ਼ਵਾਸ ਕਰਦਾ, ਖੰਡੇ ਬਾਟੇ ਦੇ ਅੰਮ੍ਰਿਤ 'ਤੇ ਨਿਸ਼ਚਾ ਕਰਦਾ, ਦਸਾਂ ਗੁਰੂਆਂ ਦੀ ਬਾਣੀ 'ਤੇ ਜਿਹਦਾ ਭਰੋਸਾ, ਉਹ ਸਿੱਖ ਹੈ। ਪਰ ਸਿੱਖ ਕਿਸੇ ਨਾਲ ਵੈਰ ਵੀ ਨਹੀਂ ਕਰਦਾ, ਕਿਉਂਕਿ ਸਰਬੱਤ ਦਾ ਭਲਾ ਮੰਗਦਾ। ਸਰਬੱਤ ਦਾ ਭਲਾ ਮੰਗਣ ਵਾਲਾ ਨਾ ਕਿਸੇ ਧਰਮ ਨਾਲ ਵੈਰ ਕਰ ਸਕਦਾ, ਨਾ ਕਿਸੇ ਸੰਪਰਦਾ ਜਥੇਬੰਦੀ ਨਾਲ ਵੈਰ ਕਰ ਸਕਦਾ। ਮਤਲਬ ਅਸੀਂ ਤਾਂ ਖੁਦ ਹੀ ਪੈਮਾਨੇ ਤੋਂ ਜਿਹੜੀ ਕਸਵੱਟੀ ਦਿੱਤੀ ਹੈ, ਉਹਦੇ ਤੋਂ ਹੀ ਸਮਾਜ ਮੁਨਕਰ ਹੋ ਰਿਹਾ। ਇਹ ਜਿਹੜੀ ਸ਼ੀਆ ਸੁੰਨੀ ਵਾਲਾ ਵਰਗ ਬਣ ਗਿਆ ਕਿ ਵਿਅਕਤੀਗਤ ਰਿਆਂ ਨਾਲ ਕੋਈ ਜਥੇਬੰਦੀ ਨਹੀਂ ਚੱਲਦੀ ਹੁੰਦੀ ਜੀ, ਠੀਕ ਆ। ਕੋਈ ਨਹੀਂ ਅੰਮ੍ਰਿਤ ਵੇਲੇ ਉੱਠਦਾ, ਕੋਈ ਉਹਦੀ ਕੋਈ ਗੱਲ ਨਹੀਂ, ਫਿਰ ਕੀ ਆ, ਉਹਦੀ ਸਿਰਦਰਦੀ ਆ, ਨਹੀਂ ਉੱਠ ਸਕਦਾ, ਉਹ ਕਮਜ਼ੋਰੀ ਆ ਜਾਂ ਕਹਿ ਲਓ ਕਿਰਪਾ ਨਹੀਂ ਹੋਈ। ਜਿਹੜਾ ਉੱਠਦਾ ਉਹਨੂੰ ਤਾਂ ਉੱਠਣ ਦਿਓ, ਉਹਦੇ 'ਤੇ ਘੱਟੋ ਘੱਟ ਨੁਕਤਾ ਚੀਨੀ ਨਾ ਕਰੋ। ਬਿਲਕੁਲ ਸਹੀ। ਹੁਣ ਅਸੀਂ ਸਰੋਵਰਾਂ ਨੂੰ ਵੀ, ਸਰੋਵਰਾਂ 'ਤੇ ਵੀ ਤਰਕ ਕਰਨ ਲੱਗ ਪਏ, ਨਿਤਨੇਮ 'ਤੇ ਵੀ ਤਰਕ, ਬਾਣੀਆਂ 'ਤੇ ਵੀ ਤਰਕ, ਜਥੇਬੰਦੀ 'ਤੇ ਵੀ ਤਰਕ, ਹਰ ਗੱਲ 'ਤੇ ਜਦੋਂ ਤੁਸੀਂ ਸ਼ੰਕੇ ਖੜ੍ਹੇ ਕਰੋਗੇ ਤਾਂ ਨੈਚੁਰਲੀ ਹੈ ਕਿ ਜਿਹੜਾ ਤੁਹਾਡਾ ਇੱਕ ਦੋਖੀ ਜਿਹੜਾ ਛੁਪਿਆ ਹੋਇਆ ਬੈਠਾ, ਉਹਨੂੰ ਤਾਂ ਲੱਗਦਾ ਵੀ ਇਹ ਜਗਤ ਤਮਾਸ਼ਾ ਬਣੇ ਹੋਏ ਨੇ। ਮੈਂ ਅੱਗੇ ਸੁਣਾਉਣਾ ਹੁੰਦਾ ਵੀ ਮੈਂ ਲਾਹੌਰ ਦੇ ਅਖਬਾਰਾਂ 'ਚ ਪੜ੍ਹਿਆ ਵੀ ਮੁਰਗੇ ਐਵੇਂ ਤਾਂ ਨਹੀਂ ਲੜਦੇ, ਮੁਰਗਬਾਜ਼ ਮੁਰਗਿਆਂ ਨੂੰ ਲੜਨਾ ਕਿਵੇਂ ਸਿਖਾਉਂਦੇ ਆ। ਇਹਦੇ ਵਿੱਚ ਇਹੋ ਕਥਾ ਹੈਗੀ ਆ ਵੀ ਇੱਕੋ ਖੁੱਡੇ ਵਿੱਚ ਦੋ ਮੁਰਗੇ ਨੇ, ਉਹ ਚਿੱਟੇ ਰੰਗ ਦੇ ਆ, ਉਹ ਇੱਕ ਨੂੰ ਪਕੜਦੇ ਬਾਹਰ ਹਰਾ ਨੀਲਾ ਕਾਲਾ ਰੰਗ ਕਰਕੇ ਉਹ ਫਿਰ ਖੁੱਡੇ ਛੱਡ ਦਿੰਦੇ ਆ। ਹੁਣ ਜਿਹੜਾ ਚਿੱਟਾ ਅੰਦਰ ਵਾਲਾ ਉਹ ਕਹਿੰਦਾ ਵੀ ਮੇਰੇ ਨਾਲ ਦਾ ਤਾਂ ਚਿੱਟੇ ਖੰਭਾਂ ਵਾਲਾ ਸੀ, ਇਹ ਦੁਸ਼ਮਣ ਮੇਰਾ ਕਿੱਥੋਂ ਆ ਗਿਆ, ਉਹ ਚੁੰਝ ਮਾਰਦਾ। ਉਹ ਦੂਜੇ ਨੂੰ ਵਿਚਾਰੇ ਨੇ ਕਿਹੜਾ ਸ਼ੀਸ਼ਾ ਵੇਖਿਆ ਵੀ ਮੈਨੂੰ ਕਾਲਾ ਰੰਗ ਕਰਤਾ ਕਿ ਹਰਾ ਕਰਤਾ, ਉਹ ਕਹਿੰਦਾ ਵੀ ਮੈਂ ਤਾਂ ਇਹਦੇ ਮੇਰਾ ਮਿੱਤਰ ਸੀ, ਇਹ ਚੁੰਝਾਂ ਮਾਰੀ ਜਾਂਦਾ, ਉਹ ਉਹਨੂੰ ਗੁੱਸੇ 'ਚ ਚੁੰਝ ਮਾਰਦਾ, ਮੁੜ ਕੇ ਖੂਨ ਵਗਦਾ, ਖੂਨ ਪੀਣ ਦੇ ਉਹ ਆਪਸ ਵਿੱਚ ਸ਼ੌਕੀਨ ਹੋ ਜਾਂਦੇ। ਉਹ ਮੁੜ ਕੇ ਚਰਾਏ 'ਚ ਲਿਜਾ ਕੇ ਜਿਹੜਾ ਮੁਰਗਬਾਜ਼ ਹੈ ਉਹ ਮੁਰਗਿਆਂ ਨੂੰ ਲੜਾਉਂਦਾ ਅਤੇ ਲੋਕ ਤਾੜੀਆਂ ਮਾਰਦੇ ਨੇ ਅਤੇ ਤਮਾਸ਼ਾ ਦੇ ਲਹੂ ਲੁਹਾਨ ਮੁਰਗੇ ਹੋਈ ਜਾਂਦੇ, ਤਮਾਸ਼ਾ ਲੋਕਾਂ ਦਾ, ਅਤੇ ਉਹ ਜਿਹੜਾ ਖਿਡਾਉਣ ਵਾਲਾ ਉਹ ਦਾਣੇ ਇਕੱਠੇ ਕਰਕੇ ਉਹ ਬਾਹਰ ਹੁੰਦਾ, ਮੇਰੇ ਤਾਂ ਦਾਣੇ ਪਾਣੀ ਦਾ ਮਸਲਾ ਚੱਲ ਗਿਆ। ਇਹ ਬਹੁਤ ਵਧੀਆ ਉਦਾਹਰਨ ਹੈ, ਮੈਂ ਤੁਹਾਨੂੰ ਐਡ ਕਰ ਦਵਾਂ, ਜਦੋਂ ਮੁਰਗਬਾਜ਼ ਦੇ ਮੁਰਗਿਆਂ 'ਚ ਇੱਕ ਅੱਧਾ ਮੁਰਗਾ ਮਰ ਜਾਂਦਾ ਨਾ, ਅਤੇ ਫਿਰ ਉਹ ਮੁਰਗਾ ਨਵਾਂ ਲੱਭ ਲੈਂਦਾ, ਫਿਰ ਨਵਾਂ ਲੱਭ ਲੈਂਦਾ। ਇਹਦੀ ਹੁਣ ਉਦਾਹਰਨ ਮੇਰੇ ਖਿਆਲ ਨਾਲ ਬੜੀ ਦੂਰ ਤੱਕ ਪਹੁੰਚਦੀ ਹੈ, ਬਿਲਕੁਲ ਬਿਲਕੁਲ, ਜੇ ਸਮਝਣ ਵਾਲਾ ਹੋਵੇ ਤਾਂ ਕੋਈ ਸਮਝ, ਬਿਲਕੁਲ ਸਮਝੇਗਾ। ਇਹ ਹੁਣ ਮੁਰਗਬਾਜ਼ਾਂ ਵਾਲੀ ਜਿਹੜੀ ਲੜਾਈ ਹੈ ਜੀ, ਇਹਦੇ ਵਿੱਚ ਇਹ ਨਹੀਂ ਸਮਝਦੇ ਵੀ ਇੱਕ ਕੌਮੀਅਤ ਦੀ ਭਾਵਨਾ ਕਿੱਥੇ ਹੈ ਜੀ। ਮੰਨ ਲਓ ਮੈਂ ਨਿੱਜੀ ਗੱਲ ਕਰਾਂ, ਮੈਂ ਮਿਸ਼ਨਰੀ ਅਦਾਰੇ 'ਚ ਪੜ੍ਹਿਆ, ਪਰ ਮੈਂ ਯੂਨੀਵਰਸਿਟੀ ਪੜ੍ਹਿਆ, ਮੇਰੀ ਡਾਕਟਰੇਟ ਰਿਲੀਜੀਅਸ ਸਟੱਡੀ 'ਤੇ ਹੈ, ਮੇਰੇ ਕੋਲ MA ਪੰਜਾਬੀ ਰਿਲੀਜੀਅਸ ਸਟੱਡੀ ਵੀ ਹੈ, BEd ਵੀ ਹੈ, ਸੰਗੀਤ ਪ੍ਰਭਾਕਰ ਵਿਸ਼ਾਰਦ ਵੀ ਹੈ, ਬਹੁਤ ਸਾਰੇ ਡਿਪਲੋਮੇ ਵੀ ਹੈ ਜੀ। ਪਰ ਮੈਂ ਕਦੀ ਅੱਜ ਤੱਕ ਕਿਸੇ ਦੇ ਖਿਲਾਫ ਇੰਜ ਨਹੀਂ ਗੱਲ ਕਰਦਾ, ਮੈਂ ਕਹਿੰਦਾ ਤੁਸੀਂ ਸਿਧਾਂਤ 'ਤੇ ਤਾਂ ਕਾਇਮ ਰਹੋ, ਕੌਮੀਅਤ ਕਿੱਥੇ ਤੁਹਾਡੀ? ਬਿਲਕੁਲ ਸਹੀ। ਕੌਮੀਅਤ ਦਾ ਜੇ ਜਜ਼ਬਾ ਹੋਵੇ ਅਤੇ ਤੁਹਾਡਾ ਜਿਹੜਾ ਸੇਵਾਦਾਰ ਆ ਉਹ ਵੀ ਤੁਹਾਡਾ ਇੱਕ ਮਾਇਨਾ ਰੱਖਦਾ। ਕਰਿਆਨੇ ਦੀ ਦੁਕਾਨ 'ਚ ਇਕੱਲੀ ਖੰਡ ਦੀ ਬੋਰੀ ਦੀ ਤਾਂ ਨਹੀਂ ਕੀਮਤ ਹੁੰਦੀ, ਉਹ ਮਿਰਚਾਂ ਵਾਲੀਆਂ ਅਤੇ ਲੂਣ ਵਾਲੀਆਂ ਦੀ ਵੀ ਕੀਮਤ ਹੁੰਦੀ ਹੈ, ਉੱਥੇ ਹਰ ਵਸਤੂ ਦਾ ਇੱਕ ਮੁੱਲ ਹੈ। ਔਰ ਘਰ ਦੀ ਜਿਹੜੀ ਰਸੋਈ ਆ ਕੇਵਲ ਖੰਡ ਨਾਲ ਤਾਂ ਨਹੀਂ ਚੱਲਦੀ ਜਾਂ ਆਟੇ ਨਾਲ ਹੀ ਚੱਲਦੀ ਹੋਵੇ, ਇਹ ਇੱਕ ਸਮੂਹਕ ਦਾ ਨਾਂ ਜਥੇਬੰਦੀ ਹੈ। ਅਤੇ ਸਮੂਹਕ ਵਿੱਚ ਜਦੋਂ ਲੋਕ ਆਪੋ ਆਪਣੀਆਂ ਰਹਿਵਾਂ ਠੋਸਣਗੇ ਅਤੇ ਨੈਚੁਰਲੀ ਆ ਜੋ ਤਮਾਸ਼ਬੀਨੀ ਹੋ ਰਹੀ ਹੈ, ਖਾਸ ਕਰਕੇ ਵਿਦੇਸ਼ਾਂ ਵਿੱਚ, ਤਾਂ ਸਾਡੇ ਲਈ ਹੋਰ ਨੁਕਸਾਨਦੇਹ ਹੈ ਕਿ ਅਸੀਂ ਉੱਥੋਂ ਦੇ ਕਲਚਰ ਵਿੱਚ ਜਾ ਕੇ ਇੱਕ ਕ੍ਰਿਮੀਨਲ ਜੇ ਲੋਕ ਆਪਣੇ ਆਪ ਨੂੰ ਬਣਾ ਰਹੇ ਹਾਂ, ਇਹ ਕੋਈ ਬਹਾਦਰੀ ਨਹੀਂ ਹੈ। ਇਹ ਸਾਡੇ ਪ੍ਰਚਾਰਕਾਂ ਨੂੰ ਸੋਚਣ ਦੀ ਵੀ ਲੋੜ ਹੈ ਵੀ ਜਿਹੜੀਆਂ ਅਮੀਰ ਪਰੰਪਰਾਵਾਂ ਨੇ ਜੀ, ਜਿਨ੍ਹਾਂ ਥੰਮਾਂ ਦੇ ਉੱਤੇ ਬਿਲਡਿੰਗ ਖੜ੍ਹੀ ਹੈ, ਇਹ ਹੁਣ ਉਹਨਾਂ ਥੰਮਾਂ ਨੂੰ ਤੋੜਨ 'ਤੇ ਹੋਏ ਨੇ ਜੀ। ਅਕਲ ਵੀ ਹੈ ਨਹੀਂ, ਵਿੱਦਿਆ ਵੀ ਹੈ ਨਹੀਂ, ਸਭ ਤੋਂ ਵੱਡੀ ਬਦਕਿਸਮਤੀ ਹੈ ਇਹ ਪੜ੍ਹਦੇ ਨਹੀਂ ਬਹੁਤੇ ਪ੍ਰਚਾਰਕ ਜੀ। ਇਹ ਥੋੜ੍ਹਾ ਜਿਹਾ ਪੜ੍ਹ ਕੇ ਅਤੇ ਸਮਝਦੇ ਵੀ ਮਾਈਕ 'ਤੇ ਬੋਲ ਲੈਣਾ ਕੋਈ, ਇਹ ਤਾਂ ਇੱਕ ਆਰਟ ਹੈ। ਪਰ ਤੁਸੀਂ ਇੱਕ ਜਥੇਬੰਦੀ ਨੂੰ ਇੱਕ ਨਾਲ ਲੈ ਕੇ ਚੱਲਦੇ ਹੋ, ਤੁਸੀਂ ਇਕੱਲੇ ਨਹੀਂ ਬੋਲ ਰਹੇ ਹੋ, ਬਿਲਕੁਲ, ਤੁਸੀਂ ਇੱਕ ਗ੍ਰੰਥ ਨੂੰ, ਪੰਥ ਨੂੰ, ਸਰੋਤ ਗ੍ਰੰਥਾਂ ਨੂੰ ਬੋਲ ਰਹੇ ਹੋ। ਜਦੋਂ ਤੁਹਾਡੀ ਇਹ ਮਾਨਸਿਕਤਾ ਹੋਏਗੀ, ਮੈਨੂੰ ਨਹੀਂ ਲੱਗਦਾ ਫਿਰ ਆ ਜਿਹੜੀਆਂ ਲੰਮੀਆਂ ਬਾਹਾਂ ਕੱਢ ਕੱਢ ਕੇ ਇਹ ਰੱਦ ਕਰਦੇ ਨੇ ਜੀ, ਬੜੇ ਘਟੀਆ ਲੈਵਲ 'ਤੇ ਜਿਹੜੀ ਮਤਲਬ ਇਹ ਮਾਨਸਿਕਤਾ ਚੱਲੀ ਗਈ ਆ। ਔਰ ਇਹਦੇ ਵਿੱਚ ਇਹਨਾਂ ਸਾਰੀਆਂ ਦੇਖੋ ਜਿਹੜਾ ਇੱਕ ਨਵਾਂ ਪੋਸ਼ ਪੈਦਾ ਹੋ ਗਿਆ, ਮੈਨੂੰ ਨਾਂ ਤਾਂ ਨਹੀਂ ਮੈਂ ਕਿਸੇ ਦਾ ਲਵਾਂਗਾ, ਅਸਲ ਵਿੱਚ ਇਹ ਨਾਸਤਿਕ ਮਤੀ ਲੈ ਰਿਹਾ, ਜਿਵੇਂ ਆਪਾਂ ਪਹਿਲਾਂ ਗੱਲਾਂ ਕਰਦੇ ਹਟੇ ਨਾ, ਇਹ ਇੱਕ ਨਾਸਤਿਕ ਮਤ ਵੱਲ ਹੀ ਪ੍ਰੇਰ ਰਹੇ ਆ। ਬਿਲਕੁਲ ਸਹੀ। ਜਦੋਂ ਤੁਸੀਂ ਸਾਡੀ ਰਹਿਤ ਮਰਿਆਦਾ ਨੂੰ ਆਪੇ ਖੰਡਿਤ ਕਰੀ ਜਾਂਦੇ ਹੋ, ਨਿਤਨੇਮ ਤੁਸੀਂ ਨਹੀਂ ਮੰਨਦੇ, ਅਮਰ ਸੰਚਾਰ ਦੀਆਂ ਬਾਣੀਆਂ ਤੁਸੀਂ ਨਹੀਂ ਮੰਨਦੇ, ਸਿੱਖ ਦੀ ਪਰਿਭਾਸ਼ਾ ਤੋਂ ਤੁਸੀਂ ਮੁਨਕਰ ਹੋ ਗਏ ਹੋ, ਗੁਰਦੁਆਰੇ ਦੀ ਮਰਿਆਦਾ ਨੂੰ ਤੁਸੀਂ ਵਿਸਾਰੀ ਜਾਂਦੇ ਹੋ, ਅਤੇ ਫਿਰ ਤੁਹਾਡੀ ਜੇ ਆਈਡੈਂਟੀ ਕੋਈ ਨਹੀਂ ਹੈਗੀ, ਤੁਹਾਡੀ ਮਰਿਆਦਾ ਕੋਈ ਨਹੀਂ ਹੈ, ਅਤੇ ਫਿਰ ਤੁਹਾਡਾ ਜਿਹੜਾ ਇਹ ਤਰਕਵਾਦ ਹੈ, ਮੈਨੂੰ ਕਹਿੰਦੀ ਵੀ ਬੜਾ ਅਫਸੋਸ ਹੁੰਦਾ ਕਿ ਜਦੋਂ 18-20 ਸਾਲ ਦੇ ਬੱਚੇ ਫੋਨ ਕਰਕੇ ਕਹਿਣਗੇ ਜੀ ਸਾਨੂੰ ਪਤਾ,
ਮੈਂ ਕਹਿੰਦਾ ਉਹਨਾਂ ਵੀ ਤੁਸੀਂ ਜੰਮ ਤੇ ਪਾਓ, ਉਹ ਪੜ੍ਹਨਾ ਸਿੱਖੋ, ਕੋਈ ਅਧਿਐਨ ਕਰੋ। ਤੇ ਜੇ ਤੁਸੀਂ 10-12 ਜਮਾਤਾਂ ਕਰਕੇ ਨਕਲ ਮਾਰ ਕੇ 12ਵੀਂ ਕਰਕੇ ਤੇ ਸਾਲ 2 ਸਾਲ ਦਾ ਕੋਰਸ ਕਰਕੇ ਤੇ ਤੁਸੀਂ ਝੰਡੇ ਬਰਦਾਰ ਬਣ ਗਏ, ਘੱਟੋ ਘੱਟ ਤੁਸੀਂ ਕਿਸੇ ਦੀ ਰਿਸਪੈਕਟ ਕਰਨੀ ਤਾਂ ਸਿੱਖੋ। ਬਿਲਕੁਲ ਸਹੀ। ਅੱਜ ਤੁਸੀਂ ਸੋਸ਼ਲ ਮੀਡੀਆ 'ਚ ਦੇਖ ਲਓ, ਸਾਡੀਆਂ ਜਿੰਨੇ ਮਤਲਬ ਲੋਕਾਂ ਦੀਆਂ ਸਤਿਕਾਰਤ ਸ਼ਖਸੀਅਤਾਂ ਸਨ, ਸਾਰਿਆਂ ਦੀ ਖਿੱਲੀ ਉਡਾਈ ਜਾ ਰਹੀ ਹੈ, ਔਰ ਕਈ ਫੇਕ ਜਿਹੜੇ ਮੋਬਾਈਲਾਂ 'ਤੇ ਫੇਕ ਨੰਬਰਾਂ ਤੋਂ ਸਭ ਕੁਝ ਹੋ ਰਿਹਾ। ਬਿਲਕੁਲ। ਚਾਹੇ ਉਹ ਸੰਤ ਸਿੰਘ ਮਸਕੀਨ ਸਾਡੇ ਐਡੇ ਵਿਦਵਾਨ ਨੇ, ਉਹਨਾਂ ਦੇ ਪ੍ਰਤੀ ਹਲਕੇ ਪੱਧਰ ਦੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਪਿੰਡ ਨਾਲ ਐਡੇ ਵਿਦਵਾਨ ਸਨ ਉਹ ਭਾਸ਼ਾਵਾਂ ਦੇ ਜੀ, ਉਹਨਾਂ ਦੇ ਪ੍ਰਤੀ, ਸੰਤ ਕਰਤਾਰ ਸਿੰਘ ਪ੍ਰਤੀ, ਸੰਤ ਜਰਨੈਲ ਸਿੰਘ ਹੋਣਾ ਪ੍ਰਤੀ, ਉਹਨਾਂ ਦੀ ਪਤਨੀ ਦੇ ਪ੍ਰਤੀ, ਹਰਿਮੰਦਰ ਸਾਹਿਬ ਪ੍ਰਤੀ, ਸਿੰਘ ਸਾਹਿਬਾਨਾਂ ਪ੍ਰਤੀ, ਮਤਲਬ ਇੰਨੇ ਅਸੀਂ ਲੋਅਰ ਸਟੈਂਡਰਡ 'ਤੇ ਚਲੇ ਗਏ। ਜਦੋਂ ਤੁਸੀਂ ਕਿਸੇ ਦਾ ਕੱਦ ਬੋਤੀ ਨਹੀਂ ਰਹਿਣ ਦਿਓਗੇ ਤਾਂ ਤੁਸੀਂ ਜਿਹੜੇ 18-18, 20-20 ਸਾਲ ਦੇ ਛੋਕਰ, ਤੁਹਾਡੀ ਇੱਜ਼ਤ ਕੌਣ ਕਰੇਗਾ? ਬਿਲਕੁਲ। ਮਤਲਬ ਤੁਸੀਂ ਆਪਣਾ ਲੈਵਲ ਸਥਾਪਿਤ ਕਰੋ ਕਿ ਕੌਮਾਂ ਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਰੂਹਾਂ ਹੋਈਆਂ ਉਹਨਾਂ ਦਾ ਸਤਿਕਾਰ ਕਰਨਾ ਕੀ ਨੇ। ਕੱਲ੍ਹ ਨੂੰ ਤਾਂ ਤੁਸੀਂ ਭਾਈ ਗੁਰਦਾਸ ਜੀ ਦੇ, ਭਾਈ ਮਰਦਾਨਾ ਜੀ ਦੇ ਖਿਲਾਫ਼ ਵੀ ਬੋਲਣ ਲੱਗ ਪਓਗੇ, ਜਿਸ ਹਿਸਾਬ ਨਾਲ ਕੰਮ ਕਿੰਤੂ ਕਰ ਰਹੇ ਨੇ, ਭੱਟ ਬਾਣੀ 'ਤੇ ਕੀਤਾ, ਭਾਈ ਗੁਰਦਾਸ ਜੀ ਦੀਆਂ ਵਾਰਾਂ 'ਤੇ ਕਰਦੇ ਨੇ। ਮੈਂ ਇੱਕ ਦੋ ਵਾਰੀ ਯੂਨੀਵਰਸਿਟੀਆਂ 'ਚ, ਮੈਂ ਇੱਕ ਦੋ ਥਾਵਾਂ 'ਤੇ ਦੇਖਿਆ ਜੀ ਉਹਨਾਂ ਨੇ ਆਹ ਨਹੀਂ ਲਿਖਿਆ, ਪਹਿਲਾਂ ਪੜ੍ਹੋ ਤਾਂ ਸਹੀ, ਉਹਨਾਂ ਨੇ ਇੰਨਾ ਕੁਝ ਲਿਖਿਆ ਉਹ ਤਾਂ ਪੜ੍ਹ ਲਓ, ਜਿਹੜਾ ਲਿਖਿਆ ਜਿਹਦੀ ਦੇਣ ਹੈ ਪਹਿਲਾਂ ਉਹਨੂੰ ਪੜ੍ਹੋ। ਤਾਂ ਮੈਨੂੰ ਲੱਗਦਾ ਵੀ ਇਹ ਨੀਮ ਨਾਸਤਕਵਾਦ ਜਿਹੜਾ ਇਹ ਖਾਸ ਕਰਕੇ ਵੇਖੋ ਸਿੱਖਾਂ ਨੂੰ ਕਿਤੇ ਹੋਰ ਖਤਰਾ ਨਹੀਂ ਹੈ, ਸਿੱਖਾਂ ਨੂੰ ਆਪਣੇ ਪ੍ਰਚਾਰਕਾਂ ਦੇ ਲੇਖਕਾਂ ਤੋਂ ਖਤਰਾ ਹੈ। ਹਾਂ, ਉਹ ਕਹਿੰਦੇ ਸਾਨੂੰ ਆਪਣਿਆਂ ਤੋਂ ਖਤਰਾ, ਇਹ ਭਾਵੇਂ ਲੋਕ ਮੁਹਾਵਰਾ, ਸਿੱਖਾਂ ਨੂੰ ਕਿਸੇ ਅਨਮਤੀ ਤੋਂ ਕੋਈ ਖਤਰਾ ਨਹੀਂ, ਅੱਜ ਦੀ ਡੇਟ ਵਿੱਚ ਕੋਈ ਖਤਰਾ ਨਹੀਂ। ਅੱਜ ਤੋਂ ਮੈਂ ਪਹਿਲਾਂ, ਮੇਰਾ ਸਿੰਘ ਸਭਾ ਲਹਿਰ 'ਤੇ ਕੰਮ ਸੀ, ਮੈਂ ਉਹ ਅਖਬਾਰ ਪੜ੍ਹਦਾ, ਮੈਂ ਸਮਝਦਾ ਉਹਨਾਂ ਤੋਂ ਵੀ ਕੋਈ ਖਤਰਾ ਵਾਲੀ ਗੱਲ ਨਹੀਂ ਸੀ, ਪਰ ਉਦੋਂ ਸਾਡੇ ਕੋਲ ਸੋਰਸ ਨਹੀਂ ਸਨ। ਉਦੋਂ ਸਾਨੂੰ ਲੱਗਦਾ ਵੀ ਸ਼ਾਇਦ ਕੋਈ ਆਰੀਆ ਸਮਾਜੀ, ਦੇਵ ਸਮਾਜੀ ਸਾਨੂੰ ਸ਼ਾਇਦ ਨੁਕਸਾਨ, ਕੋਈ ਕ੍ਰਿਸਚਨ ਪ੍ਰਚਾਰਕ ਪਹੁੰਚਾਇਆ ਵੀ, ਪਰ ਕੋਈ ਐਡੀ ਗੱਲ ਨਹੀਂ ਹੈ। ਪਰ ਅੱਜ ਸਾਨੂੰ ਜਿਹੜੇ ਸਿੱਖੀ ਰੂਪ ਵਾਲੇ ਜਿਹੜੇ ਲੇਖਕ ਪ੍ਰਚਾਰਕ ਨੇ, ਸਾਨੂੰ ਇਹਨਾਂ ਤੋਂ ਖਤਰਾ ਪੈਦਾ ਹੋ ਗਿਆ ਕਿ ਇਹ ਧਰਮ ਦੀਆਂ ਧੱਜੀਆਂ ਉਡਾ ਰਹੇ ਨੇ। ਬਿਲਕੁਲ ਸਹੀ ਗੱਲ। ਆਹ, ਔਰ ਇਹਨਾਂ ਦਾ ਜਿਹੜਾ ਭਰਪਣ ਪੂਰਨਾ ਇਸ ਲਈ ਔਖਾ ਹੈ ਕਿ ਅਸੀਂ ਇੱਕ ਦੂਜੇ ਨੂੰ ਦੁਸ਼ਮਣ ਸਮਝ ਰਹੇ ਹਾਂ। ਅੱਛਾ ਪ੍ਰੋਫੈਸਰ, ਇੱਕ ਗੱਲ ਦੱਸੋ ਵੀ ਜਦੋਂ ਆਪਾਂ ਇਹ ਸਾਰੇ ਕੁਛ ਨੂੰ ਦੇਖਦੇ ਹਾਂ, ਇੱਕ ਕੋਈ ਸੰਸਥਾ ਵੀ ਨਹੀਂ ਅਸੀਂ ਰਹਿਣ ਦਿੱਤੀ ਵੀ ਜਿਹੜੀ ਸੰਸਥਾ ਦਾ ਅਸੀਂ ਹੁਕਮ ਮੰਨ ਸਕੀਏ। ਜਦੋਂ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰਦੇ ਹਾਂ ਵੀ ਜਥੇਦਾਰ ਸਾਹਿਬ ਦਾ ਇੱਕ ਹੁਕਮਨਾਮਾ ਆਉਂਦਾ ਜੀ ਵੀ ਇਸ ਹੁਕਮਨਾਮੇ ਅੱਗੇ ਹਰੇਕ ਨੇ ਸਿਰ ਚੁਕਾਉਣਾ, ਅਤੇ ਹੁਣ ਪਿਛਲੇ ਦਿਨਾਂ 'ਚ ਅਸੀਂ ਇੱਥੋਂ ਤੱਕ ਦੇਖ ਲਿਆ ਕਿ ਹੁਕਮਨਾਮੇ ਸਾਡੇ ਜਿਹੜੀਆਂ ਆ ਦੁਨਿਆਵੀ ਅਦਾਲਤਾਂ ਨੇ ਉਹਨਾਂ ਦੇ ਵਿੱਚ ਜਾ ਕੇ ਅਤੇ ਕੇਸ ਲੜਨੇ ਸ਼ੁਰੂ ਹੋ ਗਏ ਉਹਦੇ 'ਤੇ। ਕੋਈ ਬੰਦਾ ਕਿਸੇ 'ਤੇ ਜੇ ਗੱਲ ਕਹਿ ਵੀ ਦਿੰਦਾ ਤਾਂ ਉਹਦਾ ਕਹਿ ਲਓ ਕਿ ਵੀ ਮਾਣ ਸਤਿਕਾਰ, ਜਦੋਂ ਤੁਸੀਂ ਗੱਲ ਕੀਤੀ ਕਿ ਜੇ ਕੋਈ ਬਜ਼ੁਰਗ ਹੈ ਆਪਣਾ, ਬਜ਼ੁਰਗ ਨੇ ਕੁਛ ਕਿਹਾ ਤਾਂ ਸਤਿਕਾਰ ਤਾਂ ਬਜ਼ੁਰਗ ਦਾ ਬਣਨਾ ਹੀ ਹੈ ਨਾ, ਉਹਦੀ ਗੱਲ ਨਾਲ ਸਹਿਮਤੀ ਅਸਹਿਮਤੀ ਉਹ ਮੇਰੀ ਆਪਣੀ ਗੱਲ ਹੈ, ਪਰ ਇਹ ਤਾਂ ਹੁੰਦਾ ਨਹੀਂ ਕਿ ਮੈਂ ਆਪਣੇ ਬਜ਼ੁਰਗ ਨੂੰ ਗਾਲਾਂ ਕੱਢਣ ਲੱਗ ਪਵਾਂ। ਪਰ ਜਿਹੜਾ ਇਸ ਹੱਦ ਤੱਕ ਅਸੀਂ ਚਲੇ ਗਏ ਹਾਂ ਅੱਜ ਤੋਂ 20-25 ਸਾਲ ਬਾਅਦ, ਤੁਹਾਨੂੰ ਕੀ ਲੱਗਦਾ ਕਿ ਸਿੱਖੀ ਕਿੱਧਰ ਨੂੰ ਜਾਊਗੀ? ਇਹੋ ਹੀ ਸਾਡਾ ਜਿਹੜਾ ਸਾਡਾ ਇੱਕ ਚਿੰਤਨ ਕਹਿ ਲਓ ਜਾਂ ਚਿੰਤਾ ਕਹੋ, ਵੇਖੋ ਤਖ਼ਤ ਗੁਰੂ ਦਾ ਹੈ, ਇਹ ਗੁਰੂ ਨੇ ਸਿਰਜਿਆ ਜੀ। ਮਨੁੱਖ ਵਿੱਚ ਕੋਈ ਕਮੀ ਪੇਸ਼ੀ ਹੋ ਸਕਦੀ ਹੈ, ਉਹ ਸਮਕਾਲੀ ਸਥਿਤੀਆਂ 'ਚ ਹੋ ਸਕਦੀ ਹੈ ਜੀ, ਪਰ ਤੁਸੀਂ ਘੱਟੋ ਘੱਟ ਜਿਹੜੇ ਗੁਰੂ ਨੇ ਤੁਹਾਨੂੰ ਤਖ਼ਤਾਂ ਵਾਲੇ ਬਣਾਇਆ, ਇੰਨੇ ਤਖ਼ਤ ਹੋਏ 6ਵੇਂ ਪਾਤਸ਼ਾਹ ਨੇ ਜਦ ਅੰਮ੍ਰਿਤਸਰ 'ਚ ਬਣਾਇਆ, ਉਸ ਤੋਂ ਬਾਅਦ ਜਹਾਂਗੀਰ, ਸ਼ਾਹਜਹਾਂ, ਔਰੰਗਜ਼ੇਬ, ਫਰਖਸ਼ੀਅਰ, ਬਹਾਦਰ ਸ਼ਾਹ, ਕਿੰਨੇ ਲੋਕ ਤਖ਼ਤਾਂ 'ਤੇ ਬੈਠੇ, ਕਿਸੇ ਦਾ ਤਖ਼ਤ ਦੀਂਦਾ, ਫਸਲਾਂ ਵਾਂਗੂ ਬਣੇ, ਫਸਲਾਂ ਵਾਂਗੂ ਵੱਢੇਗਾ। ਜੇ ਤਖ਼ਤ ਜਿਉਂਦਾ ਤਾਂ ਇਹਦੇ ਪਿੱਛੇ ਜਿਹੜਾ ਮੀਰੀ ਪੀਰੀ ਦਾ ਫਲਸਫਾ ਜਾਂ ਗੁਰੂ ਦਾ ਇਤਿਹਾਸ ਹੈ ਜਾਂ ਗੁਰੂ ਦੀ ਦੇਣ ਹੈ, ਉਹ ਕਰਕੇ ਹੀ ਤਾਂ ਅਸੀਂ ਮਤਲਬ ਸਾਡਾ ਸਤਿਕਾਰ ਕਾਇਮ ਹੈ ਜੀ। ਇਹਦੇ ਨਾਲ ਜਿਹੜਾ ਦੁਨੀਆ ਵਿੱਚ ਕਿਸੇ ਵੀ ਜਥੇਬੰਦੀ ਨੂੰ ਚਲਾਉਣ ਲਈ ਇੱਕ ਨਿਯਮ, ਇੱਕ ਮਰਿਆਦਾ ਤਾਂ ਹੈ। ਸਾਡੇ ਕੋਲ ਜਿਹੜੇ 5 ਤਖ਼ਤ ਹੈ ਜੀ, ਇਹਦੇ ਨਾਲ ਅਸੀਂ ਜਿਹੜਾ, ਮੈਂ ਫਿਰ ਕਹਿੰਦਾ ਸੀ, ਬਹੁਤ ਛੋਟੀ ਸੋਚ ਵਿੱਚ ਸਮਾਜ ਜਿਉਂ ਰਿਹਾ। ਜੇ ਕਿਤੇ ਮਤਲਬ ਕੋਈ ਰਹਿ ਰਾਸ ਦੇ 4 ਸ਼ਬਦ ਵੱਧ ਪੜ੍ਹਦਾ ਕਿਸੇ ਸੰਪਰਦਾ ਵਿੱਚ ਜਾਂ ਕਿਸੇ ਜਥੇਬੰਦੀ ਵਿੱਚ, ਪੜ੍ਹਦਾ ਤਾਂ ਬਾਣੀ ਆ ਨਾ, ਮਤਲਬ ਇੰਨੀ ਪਿੱਛੇ ਹੀ ਤੁਸੀਂ ਕਿਸੇ ਨੂੰ ਦੁਸ਼ਮਣ ਸਮਝ ਲਓ, ਮੂਰਖਤਾ। ਤੁਹਾਨੂੰ ਇੱਕ ਨਿਯਮ 'ਤੇ ਰੱਖਣਾ ਪਏਗਾ, ਇੱਕ ਮਰਿਆਦਾ 'ਤੇ ਕਾਇਮ ਕਰਨੀ ਪੈਗੀ। ਥੋੜ੍ਹੇ ਦਿਨ ਪਹਿਲਾਂ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਮਤਲਬ ਇੱਕ ਰਾਗੀ ਸਿੰਘ ਨੂੰ ਇਸ ਲਈ ਵਰਜਿਆ ਕਿ ਉਹ ਸਮਾਂ ਉਸ ਰਾਗ ਦਾ ਨਹੀਂ ਸੀ ਜੀ, ਅਤੇ ਹੈੱਡ ਸਿੰਘ ਸਾਹਿਬਾਨ ਦੀ ਡਿਊਟੀ ਵੀ ਹੈ, ਉਹਨਾਂ ਨੇ ਆਪਣਾ ਸਪਸ਼ਟੀਕਰਨ ਵੀ ਦਿੱਤਾ ਹੈ ਕਿ ਉਸ ਸਮੇਂ 'ਤੇ ਜੇ ਉਹ ਗਲਤ ਕਰ ਰਿਹਾ ਤਾਂ ਮਤਲਬ ਮੈਂ ਬੈਠਾ ਹਜ਼ੂਰੀ 'ਚ ਅਤੇ ਮੈਂ ਕਹਿਤਾ। ਹੁਣ ਇਹ ਸੋਸ਼ਲ ਮੀਡੀਏ 'ਤੇ ਇੰਨਾ ਉਭਾਰਿਆ ਗਿਆ, ਹੁਣ ਦੇਖੋ ਤੁਸੀਂ ਹਰਿਮੰਦਰ ਸਾਹਿਬ ਦੀ ਮਰਿਆਦਾ
ਜੇ ਅਸੀਂ ਵਿੱਚ ਗਲਤ ਬੋਲੀਏ ਕਿਉਂ ਬੋਲੀਏ ਜਦੋਂ ਹਰ ਸਿੰਘ ਸਾਹਿਬਾਨ ਜਾਣਦੇ ਨੇ ਕਿ ਮਰਯਾਦਾ ਕੀ ਹੈ, ਜਿਹਨਾਂ ਨੂੰ ਪਤਾ, ਜਿਹਨਾਂ ਨੂੰ ਪਤਾ ਜੇ ਉੱਥੇ ਕੋਈ ਗਲਤੀ ਹੁੰਦੀ ਹੈ ਤਾਂ ਜੇ ਉਹਨਾਂ ਨੇ ਟੋਕ ਦਿੱਤਾ ਤਾਂ ਇਹਦੇ ਵਿੱਚ ਕੌਮ ਦਾ ਕੀ ਨੁਕਸਾਨ ਹੋ ਗਿਆ? ਕਿਉਂਕਿ ਉਹ ਇੱਕ ਮਰਯਾਦਾ ਦੇ ਲੰਬਰਦਾਰ ਨੇ, ਉਹ ਜ਼ਿੰਮੇਵਾਰ ਨੇ, ਔਰ ਉਹ ਵਿਚਾਰੇ ਕਿਹੜਾ ਵੀ ਧਰਮ ਦੇ ਖਿਲਾਫ਼ ਨੇ ਜੀ, ਉਹ ਵੀ ਤਾਂ ਇੱਕ ਸਾਡਾ ਕੇਂਦਰੀ ਸਥਾਨ ਆ ਜਿਹਦੀ ਅਸੀਂ ਰੋਜ਼ਾਨਾ ਅਰਦਾਸ ਕਰਦੇ ਹਾਂ, ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਬਖਸ਼ੋ ਜੀ। ਦੁਨੀਆ ਭਰ ਵਿੱਚ ਸਿੱਖ ਕੇਵਲ ਅੰਮ੍ਰਿਤਸਰ ਦਾ ਨਾਂ ਦਿਹਾੜੀ 'ਚ 3 ਵਾਰੀ ਲੈਂਦਾ ਵੀ ਉਹਦੇ ਦਰਸ਼ਨ ਇਸ਼ਨਾਨ ਬਖਸ਼ੋ, ਇਹਦਾ ਮਤਲਬ ਕੋਈ ਮਾਨਤਾ ਹੈ? ਬਿਲਕੁਲ, ਸਾਡਾ ਕੇਂਦਰੀ ਸਥਾਨ ਹੈ, ਕੇਂਦਰੀ ਸਥਾਨ ਦੀ ਮਰਿਆਦਾ ਨੂੰ ਕਾਇਮ ਰੱਖਦੇ ਹਾਂ। ਜੇ ਕਹਿ ਦਿੱਤਾ ਤਾਂ ਕੋਈ ਐਡੀ ਵੱਡੀ ਸਮੱਸਿਆ ਇਹ ਹੈ ਨਹੀਂ ਸੀ ਜਿੱਡੀ ਸਾਡਾ ਸੋਸ਼ਲ ਮੀਡੀਆ ਨੂੰ ਉਭਾਰ ਦਿੰਦਾ। ਇਸ ਕਰਕੇ ਸਾਨੂੰ ਉਹਨਾਂ ਪਰਸਨੈਲਿਟੀ ਦੀ ਜਿਹੜੀਆਂ ਸਾਡੀਆਂ ਸ਼ਖਸੀਅਤਾਂ ਉਹਨਾਂ ਦਾ ਸਟੇਟਸ ਵੀ ਕਾਇਮ ਰੱਖਣਾ ਚਾਹੀਦਾ ਜੀ। ਮਤਲਬ ਇਹ ਨਹੀਂ ਵੀ ਹੁਣ ਹਰ ਇੱਕ ਦੀ ਜੇਬ ਵਿੱਚ ਜੇ ਮੋਬਾਈਲ ਆ ਅਤੇ ਉਹਨੇ ਠੇਕਾ ਲੈ ਲਿਆ ਵੀ ਜਿਹਦੀ ਮਰਜ਼ੀ ਪੱਗ ਨੂੰ ਹੱਥ ਪਾ ਲਵੇ, ਇਹ ਤਾਂ ਇੱਕ ਮੂਰਖਾਂ ਵਾਲੀ ਖੇਡ ਖੇਡੀ ਜਾ ਰਹੀ ਹੈ। ਕੋਈ ਕੌਮੀਅਤ ਦਾ ਜਜ਼ਬਾ ਥੋੜ੍ਹਾ ਇਸ ਤਰ੍ਹਾਂ ਦੇ ਇੱਕ ਅਸੀਂ ਹਾਸੋਹੀਣੀ ਸਥਿਤੀ ਵਿੱਚ ਵਿਚਰ ਰਹੇ ਹਾਂ। ਬਿਲਕੁਲ ਸਹੀ। ਔਰ ਇਹਦੇ ਤੋਂ ਮੈਂ ਤਾਂ ਹਮੇਸ਼ਾ ਕਹਿੰਦਾ ਵੀ ਇਹਦੇ ਤੋਂ ਬਚੋਗੇ ਤਾਂ ਤੁਹਾਡੀ ਜਿਹੜਾ ਕੌਮੀਅਤ ਦਾ ਜਜ਼ਬਾ ਕਾਇਮ ਰਹੇਗਾ, ਨਹੀਂ ਤਾਂ ਤੁਹਾਨੂੰ ਨਿਕਲਣ ਵਾਲੀਆਂ ਬੜੇ ਬੈਠੇ ਨੇ ਚਾਰ ਚੁਫੇਰੇ। ਬਿਲਕੁਲ, ਕਬੀਰ ਪੰਖੀ ਏਕੜੋ ਫਾਹੀ ਵਾਲ 50 ਜਾਣੇ ਤੁਹਾਨੂੰ ਜਿਹੜੇ ਬੈਠੇ ਨੇ ਜਾਲ ਲਾ ਕੇ, ਅਤੇ ਇਸ ਇਹਦੇ ਇੰਨਿਆਂ ਹਾਲਾਤਾਂ ਵਿੱਚ ਜਦੋਂ ਤੁਹਾਡੇ ਸਿਰਾਂ ਦੇ ਮੁੱਲ ਪਏ ਉਦੋਂ ਵੀ ਉਹਨਾਂ ਨੇ ਚੜ੍ਹਦੀ ਕਲਾ 'ਚ ਰਹਿ ਕੇ ਤੁਹਾਡੀ ਜਥੇਬੰਦੀ ਨੂੰ, ਤੁਹਾਡੀ ਕੌਮ ਨੂੰ ਕਾਇਮ ਰੱਖਿਆ। ਹੁਣ ਤਾਂ ਅਸੀਂ ਦੁਨੀਆ ਭਰ 'ਚ ਫੈਲ ਰਹੇ ਹਾਂ, ਹੁਣ ਸਾਨੂੰ ਗਿਆਨ ਦੇ ਨਾਲ ਫਲਾਸਫੀ ਦੇ ਨਾਲ ਪ੍ਰਚਾਰ ਦੀ ਲੋੜ ਹੈ। ਜਿਹੜਾ ਅਸੀਂ ਇਹੋ ਜਿਹਾ ਵਰਤਾਰਾ ਵਰਤਾ ਕੇ ਜਿਹੜੀਆਂ ਗੱਲਾਂ ਕਰ ਰਹੇ ਹਾਂ, ਇਹ ਤਾਂ ਅਸੀਂ ਮਤਲਬ ਪੁਲਿਸ ਦੇ ਪਹਿਰੇ ਥੱਲੇ ਜੇ ਪ੍ਰਚਾਰ ਹੋ ਰਿਹਾ ਤਾਂ ਇਹ ਕੋਈ ਪ੍ਰਚਾਰ ਨਹੀਂ ਕਹਿ ਸਕਦੇ, ਇਹ ਤਾਂ ਤਮਾਸ਼ਬੀਨੀ ਅਸੀਂ ਕਰ ਸਕਦੇ ਹਾਂ। ਬਿਲਕੁਲ ਸਹੀ, ਹਾਂਜੀ। ਭਾਈ ਸਾਹਿਬ ਇੱਕ ਗੱਲ ਦੱਸੋ ਕਿ ਜਦੋਂ ਆਪਾਂ ਇਹ ਸਾਰੇ ਕੁਛ ਨੂੰ ਦੇਖਦੇ ਹਾਂ, ਜਿੱਦਾਂ ਮੈਂ ਗੱਲ ਕੀਤੀ ਤੁਸੀਂ, ਮੈਂ ਤਾਂ 75% 'ਤੇ ਬੈਠਾ ਸੀ, ਤੁਸੀਂ 85% ਕਿਹਾ, ਉਹ ਸਿੱਖ ਜਿਹਨੂੰ ਕੋਈ ਲੈਣਾ ਦੇਣਾ ਨਹੀਂ ਬਾਬਾ ਕੀ ਬੋਲਦਾ ਕੀ ਨਹੀਂ ਬੋਲਦਾ, ਉਹਨੂੰ ਪਤਾ ਕਿ ਮੇਰੇ ਗੁਰੂ ਨੇ ਕੀ ਕਿਹਾ ਸੀ, ਮੇਰੇ ਅੰਦਰ ਕੀ ਵਸਿਆ ਅਤੇ ਮੇਰਾ ਨੇਚਾ ਕੀ ਹੈ। ਬਿਲਕੁਲ, ਉਹਦੇ ਹੋਲੀਏ 'ਤੇ ਜੋ ਮਰਜ਼ੀ ਬੋਲੀ ਜਾਣ, ਉਹਦੇ ਅਕੀਦੇ 'ਤੇ ਜੋ ਮਰਜ਼ੀ ਬੋਲੀ ਜਾਣ, ਉਹਦਾ ਵਿਸ਼ਵਾਸ ਨਹੀਂ ਡੁਲਾ ਸਕਦੇ। ਅਤੇ ਮੇਰਾ ਖਿਆਲ ਸਿੱਖ ਹੀ ਕਿਤੇ ਨਾ ਕਿਤੇ ਉਹ ਨਹੀਂ ਹੈ ਜਿਹਨੂੰ ਇਹ ਜਿੰਨਾ ਮਰਜ਼ੀ ਕਹਿਣ ਤਾਂ ਪੁੱਟ ਕੇ ਬਾਹਰ ਸੁੱਟਣੋਂ ਤਾਂ ਰਹਿ ਨਹੀਂ ਸਕਦੇ। ਅੱਛਾ, ਹੁਣ ਇਹਦੇ ਵਿੱਚ ਇੱਕ ਚੀਜ਼ ਇਹ ਆ ਕਿ ਵੀ ਇਸ ਵਰਤਾਰੇ ਨੂੰ ਜੋ ਵੀ ਇਹ ਚੱਲ ਰਿਹਾ, ਇਹਨੂੰ ਸੁਧਾਰਿਆ ਜਾ ਸਕਦਾ? ਤੁਹਾਨੂੰ ਲੱਗਦਾ ਕਿ ਕੋਈ ਐਸੇ ਹੱਲ ਹੈਗੇ ਆ ਵੀ ਜਿਹੜਾ ਪ੍ਰਚਾਰ ਹੈ ਉਹ ਸਹੀ ਲਈ 'ਤੇ ਪੈ ਜਾਵੇ, ਜਿਹੜਾ ਇੱਕ ਸਿੱਖ ਜੋ ਚਾਹੁੰਦਾ ਹੈ, ਜੋ ਉਹਦੇ ਅਸਲ ਮੁੱਦੇ ਨੇ ਜਾਂ ਅਸਲ ਮਸਲੇ ਨੇ ਉਹ ਹੱਲ ਹੋਣ, ਅਤੇ ਜੋ ਸਿੱਖੀ ਬਾਬੇ ਨਾਨਕ ਨੇ ਤੋਰੀ ਸੀ? ਕਿਉਂਕਿ ਮੈਨੂੰ ਲੱਗਦਾ ਕਿ ਇਹ ਕਿਹਾ ਜਾਂਦਾ ਕਿ ਸਿੱਖ ਸਭ ਤੋਂ ਨਵੀਨਤਮ ਧਰਮ ਹੈ, ਪਰ ਨਵੀਨਤਮ ਧਰਮ ਹੁੰਦਿਆਂ ਹੋਇਆਂ ਵੀ ਮੈਨੂੰ ਲੱਗਦਾ ਕਿ ਅਸੀਂ ਇੱਕ ਥਾਂ 'ਤੇ ਆ ਕੇ ਖੜ੍ਹ ਗਏ, ਅਤੇ ਹੌਲੀ ਹੌਲੀ ਉਹ ਜੇ ਪਾਣੀ ਖੜ੍ਹਾ ਰਿਹਾ ਤਾਂ ਮੁਸ਼ਕਲਾਂ ਤਾਂ ਸ਼ੁਰੂ ਹੋਊਗਾ ਹੀ। ਇਹਦੇ ਬਾਰੇ ਨਾ ਮੈਂ ਦਸਮ ਪਾਤਸ਼ਾਹ ਜੀ ਨੇ ਇੱਕ ਲੰਬਾ ਸ਼ਬਦ ਆ, ਪਰ ਮੈਂ ਇੱਕ ਪੰਕਤੀ ਵਰਤਾਂਗਾ ਜੀ। ਸਤਿਗੁਰਾਂ ਨੇ ਤਤ ਦਿੱਤਾ ਆਤਮ ਉਪਦੇਸ਼ ਭੇਸ ਸੰਜਮ ਕੋ ਜੀ, ਜਾਪ ਸੋ ਜਪਾ ਜਪ ਹੈ। ਕਹਿੰਦੇ ਆਪਣੀ ਆਤਮਾ ਨੂੰ ਕਦੀ ਆਪ ਉਪਦੇਸ਼ ਦਿਓ। ਇਹ ਜਿਹੜਾ ਮਾਈਕ ਕਲਚਰ ਦੇ ਉੱਤੇ ਸੰਗਤ ਨੂੰ ਉਪਦੇਸ਼ ਦੇਣ ਵਾਲੇ ਨੇ ਨਾ, ਇਹ ਕਦੀ ਇਕੱਲੇ ਬਹਿ ਕੇ ਸਵੈ ਚਿੰਤਨ ਕਰਦੇ ਆਪਣੇ ਆਪ ਨੂੰ ਉਪਦੇਸ਼ ਦੇਣ, ਤੁਹਾਡੇ ਲਿਖਣ ਨਾਲ ਤੁਹਾਡੇ ਬੋਲਣ ਨਾਲ ਕੌਮ ਦਾ ਭਲਾ ਹੋ ਰਿਹਾ ਕਿ ਨੁਕਸਾਨ ਹੋ ਰਿਹਾ? ਬਿਲਕੁਲ, ਜਿਵੇਂ ਟੈਗੋਰ ਕਹਿੰਦਾ ਨਾ ਵੀ ਪੰਛੀ ਨੂੰ ਭਰਮ ਹੈ ਵੀ ਪਾਣੀ ਦੇ ਵਿੱਚੋਂ ਮੱਛੀ ਨੂੰ ਪਕੜ ਕੇ ਜੇ ਮੈਂ ਹਵਾ 'ਚ ਝੂਟੇ ਦੇਵਾਂ ਤਾਂ ਪਰ ਉਪਕਾਰ ਹੋਏਗਾ, ਇਹ ਨਹੀਂ ਪਤਾ ਵੀ ਇਹਨੇ ਮਰ ਜਾਣਾ। ਇਹ ਜਿਹੜੇ ਇਹ ਭਰਮ ਵਿੱਚ ਜਿਵੇਂ ਪੰਛੀਆਂ ਨੂੰ ਪਏ ਆ ਨਾ ਵੀ ਅਸੀਂ ਹੁਣ ਧਰਮ ਨੂੰ ਐਂ ਵਿਆਖਿਆ ਕਰਾਂਗੇ ਤਾਂ ਇਹ ਪਰ ਉਪਕਾਰ ਹੋ ਗਿਆ, ਨਹੀਂ ਇਹ ਨਹੀਂ ਪਤਾ। ਧਰਮ ਹੁੰਦਾ ਹੀ ਪਰੰਪਰਾਵਾਦੀ ਹੈ ਜੀ, ਉਹ ਪਰੰਪਰਾ ਨੂੰ ਕਾਇਮ ਰੱਖਦਾ। ਤੁਸੀਂ ਕਿਸੇ ਧਰਮ ਦੇ ਵਜੂਦ ਨੂੰ ਪਕੜ ਲਓ, ਉਹ ਕਹਿੰਦੇ ਤੁਸੀਂ ਮੰਨਣਾ ਮੰਨੋ, ਨਹੀਂ ਮੰਨਣਾ ਨਾ ਮੰਨੋ, ਅਸੀਂ ਮੰਨਦੇ ਹਾਂ। ਤੁਸੀਂ ਸਾਡੀ ਰਵਾਇਤ ਨੂੰ ਨਹੀਂ ਮੰਨਦੇ, ਤੁਹਾਡੀ ਸਿਰਦਰਦੀ ਆ ਜੀ, ਨਾ ਮੰਨੋ। ਧਰਮ ਹੁੰਦਾ ਹੀ ਪਰੰਪਰਾ 'ਤੇ ਖੜਾ। ਜਦੋਂ ਤੁਸੀਂ ਹਰ ਪਰੰਪਰਾ ਨੂੰ ਸ਼ੱਕ ਦੇ ਘੇਰੇ 'ਚ ਲਿਆਓਗੇ, ਕੋਈ ਹੁਣ ਵੇਖਣਾ, ਕੋਈ ਇੱਕ ਸੱਜਣ ਕਹਿ ਰਿਹਾ ਵੀ ਮੈਂ ਤਾਂ ਅੰਮ੍ਰਿਤ ਵੇਲਾ ਉਹਨੂੰ ਮੰਨਦਾ ਜਦੋਂ ਅਸੀਂ ਰੱਬ ਦਾ ਨਾਂ ਲੈ ਲਿਆ, ਵੇਖੋ ਮੈਂ ਕਹਿੰਦਾ ਠੀਕ ਆ ਇਹ ਤੁਹਾਡੀ ਵਿਆਖਿਆ, ਪਰ ਸ਼ਾਮ ਦਾ ਵੇਲਾ, ਸੰਧਿਆ ਦਾ ਵੇਲਾ, ਦੁਪਹਿਰ ਦਾ ਵੇਲਾ, ਅੰਮ੍ਰਿਤ ਵੇਲਾ ਇੱਕ ਸਮੇਂ ਦਾ ਨਾਂ ਵੀ ਹੈ ਜੀ, ਹੈ ਨਾ। ਮਤਲਬ ਠੀਕ ਆ ਤੁਹਾਡੀ, ਤੁਸੀਂ ਵਿਆਖਿਆਕਾਰੀ ਮਾਡਰਨ ਕਰਨ ਦੀ ਕੋਸ਼ਿਸ਼ ਕਰਦੇ ਹੋ, ਕਰ ਲਓ ਤਾਂ ਵੀ ਕੋਈ ਗੱਲ ਨਹੀਂ, ਜੁੜੋ ਦੁਪਹਿਰੇ ਜੁੜ ਜਾਓ ਜੀ, ਪਰ ਤੁਸੀਂ ਸਮੇਂ ਦੀ ਵੰਡ ਵੀ ਤਾਂ ਕੋਈ ਹੈ ਨਾ। ਤੁਸੀਂ ਦੁਪਹਿਰ ਸ਼ਾਮ ਨੂੰ ਦੁਪਹਿਰ ਕਿਵੇਂ ਕਹਿ ਲਓਗੇ, ਸਵੇਰ ਨੂੰ ਸ਼ਾਮ ਕਿਵੇਂ ਕਹਿ ਲਓਗੇ? ਕੋਈ ਸਮੇਂ ਦੀ ਵੰਡ ਵੀ ਤਾਂ ਹੁੰਦੀ ਹੈ। ਇਹ ਤੁਹਾਡੀ ਨਿੱਜੀ ਜਿਹੜੀਆਂ ਰੈਆਂ ਥੋਪਣ ਦਾ ਜਿਹੜਾ ਰੂਪ ਹੈ ਨਾ, ਇਹ ਮਤਲਬ ਨੁਕਸਾਨਦੇਹ ਹੈਗਾ। ਇਸ ਕਰਕੇ ਮੇਰਾ ਖਿਆਲ ਹੈ ਜੇ ਆਪਣੀ ਆਤਮਾ ਨੂੰ ਆਪ ਉਪਦੇਸ਼ ਦੇਣ ਨਾ, ਵੀ ਤੁਸੀਂ ਮਤਲਬ ਧਰਮ ਦਾ ਘੱਟੋ ਘੱਟ ਘਾਣ ਨਾ ਕਰੋ। ਜੇ ਤੁਹਾਨੂੰ ਬੋਲਣਾ ਲਿਖਣਾ ਮਾੜਾ ਮੋਟਾ ਆ ਗਿਆ ਨਾ, ਤਾਂ ਉਹ ਲਿਖੋ ਫਿਰ, ਕਾਲੇ ਲੇਖ ਤਾਂ ਨਾ ਲਿਖੋ ਘੱਟੋ ਘੱਟ ਜੀ। ਮਤਲਬ ਘੱਟੋ ਘੱਟ ਦੇਖੋ ਕਿ ਸਮੇਂ ਦੇ ਸੰਦਰਭ ਵਿੱਚ ਜਿਹੜੀਆਂ ਸ਼ਖਸੀਅਤਾਂ ਨੇ ਕੰਮ ਕੀਤਾ ਹੁੰਦਾ। ਕਈ ਵਾਰੀ ਅਸੀਂ ਕਹਿੰਦੇ ਹੁੰਦੇ ਵੀ ਜਿਹੜੀ ਨੀਂਹ ਵਾਲੀ ਇੱਟ ਸਾਨੂੰ ਦੀਂਦੀ ਨਹੀਂ ਹੈ, ਪਰ ਬਿਲਡਿੰਗ ਖੜ੍ਹੀ ਉਹਦੇ ਉੱਤੇ ਹੈ, ਠੀਕ ਆ ਨਾ। ਅੱਜ ਅਸੀਂ ਕੋਈ ਕੁਰਬਾਨੀ ਥੋੜ੍ਹਾ ਕੀਤੀ ਹੈ, ਬਿਲਕੁਲ ਸਹੀ। ਅਸੀਂ ਤਾਂ ਉਹੀ ਸ਼ੇਰ ਬਣ ਕੇ ਗੱਜਦੇ ਤੁਰੇ ਫਿਰਦੇ ਹਾਂ ਜਿਨ੍ਹਾਂ ਨੇ ਇਹਨਾਂ ਨੀਂਹਾਂ ਵਿੱਚ ਸਿਰ ਦਿੱਤੇ ਹੈ, ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਅਸੀਂ ਵਾਹਿਗੁਰੂ ਬੋਲਦੇ ਹਾਂ। ਔਰ
ਬਿਲਕੁਲ। ਉਹ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਨਾ ਵੀ ਹਰਿਮੰਦਰ ਸਾਹਿਬ 'ਚ ਪਰਿਕਰਮਾ ਕਰਦਿਆਂ ਭੁੱਲਿਓ ਨਾ, ਹਰ ਸਿੱਲ ਦੇ ਉੱਤੇ ਸੈਂਕੜੇ ਸੀਸ ਲੱਗੇ ਹੋਏ ਨੇ ਜਿਹਨਾਂ ਤੋਂ ਦੀ ਤੁਸੀਂ ਤੁਰ ਕੇ ਜਾ ਰਹੇ ਹੋ, ਹੈ ਨਾ, ਪਰ ਅਸੀਂ ਉਹਨਾਂ ਬਾਰੇ ਜਾਣਦੇ ਨਹੀਂ ਹੈ, ਪਰ ਤੁਹਾਨੂੰ ਤੁਰਨ ਦਾ ਅਧਿਕਾਰ ਕਿਸੇ ਨੇ ਲੈ ਕੇ ਦਿੱਤਾ ਹੋਇਆ। ਬਿਲਕੁਲ। ਇਹ ਜਿਹੜੇ ਨੀਹਾਂ ਵਿੱਚ ਜਿਨ੍ਹਾਂ ਨੇ ਪਿਛੋਕੜ ਵਿੱਚ ਇੰਨੀਆਂ ਕੁਰਬਾਨੀਆਂ ਕੀਤੀਆਂ, ਉਹ ਜਿਹੜੇ ਬਜ਼ੁਰਗ ਸਨ, ਜਿਹੜੇ ਧਰਮ ਰੱਤੇ ਸਨ, ਜਿਹੜੇ ਵਿਚਾਰੇ ਕੋਈ ਗੱਡੀ ਨਹੀਂ ਸੀ ਹੁੰਦੀ, ਮੈਂ ਸਿਰਫ ਜੇ ਬਹੁਤ ਸਾਰਿਆਂ ਦਾ ਜੀਵਨ ਪੜਿਆ, ਮੈਂ ਇੱਕ ਗੱਲ ਕਰਾਂਗਾ, ਸੰਤ ਗੁਰਬਚਨ ਸਿੰਘ ਹੋਣਾ ਪਿੰਡਰਾਣਾ ਕੋਲ ਨਾ ਕੋਈ ਗੱਡੀ ਸੀ, ਤੁਰ ਕੇ ਬਹੀਰ ਚੱਲਦਾ ਸੀ, ਸ਼ਾਮ ਦੀ ਰੋਟੀ ਦਾ ਪਤਾ ਨਹੀਂ ਸੀ ਹੁੰਦਾ ਕਿੱਥੋਂ, ਉਹ ਤੁਰਦੀ ਫਿਰਦੀ ਯੂਨੀਵਰਸਿਟੀ ਕਹਿੰਦੇ ਸਨ। ਕਿਉਂ ਕਹਿੰਦੇ ਸਨ? ਜਿੰਨੀਆਂ ਭਾਸ਼ਾਵਾਂ ਦਾ ਉਹਨਾਂ ਕੋਲ ਗਿਆਨ ਸੀਗਾ, ਜਿੰਨੀ ਉਹ ਬੰਦਗੀ ਸਿਮਰਨ ਵਾਲੀ ਰੂਹ ਸੀ, ਜਿੰਨੇ ਉਹਨਾਂ ਨੇ ਵਿਦਿਆਰਥੀ ਪੈਦਾ ਕੀਤੇ, ਸਿੰਘ ਸਾਹਿਬਾਨ ਪੈਦਾ ਕੀਤੇ, ਹਰਿਮੰਦਰ ਸਾਹਿਬ ਵਿੱਚੋਂ ਜਦੋਂ ਹੈੱਡ ਗ੍ਰੰਥੀ ਦੀ ਲੋੜ ਪੈਂਦੀ ਸੀ, ਸੰਤ ਗੁਰਬਚਨ ਸਿੰਘ ਜੀ ਨੂੰ ਸੁਨੇਹਾ ਭੇਜਦੇ ਸਨ ਵੀ ਸਾਨੂੰ ਕੋਈ ਵਿਦਵਾਨ ਦਿਓ, ਇਹਦਾ ਮਤਲਬ ਉਹਨਾਂ 'ਤੇ ਤੁਹਾਨੂੰ ਭਰੋਸਾ ਤਾਂ ਸੀ ਨਾ। ਹੁਣ ਅੱਜ ਜੇ ਅਸੀਂ ਕਹੀਏ ਵੀ ਸੰਪਰਦਾਵਾਂ ਮਾੜੀਆਂ ਟਕਸਾਲ, ਮੈਂ ਫਿਰ ਕਹਿੰਦਾ ਵੀ ਤੁਸੀਂ ਸਾਰੇ ਗੁਰੂ ਦਾ ਪਰਿਵਾਰ ਹੋ, ਭਾਵੇਂ ਤੁਸੀਂ ਮਿਸ਼ਨਰੀ ਹੋ, ਭਾਵੇਂ ਤੁਸੀਂ ਟਕਸਾਲੀ ਸਿੰਘ ਹੋ, ਭਾਵੇਂ ਕੁਛ ਹੋਰ ਸੰਪਰਦਾ ਦੇ ਹੋ, ਤੁਹਾਡਾ ਵਜੂਦ ਰਹਿਣਾ ਜ਼ਰੂਰੀ ਹੈ, ਤੁਸੀਂ ਇੱਕ ਦੂਜੇ ਦਾ ਸਤਿਕਾਰ ਕਰੋਗੇ, ਇੱਕ ਇਕੱਲਾ ਦੋ ਗਿਆਰਾਂ ਹੱਥ ਨੂੰ ਹੱਥ ਧੋਂਦਾ, ਇਹ ਮੁਹਾਵਰੇ ਐਵੇਂ ਨਹੀਂ ਬਣੇ। ਮੈਂ ਯੂਨੀਅਨਾਂ 'ਚ ਵੀ ਕਈ ਵਾਰੀ ਗੱਲ ਕਰਦਾ ਹੁੰਦਾ ਸੀ ਵੀ ਤੁਸੀਂ ਬੱਚਿਆਂ ਨੂੰ ਤਾਂ ਬਚਪਨ ਤੋਂ ਪੜ੍ਹਾਉਂਦੇ ਹੋ ਕਬੂਤਰਾਂ ਦੀ ਕਹਾਣੀ, ਇੱਕੇ ਵਿੱਚ ਬਰਕਤ ਹੈ ਜੀ, ਵੀ ਕਬੂਤਰ ਇਕੱਠੇ ਹੋਏ ਅਤੇ ਉਹ ਜਾਲ ਅਡਾ ਕੇ ਲੈ ਗਏ, ਆਪ ਤੁਸੀਂ ਛਿੱਤਰੋ ਪਤਾਣੀ ਰੋਜ਼ ਹੁੰਦੇ ਹੋ, ਜਿੰਨੀਆਂ ਯੂਨੀਅਨ ਨੇ ਉਹ ਦਸ ਦਸ ਬਣੀਆਂ ਫਿਰਦੀਆਂ ਨੇ, ਚਾਹੇ ਉਹ ਵਿਦਿਆਰਥੀਆਂ ਦੀਆਂ ਨੇ, ਪ੍ਰੋਫੈਸਰਾਂ ਦੀਆਂ ਨੇ, ਅਧਿਆਪਕਾਂ ਦੀਆਂ ਨੇ, ਪਿੰਡਾਂ ਦੀਆਂ ਪੰਚਾਇਤਾਂ ਨੇ, ਇਹ ਬਚਪਨ ਤੋਂ ਕਬੂਤਰਾਂ ਦੀ ਕਹਾਣੀ ਤਾਂ ਪੜ੍ਹਦੇ, ਇੱਕੇ 'ਚ ਬਰਕਤ ਹੈ ਜੀ, ਪਰ ਇੱਕੇ 'ਚ ਬਰਕਤ ਕਰਦੇ ਵੀ ਨਹੀਂ। ਹਾਂ, ਹੁਣ ਇਹ ਤਾਂ ਸਾਡੇ ਇਹ ਲੋਕ ਵੀ ਸੋਚਣ ਵੀ ਬਰਕਤ ਤਾਂ ਇੱਕੇ 'ਚ ਹੋਣੀ ਹੈ, ਜਿਵੇਂ ਤੁਸੀਂ ਖਿੰਡਰੇ ਫਿਰਦੇ ਹੋ ਫਿਰ ਇਕੱਲੇ ਇਕੱਲੇ ਖੰਭ ਤੜਾਉਂਦੇ, ਫਿਰ ਉਹ ਸ਼ਕਤੀ ਤਾਂ ਤੁਹਾਡੀ ਕੋਈ ਵੀ ਨਹੀਂ। ਮੈਨੂੰ ਲੱਗਦਾ ਜੀ ਜਿਹੜੀ ਏਕੇ 'ਚ ਬਰਕਤ ਆਪਾਂ ਪੜ੍ਹਿਆ ਨਾ, ਆਪਾਂ ਨੂੰ ਇੱਕੇ 'ਚ ਹੀ ਬਰਕਤ ਕਰ ਲਿਆ, ਅਤੇ ਉਹ ਇੱਕੇ ਕੋਲ ਹੀ ਰਹੇ ਬਰਕਤ, ਬਾਕੀਆਂ ਕੋਲ ਨਹੀਂ ਜਾਣੀ ਚਾਹੀਦੀ। ਇਹ ਗੱਲ ਮੈਂ ਨਾ ਜੀ ਇੱਕ ਉਦਾਹਰਣ ਜ਼ਰੂਰ ਤੁਹਾਡੇ ਕੋਲੋਂ ਚਾਹੁੰਦਾ, ਇੱਕ ਸ਼ਬਦ ਨਾ ਜਿਹੜਾ ਹਰੇਕ ਬੰਦੇ ਨੂੰ ਕਿਤੇ ਨਾ ਕਿਤੇ ਯਾਦ ਰਹਿੰਦਾ, ਅਤੇ ਮੇਰੇ ਖਿਆਲ ਜਿਹੜੀਆਂ ਪੁਰਾਣੀਆਂ ਮਾਈਆਂ ਬੀਬੀਆਂ ਨਾ, ਉਹਨਾਂ ਨੂੰ ਤਾਂ ਯੰਤਰੀ ਕੈਲੰਡਰ ਵੇਖਣ ਦੀ ਵੀ ਲੋੜ ਨਹੀਂ ਪੈਂਦੀ, ਉਹਨਾਂ ਨੂੰ ਵੈਸੇ ਹੀ ਪਤਾ ਕਿ ਵੀ ਅੱਜ ਸੰਗਰਾਂਦ ਹੈ। ਇਸ ਚੀਜ਼ ਦੇ ਉੱਪਰ ਨਾ ਮੇਰਾ ਖਿਆਲ ਦੇਸ਼ਾਂ ਵਿਦੇਸ਼ਾਂ 'ਚ ਵੀ ਰੌਲਾ ਪੈ ਗਿਆ, ਕੋਈ ਕਹਿੰਦਾ ਸੰਗਰਾਂਦ ਇੱਦਣ ਹੈ, ਕੋਈ ਕਹਿੰਦਾ ਸੰਗਰਾਂਦ ਉਂਦਣ ਹੈ, ਕੋਈ ਕਹਿੰਦਾ ਜੀ ਸੰਗਰਾਂਦ ਮਨਾਉਣੀ ਨਹੀਂ ਚਾਹੀਦੀ, ਮੱਸਿਆ ਪੁੰਨਿਆ ਨਹੀਂ ਚਾਹੀਦੀ। ਮੈਂ ਚਾਹੁੰਦਾ ਕਿ ਇਹ ਸਾਰੇ ਕੁਛ ਨੂੰ ਤੁਸੀਂ ਥੋੜ੍ਹਾ ਜਿਹਾ ਸਮਝਾਓ ਕਿ ਐਸਾ ਕਿਹੜਾ ਨਜ਼ਰੀਆ ਹੋ ਸਕਦਾ ਹੈ ਕਿ ਸਾਰਾ ਕੁਛ ਜਿਉਂ ਦਾ ਤਿਉਂ ਚੱਲਦਾ ਰਹੇ, ਜੇ ਮੇਰੇ ਪੜਦਾਦੇ ਤੋਂ ਵੀ ਪੜਦਾਦੇ ਦੇ ਵੇਲੇ ਤੋਂ ਚੱਲਦਾ ਰਿਹਾ ਅਤੇ ਮੈਂ ਅੱਜ ਇਸ ਦੁਨੀਆਂ 'ਚ ਚੱਲ ਰਿਹਾ ਅਤੇ ਸਿੱਖੀ ਅੱਜ ਵੀ ਕਾਇਮ ਹੈ, ਅਤੇ ਜੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਵੀ ਚੱਲਦਾ ਰਹੂਗਾ ਅਤੇ ਸਿੱਖੀ ਵਧੇ ਫੁੱਲੇ, ਉਹ ਕਿਹੜਾ ਰਸਤਾ ਹੋ ਸਕਦਾ? ਦੇਖੋ, ਸਾਡੇ ਇੱਕ ਵਰਗ ਨੇ ਨਾ ਰੱਟਾ ਲਾ ਲਿਆ ਤੋਤਿਆਂ ਵਾਕਣ ਕੇ, ਸੰਗਰਾਂਦ ਮੱਸਿਆ ਪੁੰਨਿਆ ਸਾਡੀ ਨਹੀਂ। ਮੈਂ ਹਮੇਸ਼ਾ ਜਿੱਥੇ ਵੀ ਬੋਲਾਂ ਮੈਂ ਕਹਿੰਦਾ ਹੁੰਦਾ ਇਹ ਸਾਡਾ ਜੋੜ ਮੇਲਾ ਜੀ, ਅਸੀਂ ਪਿੰਡਾਂ ਨੂੰ ਬਿਲੋਂਗ ਕਰਦੇ ਹਾਂ, ਸਾਨੂੰ ਪਤਾ ਕਿ ਸੰਗਰਾਂਦ ਤੋਂ ਸਿਵਾ ਗੁਰਦੁਆਰੇ ਕਾਠੀ ਕਿਤੇ ਨਹੀਂ ਸੀ ਹੁੰਦਾ। ਅੱਜ ਵੀ ਦੁਨੀਆਂ ਦੇ 160 ਦੇਸ਼ਾਂ 'ਚ ਤਕਰੀਬਨ ਸਿੱਖ ਵੱਸਦੇ ਆ, ਹਿੰਦੁਸਤਾਨ ਦੀਆਂ ਬਾਕੀ ਸਟੇਟਾਂ 'ਚ ਇੱਕ ਵੀ ਗੁਰਦੁਆਰਾ ਨਹੀਂ ਹੈਗਾ ਜਿੱਥੇ ਸੰਗਰਾਂਦ ਨਾ ਮਨਾਈ ਜਾਂਦੀ ਹੋਵੇ ਜੀ। ਅਸੀਂ ਅੱਖਰੀ ਅਰਥ ਕਰਦੇ ਹਾਂ ਕਿ ਸੂਰਜ ਰਾਸ ਬਦਲਦਾ ਅਤੇ ਰੁੱਤਾਂ ਵੀ ਤਾਂ ਐਵੇਂ ਬਦਲਦੀਆਂ ਨੇ, ਬਾਣੀ ਕਹਿੰਦੀ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਗਏ ਕੀਤੇ ਵਿਸ, ਭਾਰਤੀ 6 ਰੁੱਤਾਂ ਦੀ ਫਿਲਾਸਫੀ ਹੈ ਹੀ ਸੂਰਜ ਨਾਲ, ਕਦੀ ਗਰਮੀ ਆ ਗਈ, ਸਰਦੀ ਆ ਗਈ, ਬਸੰਤ ਰੁੱਤ ਆ ਗਈ, ਬਹਾਰ ਰੁੱਤ ਆ ਗਈ, ਹੈ ਨਾ ਜੀ। ਅਤੇ ਜੇ ਰੁੱਤਾਂ ਬਦਲਦੀਆਂ ਸੂਰਜ ਨਾਲ ਹੈ ਅਤੇ ਇਹ ਦਿਨਾਂ ਨੂੰ ਸਾਨੂੰ ਇਹਨਾਂ ਨੂੰ ਨਕਾਰਨ ਨਾਲੋਂ, ਕਿਉਂਕਿ ਸਾਡਾ ਜੋੜ ਮੇਲਾ ਜੀ, ਔਰ ਇਸ ਜੋੜ ਮੇਲੇ ਨੂੰ ਚੰਗੇ ਢੰਗ ਨਾਲ ਮਨਾਉਣਾ ਸਾਡਾ ਧਰਮ ਹੈ। ਮੈਂ ਕਹਿੰਦਾ ਉਹਨਾਂ ਦੇਖੋ 12 ਮਾਹ ਹਿੰਦੁਸਤਾਨ ਵਿੱਚ ਪਿਆਰਾ ਸਿੰਘ ਪਦਮ ਨੇ, ਸੋਰੀ, ਮੈਂ ਜਿਹੜੇ ਆਡਿਟ ਕੀਤੀ ਹੈ ਬੁੱਕ ਸੰਪਾਦਨ ਕੀਤੀ ਹੈ ਉਹਦੇ ਵਿੱਚ 152 12 ਮਾਹ ਉਹਨਾਂ ਨੇ ਲਿਖੇ ਹੋਏ ਨੇ ਅਤੇ 150 ਦੇ ਕਰੀਬ ਉਹਨਾਂ ਨੇ ਕਿਹਾ ਜਿਹੜੇ ਖਰੜੇ ਹੈਗੇ ਨੇ, 312 ਮਾਹ ਹਿੰਦੁਸਤਾਨ 'ਚ ਲਿਖੇ ਗਏ ਨੇ। ਅੱਛਾ ਜੀ, 312 ਮਾਹ 'ਚੋਂ ਪੰਜਾਬੀ ਬੰਦਾ ਪੰਜਵੇਂ ਪਾਤਸ਼ਾਹ ਦੇ 12 ਮਾਹ ਤੋਂ ਸਿਵਾ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਤਖਾਰੀ ਰਾਗ ਤੋਂ ਸਿਵਾ ਕਿੰਨੇ ਕੁ ਲੋਕ ਜਾਣਦੇ ਨੇ? 12 ਮਹੀਨਿਆਂ ਪ੍ਰਥਾ ਹੈ ਉਹ 12 ਮਾਹ ਤੁਸੀਂ ਇੱਕ ਵਾਰੀ ਪੜ੍ਹੋਗੇ, ਦੂਜੀ ਵਾਰ ਤੁਹਾਡਾ ਪੜ੍ਹਨ ਨੂੰ ਜੀ ਨਹੀਂ ਕਰਨਾ ਕਿਉਂਕਿ ਤੁਸੀਂ ਪੜ੍ਹ ਲਿਆ। ਕਿਹੜੀ ਸ਼ਕਤੀ ਹੈ ਇਸ 12 ਮਾਹ ਦੇ ਵਿੱਚ? ਤੁਸੀਂ ਕੰਟੀਨਿਊ ਪੜ੍ਹਦੇ ਆ ਰਹੇ ਹੋ ਹਰ ਮਹੀਨੇ। ਜਿਸ ਬੰਦੇ ਨੂੰ ਰੁੱਤਾਂ ਦੀ ਫਿਲਾਸਫੀ ਦੀ ਸਮਝ ਹੈ, ਮਨੋਵਿਗਿਆਨ ਦੀ ਸਮਝ ਹੈ ਕਿ ਮਨੋਵਿਗਿਆਨਕ ਤੌਰ 'ਤੇ ਰੁੱਤਾਂ ਨਾਲ ਸੁਭਾਅ ਬਦਲਦੇ ਨੇ, ਸੁਭਾਅ ਵਿੱਚ ਪਰਿਵਰਤਨ ਆਉਂਦੇ ਨੇ, ਬਾਹਰੀ ਤਪਸ਼ ਹੁੰਦੀ ਹੈ, ਅੰਦਰੂਨੀ ਵੀ ਇੱਕ ਖਿਆਲਾਤ ਬਦਲਦੇ ਨੇ, ਉਹ 12 ਮਾਹ ਦੀ ਵਿਆਖਿਆ ਸਭ ਤੋਂ ਵਧੀਆ ਕਰ ਸਕੇਗਾ ਜੀ। ਇਸ ਲਈ ਇਹ ਜਿਹੜੇ ਦਿਨ ਨੇ ਜੋੜ ਮੇਲੇ ਗੁਰੂ ਸਾਹਿਬਾਂ ਨੇ ਪੈਦਾ ਕੀਤੇ, ਤੀਜੇ ਪਾਤਸ਼ਾਹ ਨੇ ਵਿਸਾਖੀ ਦਾ ਜੋੜ ਮੇਲਾ ਗੋਇੰਦਵਾਲ ਸਾਹਿਬ ਤੋਂ ਸ਼ੁਰੂ ਕੀਤਾ, ਅੱਜ ਇਹ ਸਾਡਾ ਵਿਸ਼ਵ ਪੱਧਰ ਦਾ ਕੌਮੀ ਤਿਉਹਾਰ ਹੈ।
ਭਾਵੇਂ ਪੰਥ ਦੀ ਸਾਜਨਾ ਦਸਮ ਪਾਤਸ਼ਾਹ ਨੇ ਬਾਅਦ 'ਚ ਕੀਤੀ। ਗੁਰਪੁਰਬ ਸਾਡੇ ਕੌਮੀ ਤਿਉਹਾਰ ਨੇ, ਅਸੀਂ ਜੁੜਦੇ ਹਾਂ। ਦਿਵਾਲੀ ਸਾਰੀ ਦੁਨੀਆ ਦਾ ਤਿਉਹਾਰ ਹੈ ਔਰ ਦਿਵਾਲੀ ਦਾ ਮੈਂ ਸਭ ਤੋਂ ਵਧੀਆ ਕਹਿੰਦਾ ਨਾ ਵੀ ਜੇ ਹਿੰਦੁਸਤਾਨ 'ਚ ਦਿਵਾਲੀ ਨਾ ਹੁੰਦੀ ਅੱਧਿਆਂ ਲੋਕਾਂ ਦੇ ਘਰ ਢਹਿ ਜਾਇਆ ਕਰਨੇ ਸੀ, ਇਹਨਾਂ ਨੇ ਕੋਈ ਰੰਗ ਰੋਗਨ ਨਹੀਂ ਕਰਿਆ ਕਰਨਾ। ਇਹ ਬਹਾਨੇ ਨਾਲ ਭਾਵੇਂ ਰੁੱਤ ਦਾ ਬਦਲਾਓ ਹੈ ਜੀ, ਪਰ ਘੱਟੋ ਘੱਟ ਬਹਾਨੇ ਨਾਲ ਜਿਹੜਾ ਨਿਕੰਮੇ ਤੋਂ ਨਿਕੰਮਾ ਆਲਸੀ ਤੋਂ ਆਲਸੀ ਬੰਦਾ ਵੀ ਉਹ ਘਰ ਸ਼ਿੰਗਾਰ ਲੈਂਦਾ, ਕੋਈ ਨਾ ਕੋਈ ਦਿਨਾਂ ਦੀ ਦੇਣ ਹੁੰਦੀ ਹੈ। ਬਿਲਕੁਲ, ਇਸ ਲਈ ਇਹਨਾਂ ਦਿਨਾਂ ਨੂੰ ਪੋਜ਼ਿਟਿਵ ਜਿਹੜਾ ਆਸ਼ਾਵਾਦੀ ਲੈਣਾ ਚਾਹੀਦਾ ਔਰ ਇਹਦੇ ਪ੍ਰਤੀ ਜਿਹੜੀ ਆ ਨੁਕਤਾ ਜਿੰਨੀ ਹਲਕੇ ਜੇ ਪੱਧਰ ਦੀ ਕਰਨਾ ਜੀ, ਇਹ ਸੂਰਜ ਦੀ ਪੂਜਾ ਕਿਹੜਾ ਸਿੱਖ ਕਰਦਾ ਸੰਗਰਾਂਦ ਵਾਲੇ ਦਿਨ, ਇਹ ਤਾਂ ਬਾਰਾਂ ਮਾਹ ਦਾ ਪਾਠ ਹੁੰਦਾ। ਇਹ ਵਿਆਖਿਆਕਾਰ 'ਤੇ ਨਿਰਭਰ ਹੈਗਾ ਉਹ ਉਪਦੇਸ਼ ਕਿਵੇਂ ਦਿੰਦਾ, ਕਿਉਂਕਿ 12 ਮਹੀਨਿਆਂ ਦਾ ਇੱਕ ਮਤਲਬ ਹੈ। ਹੁਣ ਇਹ ਲੜਾਈ ਵੀ ਇੱਕ ਇੱਕ ਮਿਸ਼ਨਰੀ ਟਕਸਾਲੀ ਦੀ ਲੜਾਈ ਬਣ ਗਈ। ਹੁਣ ਮਿਸ਼ਨਰੀ ਕਹਿੰਦਾ ਜੀ ਸੰਗਰਾਂਦ ਸਾਡੀ ਨਹੀਂ ਹੈਗੀ। ਹੁਣ ਦੱਸੋ ਵੀ ਇਹ ਜਿਹੜਾ 12 ਮਾਹ ਹੈ ਤਾਂ ਗੁਰੂ ਸਾਹਿਬਾਂ ਨੇ ਰਚਿਆ ਨਾ ਕਿ ਟਕਸਾਲ ਨੇ ਰਚਿਆ, ਅਤੇ ਇਹ ਸਾਡੀ ਇੱਕ ਪਿਛੋਕੜ ਵਿੱਚ ਅਸੀਂ ਮੈਕਸੀਮਮ ਜਿਹੜੇ ਪ੍ਰਚਾਰਕ ਸਾਡੇ ਪੰਜਾਬ ਦੇ ਆ, ਮੈਂ ਗੱਲਾਂ ਵੀ ਇਹ 95% ਸੰਗਰਾਂਦ ਦੇ ਦਿਨਾਂ ਤੋਂ ਤਿਆਰ ਹੋਏ ਨੇ, ਮੱਸਿਆ ਮੇਲਿਆਂ ਦੇ ਦੀਵਾਨਾਂ ਤੋਂ ਇਹਨਾਂ ਨੇ ਬੋਲਣਾ ਸਿੱਖਿਆ, ਇਹ ਖੁਦ ਵੀ ਮਤਲਬ ਇਹਨਾਂ ਨੂੰ ਸਮਝਾਉਣੀ ਚਾਹੀਦੀ ਹੈ। ਬਿਲਕੁਲ, ਮਤਲਬ ਇਹਨੂੰ ਪੋਜ਼ਿਟਿਵ ਚੀਜ਼ ਨੂੰ ਲਓ ਵੀ ਤੁਸੀਂ ਉਹਦੀ ਸਦਵਰਤੋਂ ਕਿਵੇਂ ਕਰਨੀ ਹੈ। ਮਤਲਬ ਗੁੜ ਹੈ, ਗੁੜ ਦਾ ਭਾਵੇਂ ਕੜਾਹ ਬਣਾ ਲਓ ਭਾਵੇਂ ਤੁਸੀਂ ਸ਼ਰਾਬ ਬਣਾ ਲਓ, ਇਹ ਤਾਂ ਤੁਹਾਡੀ ਸੋਚ 'ਤੇ ਨਿਰਭਰ ਹੈ। ਗੁੜ ਦਾ ਕਸੂਰ ਥੋੜ੍ਹਾ ਕੁਦਰਤ ਨੇ ਤਾਂ ਗੰਨਾ ਪੈਦਾ ਕੀਤਾ, ਗੰਨਾ ਸ਼ੀਤਲ ਹੈ ਠੰਡਾ ਹੈ, 100 ਦਵਾਈਆਂ ਦਾ ਇਲਾਜ ਹੈ, ਗੁੜ 100 ਦਵਾਈਆਂ ਦਾ ਇਲਾਜ ਹੈ। ਤੁਸੀਂ ਗੁੜ ਦਾ ਜੋ ਮਰਜ਼ੀ ਬਣਾ ਲਓ, ਚਾਹ ਬਣਾ ਲਓ ਚਾਹੇ ਸ਼ਰਾਬ ਬਣਾ ਲਓ, ਚਾਹ ਪੀਣ ਵਾਲਾ ਕੰਮ ਲੱਗ ਜਾਏਗਾ, ਸ਼ਰਾਬ ਪੀ ਕੇ ਬੰਦਾ ਡਿੱਗ ਵੀ ਸਕਦਾ, ਇਹ ਤਾਂ ਬੰਦੇ 'ਤੇ ਨਿਰਭਰ ਹੈ। ਵਰਤਣਾ ਕਿਵੇਂ, ਵਰਤਣਾ ਕਿਵੇਂ। ਅੱਛਾ ਬ੍ਰਹਮ ਸਾਹਿਬ, ਇੱਕ ਗੱਲ ਮੈਂ ਜ਼ਰੂਰ ਕਈ ਵਾਰ ਸੋਚਦਾ ਹੁੰਦਾ ਕਿ ਜੇ ਆਪਾਂ ਬਾਬੇ ਨਾਨਕ ਦੀ ਗੱਲ ਕਰੀਏ ਤਾਂ ਬਾਬੇ ਨਾਨਕ ਨੇ ਸਾਨੂੰ ਕਿਹਾ ਵੀ ਕਿਰਤ ਵੀ ਕਰਨੀ ਹੈ ਅਤੇ ਨਾਮ ਵੀ ਜਪਣਾ ਹੈ ਅਤੇ ਜੋ ਤੁਸੀਂ ਕਮਾਓਗੇ ਵੰਡ ਕੇ ਛੱਕ ਵੀ ਲਿਓ। ਬਿਲਕੁਲ, ਮੈਂ ਜੇ ਗੁਰੂ ਅੰਗਦ ਸਾਹਿਬ ਵੱਲ ਆਉਣਾ ਅਤੇ ਉਹਨਾਂ ਨੇ ਆਪਾਂ ਨੂੰ ਦੱਸਿਆ ਕਿ ਵੀ ਆਪਣਾ ਜਿਹੜਾ ਤੁਸੀਂ ਜਿਹਨੂੰ ਤੁਸੀਂ ਗੁਰੂ ਮੰਨ ਲੈਂਦੇ ਹੋ ਉਹਦੀ ਸੇਵਾ ਕਿਵੇਂ ਕਰਨੀ ਹੈ, ਉਸ ਤੋਂ ਬਾਅਦ ਫਿਰ ਉਹਨਾਂ ਨੇ ਸਾਨੂੰ ਪੜ੍ਹਾਈ ਲਿਖਾਈ ਵਾਲੇ ਪਾਸੇ ਵੀ ਤੋਰਿਆ, ਖੇਡਾਂ ਵਾਲੇ ਪਾਸੇ ਵੀ ਤੋਰਿਆ। ਗੁਰੂ ਅਮਰਦਾਸ ਮਹਾਰਾਜ ਦੀ ਗੱਲ ਕਰੀ ਤਾਂ ਬਹੁਤ ਸਾਰੀਆਂ ਜਿਹੜੀਆਂ ਪ੍ਰਥਾਵਾਂ ਸੀਗੀਆਂ, ਕੋਈ ਸਤੀ ਪ੍ਰਥਾ ਦੀ ਗੱਲ ਕਰੀ ਜਾਂਦਾ, ਕਾਸੇ ਦੀ ਕਰੀ ਜਾਂਦਾ, ਸਭ ਕੋਈ ਘੁੰਡ ਦੀ ਗੱਲ ਕਰੀ ਜਾਂਦਾ, ਸਭ ਉਹਨਾਂ ਕਹਿੰਦਾ ਲਾਹ ਦਿਓ ਦੀ ਲੋੜ ਨਹੀਂ ਹੈਗੀ। ਗੁਰੂ ਰਾਮਦਾਸ ਪਾਤਸ਼ਾਹ ਆਪਾਂ ਚਲੇ ਜਾਂਦੇ ਹਾਂ, ਉਹਨਾਂ ਨੇ ਹੁਕਮ ਕਿਵੇਂ ਮੰਨਣਾ, ਵਾਰ ਵਾਰ ਕਿਹਾ ਜੀ ਆਹ ਕੰਮ ਕਰ ਲਓ ਜੀ, ਸਿਰ ਝੁਕਾ ਕੇ ਮੰਨ ਲਿਆ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਵੀ ਜੋ ਮਰਜ਼ੀ ਕੋਈ ਜ਼ੁਲਮ ਕਰੀ ਜਾਵੇ ਮੈਂ ਤੱਤੀ ਤਵੀ 'ਤੇ ਬੈਠ ਕੇ ਇੱਕ ਉਦਾਹਰਨ ਸੈੱਟ ਕਰਨੀ। ਉਹ ਵਾਲਾ ਜਿਹੜਾ ਜੀਵਨ ਫਲਸਫਾ ਹੈ ਉਹ ਸਾਡੇ ਵਾਲੇ ਸਿੱਖਾਂ 'ਚੋਂ ਕਿਉਂ ਗਾਇਬ ਹੋ ਗਿਆ? ਉਹ ਜਿਹੜੀਆਂ ਸਿੱਖਿਆਵਾਂ ਜਿਹੜੀਆਂ ਗੁਰੂ ਸਾਹਿਬ ਨੇ ਆਪਣੇ ਜੀਵਨ 'ਚ ਹੰਢਾ ਕੇ ਦਿੱਤੀਆਂ, ਇੱਕ ਤਾਂ ਹੁੰਦੀਆਂ ਮੂੰਹ ਬੋਲ ਕੇ, ਬਿਲਕੁਲ ਬਿਲਕੁਲ, ਅਤੇ ਉਹ ਕਿਉਂ ਗਾਇਬ ਹੋ ਗਈਆਂ ਜੀ? ਉਹ ਵੇਖੋ ਇਹ ਹੁੰਦਾ ਨਾ ਵੀ ਕੁਝ ਵਰਗ ਉਹ ਹੁੰਦਾ ਵੀ ਜਿਹੜਾ ਵਿਹਲੜ ਜਮਾਤ ਪੈਦਾ ਹੋ ਜਾਂਦੀ ਹੈ ਜੀ, ਜਿਹੜਾ ਹੁੰਦਾ ਵੀ ਜਿਹੜਾ ਦੁਨੀਆ ਲੁੱਟੋ ਮੱਕਰ ਨਾਲ ਰੋਟੀ ਖਾਓ ਸ਼ੱਕਰ ਨਾਲ, ਉਸ ਵਰਗ ਨੇ ਜਿਹੜਾ ਕੁਝ ਲੋਕ ਕਿਰਤ ਤੋਂ ਟੁੱਟੇ ਜੀ। ਕਿਰਤ ਕਰਨ ਵਾਲਾ ਹਮੇਸ਼ਾ ਇਮਾਨਦਾਰੀ ਆਪਦੀ ਕਾਇਮ ਰੱਖਦਾ, ਨਾਮ ਜਪਣਾ ਇਸ ਲਈ ਹੈ ਕਿ ਉਹਦਾ ਸ਼ੁਕਰਾਨਾ ਵੀ ਕਰਨਾ ਜੀ, ਵੀ ਜਿਹਨੇ ਇੰਨਾ ਕੁਝ ਦਿੱਤਾ, ਸਭ ਕੁਝ ਹੱਡ ਪੈਰ ਤੰਦਰੁਸਤੀ ਦਿੱਤੀ ਹੈ, ਗਰੀਬ ਲੋੜਵੰਦ ਨੂੰ ਵੰਡ ਕੇ ਵੀ ਛਕਣਾ ਕਿ ਸਮਾਜ ਨੂੰ ਬੈਲੈਂਸ ਕਰਨਾ ਜ਼ਰੂਰੀ ਹੈ। ਆਫਟਰ ਆਲ ਸਾਡੇ ਜੀਵ ਜੰਤੂ ਵੀ ਸਾਡੇ 'ਤੇ ਨਿਰਭਰ ਨੇ, ਬਿਲਕੁਲ ਜਿਹੜੇ ਅਪਾਹਜ ਨੇ ਗਰੀਬ ਨੇ ਉਹ ਹੜ੍ਹ ਮਾਰ ਜਾਂਦੇ ਨੇ, ਕੋਈ ਕੋਈ ਮੁਸ਼ਕਲਾਂ ਆਉਂਦੀਆਂ, ਉਹ ਵੀ ਜ਼ਰੂਰੀ ਹੈ। ਹੁਣ ਇਹਦੇ 'ਚ ਕੁਝ ਵਰਗ ਕੇਵਲ ਇਹਦੇ 'ਤੇ ਨਿਰਭਰ ਹੋ ਕੇ ਰਹਿ ਗਿਆ ਧਰਮ ਦੇ ਉੱਤੇ, ਜਿਨ੍ਹਾਂ ਨੇ ਇੱਕ ਧਰਮ ਨੂੰ ਕਿੱਤਾ ਬਣਾ ਲਿਆ ਜੀ, ਕਿਉਂਕਿ ਨੌਕਰੀ ਪੇਸ਼ਾ ਹੋਰ ਕੋਈ ਨਹੀਂ। ਕੁਝ ਤਾਂ ਸੀ ਨਾ ਸਾਡੇ ਜਿਹੜੇ ਮੈਂ ਇਹ ਅਦਾਰੇ ਸੀ, ਮੰਨ ਲਓ ਸਾਡੇ ਸ਼੍ਰੋਮਣੀ ਕਮੇਟੀ ਦੇ 14-15 ਮਿਸ਼ਨੀ ਕਾਲਜ ਨੇ ਜੀ, ਬਾਬਾ ਸੇਵਾ ਸਿੰਘ ਜੀ ਹੋਣਾ ਦਾ ਖਡੂਰ ਸਾਹਿਬ ਵੀ ਮਿਸ਼ਨੀ ਅਦਾਰਾ ਹੈ ਜਿਹਦੇ ਵਿੱਚ BAMA ਫਰੀ ਕਰਾਈ ਜਾਂਦੀ ਆ, ਬਹੁਤ ਸ਼ਾਨਦਾਰ ਚੱਲ ਰਿਹਾ ਜੀ। ਚੌਕ ਮਹਿਤੇ ਵੀ ਅਦਾਰਾ ਜਿੱਥੇ BAMA ਫਰੀ ਕਰਾਈ ਜਾਂਦੀ ਹੈ, ਹੋਰ ਵੀ ਅਦਾਰੇ ਹੈਗੇ ਨੇ। ਤਾਂ ਉਹਦੇ ਵਿੱਚ ਇਹ ਸੀਗਾ ਵੀ ਸਾਡਾ ਇੱਕ ਵਰਗ ਅਕੈਡਮਿਕ ਲੈਵਲ 'ਤੇ ਵੀ ਉੱਚਾ ਹੋਵੇ, ਜਿਨ੍ਹਾਂ ਦੇ ਕੋਲ ਚੰਗੀ ਵਿੱਦਿਆ ਹੋਵੇ ਔਰ ਸਿਆਣੀ ਗੱਲ ਕਰਨਗੇ, ਇਸ ਤੋਂ ਉੱਪਰ ਲਿਜਾਣਗੇ ਚੰਗੇ ਲੋਕਾਂ ਵਿੱਚ। ਕੁਝ ਲੋਕਾਂ ਨੇ ਕੇਵਲ ਇਹਨੂੰ ਰੋਟੀ ਰੋਜੀ ਦਾ ਵਸੀਲਾ ਸਮਝ ਲਿਆ, ਜਾਂ ਉਹਨਾਂ ਦਾ ਲੈਵਲ ਇੰਨਾ ਸੀ ਉਹਨਾਂ ਨੂੰ ਲੱਗਾ ਵੀ ਕੰਮ ਤਾਂ ਐਵੇਂ ਚੱਲੀ ਜਾਂਦਾ, ਜੇ ਇਕੱਲਾ ਚੌਂਟਿਆਂ ਕੁੱਟਿਆਂ ਕੰਮ ਚੱਲਦਾ ਤਾਂ ਚਲਾ ਲਓ ਆਟਾ ਇਕੱਠਾ ਕਰਨਾ। ਉਹਦੇ ਵਿੱਚ ਆ ਕੇ ਨੁਕਸਾਨ ਵੀ ਹੁੰਦਾ, ਕਿਉਂਕਿ ਤੁਹਾਡੀ ਫਿਲਾਸਫੀ ਬਹੁਤ ਉੱਚੀ ਹੈ, ਬਹੁਤ ਗੱਲਾਂ ਡੂੰਘੀਆਂ ਨੇ, ਅਤੇ ਜਿਹੜੀਆਂ ਆਸੇ ਪਾਸੇ ਦੀਆਂ ਚਾਰ ਸੁਣਾ ਕੇ ਸਮਾਂ ਪੂਰਾ ਕਰ ਜਾਣਾ, ਇਹਦੇ ਨਾਲ ਗੱਲ ਨਹੀਂ ਬਣਦੀ। ਇਸ ਲਈ ਇਹਦੇ ਲਈ ਉਹੀ ਫੇਰ ਹੈਗਾ ਕਿ ਜਿੰਨਾ ਅਧਿਐਨ ਸਾਡੇ ਨਾ ਗਿਆਨ ਅਤੇ ਧਿਆਨ ਦੋ ਸ਼ਬਦ ਇਕੱਠੇ ਹੁੰਦੇ ਆ ਜੀ, ਇਹਦੀ ਫਿਲਾਸਫੀ ਇਹ ਵੀ ਜਿੰਨਾ ਕਿਸੇ ਦਾ ਧਿਆਨ ਡੂੰਘਾ ਹੋਏਗਾ ਉੰਨਾ ਹੀ ਉਹਦਾ ਗਿਆਨ ਉੱਚਾ ਹੋਏਗਾ, ਜਿਹਦਾ ਜਿੰਨਾ ਗਿਆਨ ਉੱਚਾ ਉਹਦਾ ਹੀ ਉੰਨਾ ਧਿਆਨ ਡੂੰਘਾ। ਬਹੁਤ ਸਾਰਾ ਬੰਦਾ ਸਾਰੀ ਉਮਰ ਰੋਟੀ ਖਾਂਦਾ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਕਣਕ ਨੂੰ ਕਣਕ ਕਿਉਂ ਕਹਿੰਦੇ ਆ, ਮਤਲਬ ਸਾਰੀ ਉਮਰ ਜੱਟ ਵੀ ਕਣਕ ਬੀਜਦਾ, ਕਈ ਵਾਰ ਉਹਦਾ ਧਿਆਨ ਨਹੀਂ ਜਾਂਦਾ ਵੀ ਇਹਨੂੰ ਕਣਕ ਨੂੰ ਮੈਂ ਕਣਕ ਕਹਿੰਦਾ ਹੀ ਕਿਉਂ ਆ, ਹੈ ਨਾ। ਮਤਲਬ ਉਹ ਜੇ ਉਹਦੇ ਧਿਆਨ ਵਿੱਚ ਜਾਏਗਾ ਤਾਂ ਹੋ ਸਕਦਾ ਉਦੋਂ ਫਿਰ ਅੱਗੇ ਚੱਲੇਗਾ।
ਜਿਹੜਾ ਤੋਤੇ ਦਾ ਸ਼ਬਦ ਚੱਲਿਆ ਨਾ ਵੀ ਉਹ ਕਹਿੰਦਾ ਚੂਰੀ ਖਾਣੀ ਆ, ਪਰ ਉਹ ਕਹਿੰਦਾ ਉਹ ਰੱਟ ਹੈਗੀ ਆ, ਉਹਨੂੰ ਕੋਈ ਉਹਨੂੰ ਕੀ ਪਤਾ ਘਿਓ ਕਿੱਥੋਂ ਆਇਆ ਅਤੇ ਇਹ ਆਟਾ ਕਿੱਥੋਂ ਆਇਆ, ਇਹ ਆਟਾ ਹਾੜੀ ਦੀ ਫਸਲ ਆ ਕਿ ਸਾਉਣੀ ਦੀ ਫਸਲ ਹੈ, ਹੈ ਨਾ, ਘਿਓ ਮੱਝ ਦਾ ਗਾਂ ਦਾ ਇਹ ਪੈਦਾ ਕਿਵੇਂ ਹੁੰਦਾ, ਇਹ ਕਿਵੇਂ ਹੋਂਦ 'ਚ ਆਉਂਦਾ, ਇਹ ਖੰਡ ਸ਼ੱਕਰ ਕਿਵੇਂ ਬਣਦੀ ਆ। ਤੋਤੇ ਦੀ ਇੱਕ ਬੜੀ ਛੋਟੀ ਜਿਹੀ ਸੀਮਾ ਹੁੰਦੀ ਰੱਟੇ ਦੀ, ਧਿਆਨ ਜਿਹਦਾ ਜਾਏਗਾ ਉਹਨੂੰ ਪਤਾ ਲੱਗੇਗਾ, ਉਹਦਾ ਉੱਥੋਂ ਤੱਕ ਧਿਆਨ ਜਾ ਨਹੀਂ ਸਕਦਾ। ਇਸ ਲਈ ਜੇ ਧਿਆਨ ਡੂੰਘਾ ਹੋਏਗਾ ਤਾਂ ਗਿਆਨ ਉੱਚਾ ਹੋਏਗਾ, ਜੇ ਸਤਹੀ ਪੱਧਰ ਦੇ ਗਿਆਨ ਨਾਲ ਸਮਾਜ ਚੱਲੇਗਾ ਤਾਂ ਲੜਾਈ ਤੋਂ ਸਿਵਾ ਕੋਈ ਪੱਲੇ ਨਹੀਂ ਪਏਗਾ। ਇਹ ਤਾਂ ਸਾਰੇ ਕਹਿੰਦੇ ਖੱਪਣ ਨੂੰ ਜੇਬ ਨਹੀਂ ਹੁੰਦੀ, ਪਰ ਸਾਰੇ ਹੀ ਮਤਲਬ ਪੰਡਾਂ ਬੰਨ ਬੰਨ ਕੇ ਘਰਾਂ ਨੂੰ ਲਈ ਆਉਂਦੇ ਆ, ਭ੍ਰਿਸ਼ਟਾਚਾਰ ਵੀ ਕਰੀ ਜਾਂਦੇ, ਲੁੱਟ ਖਸੁੱਟ ਵੀ ਕਰੀ ਜਾਂਦੇ, ਮਿਲਾਵਟ ਵੀ ਕਰੀ ਜਾਂਦੇ ਆ, ਪੈਸਿਆਂ ਪਿੱਛੇ ਲੜੀ ਵੀ ਜਾਂਦੇ ਨੇ, ਗੋਲਕਾਂ ਪਿੱਛੇ ਵੀ ਲੜ ਪੈਂਦੇ ਨੇ, ਮਤਲਬ ਪ੍ਰਬੰਧ ਪਿੱਛੇ ਵੀ ਲੜ ਪੈਂਦੇ ਨੇ। ਕਈ ਵਾਰੀ ਇੱਕ ਇੱਕ ਡੇਰੇ ਤੋਂ ਚਾਰ ਚਾਰ ਡੇਰੇ ਪੰਜ ਪੰਜ ਡੇਰੇ ਬਣ ਗਏ, ਇੱਕ ਦੂਜੇ ਦੇ ਦੁਸ਼ਮਣ ਵੀ ਬਣੇ ਬੈਠੇ ਨੇ। ਸਹੀ ਗੱਲ। ਅਤੇ ਜੇ ਮਤਲਬ ਤੁਹਾਨੂੰ ਇੰਨਾ ਭਰੋਸਾ ਹੈਗਾ ਵੀ ਪੱਥਰ ਵਿੱਚ ਜੀਵ ਜੰਤੂਆਂ ਨੂੰ ਵੀ ਰੱਬ ਰਿਚਕ ਦਿੰਦਾ, ਪਾਣੀ ਵਾਲਿਆਂ ਨੂੰ ਵੀ ਦੇ ਦਿੰਦਾ ਅਤੇ ਤੁਹਾਨੂੰ ਵੀ ਦੇ ਹੀ ਦੇਗਾ, ਫਿਰ ਘੱਟੋ ਘੱਟ ਭਰੋਸਾ ਤਾਂ ਕਿਸੇ ਚੀਜ਼ 'ਤੇ ਰੱਖੋ, ਹੈ ਨਾ। ਮਤਲਬ ਉਹ ਵੀ ਸਾਡੀ ਜਿਹੜੀ ਮਾਨਸਿਕ ਗੁਲਾਮੀ ਦੀ ਨਿਸ਼ਾਨੀ ਉਹ ਵੀ ਹੈ ਕਿ ਜਿਹੜੀ ਪਦਾਰਥਵਾਦੀ ਦੌੜ ਆ ਔਰ ਸਾਰੀ ਦੁਨੀਆ ਨੂੰ ਕਹਿਣਾ ਕਲਾਵੇ ਮੇਰੇ 'ਚ ਆ ਜੇ, ਇਹ ਵੀ ਇੱਕ ਲੜਾਈ ਦਾ ਕਾਰਨ ਹੈ। ਅੱਛਾ ਪ੍ਰੋਫੈਸਰ, ਜਿਹੜਾ ਪਹਿਲਾਂ ਮੇਰਾ ਖਿਆਲ ਯੁੱਗ ਹੁੰਦਾ ਸੀ, ਹਾਂਜੀ, ਉਹਦੇ ਵਿੱਚ ਸੱਥਾਂ ਦਾ ਕਲਚਰ ਸੀ ਅਤੇ ਸੱਥ ਦੀ ਗੱਲ ਉੱਥੇ ਹੀ ਹੁੰਦੀ ਸੀ ਜਿੱਥੇ ਜਿਹੜਾ ਬੋਲਣ ਵਾਲਾ, ਹਾਂਜੀ, ਉਹਨੂੰ ਵੀ ਪਤਾ ਹੁੰਦਾ ਸੀ ਵੀ ਸਰੋਤਾ ਮੇਰਾ ਕੋਈ ਚਾਚਾ ਤਾਇਆ ਜਾਂ ਕੋਈ ਮੇਰਾ ਰਿਸ਼ਤੇਦਾਰ ਜਾਂ ਭਾਈਚਾਰੇ 'ਚੋਂ ਜਾਂ ਪਿੰਡ ਦਾ। ਜੇ ਗੁਰਦੁਆਰੇ ਇਕੱਠੇ ਹੋਣਾ ਤਾਂ ਉੱਥੇ ਵੀ ਪਤਾ ਵੀ ਭਾਈ ਕਿੰਨਾ 'ਚੋਂ ਅਤੇ ਭਾਈ ਕਹਿ ਕੀ ਰਿਹਾ ਅਤੇ ਆਪਣਾ ਕੀ ਮਸਲਾ, ਗੁਆਂਢ ਦੇ ਪਿੰਡਾਂ ਦਾ ਕੋਈ ਲੈਣਾ ਦੇਣ ਨਹੀਂ। ਪਰ ਜਿਹੜਾ ਆ ਸੋਸ਼ਲ ਮੀਡੀਆ ਨੇ ਜਾਂ ਹੋਰ ਸਾਧਨਾਂ ਨੇ ਗਲੋਬਲ ਪਿੰਡ ਬਣਾਤਾ, ਉਹਦੇ ਨਾਲ ਕੀ ਹੋਇਆ ਕਿ ਜਿਹਨੂੰ ਜਿਹਦੀ ਜਿੰਨੀ ਜ਼ਿਆਦਾ ਵਰਤੋਂ ਆਉਂਦੀ ਹੈ ਉਹ ਓਨਾ ਹੀ ਜ਼ਿਆਦਾ ਭੁੜਕ ਡੰਡਿਓਂ ਪਾਰ ਹੁੰਦਾ ਵੀ ਭਾਈ ਸਾਹਿਬ ਜਿਹੜੀ ਗੱਲ ਮੈਂ ਕਰਤੀ ਇਹ ਕੋਨੇ ਕੋਨੇ ਤੱਕ ਜਾਣੀ ਚਾਹੀਦੀ। ਹਾਂਜੀ ਹਾਂਜੀ। ਅਤੇ ਜਿਹੜੀ ਤੁਸੀਂ ਹੁਣੇ ਜ਼ਿਕਰ ਕੀਤਾ ਵੀ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਮੇਰਾ ਗਿਆਨ ਕਿੰਨਾ ਕੁ ਤਾਂ ਮੇਰਾ ਧਿਆਨ ਕਿੰਨਾ ਕੁ ਹੈ ਕਿ ਜਾਂ ਫਿਰ ਮੇਰੀ ਤੋਤੇ ਵਾਲੀ ਰਾਟ ਹੈ ਜਿਹੜੀ ਮੈਂ ਬੋਲ ਰਿਹਾ। ਹਾਂਜੀ ਹਾਂਜੀ। ਉਹ ਤਾਂ ਨਹੀਂ ਕਿਤੇ ਤੁਹਾਨੂੰ ਲੱਗਦਾ ਪੁਆੜੇ ਦੀ ਜੜ੍ਹ? ਪੂਰੀ ਪੁਆੜੇ ਦੀ ਜੜ੍ਹ ਆ। ਮਤਲਬ ਵਿਸ਼ਵ ਪੱਧਰ 'ਤੇ ਵਿਦੇਸ਼ਾਂ ਵਿੱਚ ਵੀ ਮੈਂ ਜਿੱਥੇ ਜਿੱਥੇ ਗਿਆ ਦੇਖਿਆ ਕਿ ਬੜੀ ਛੋਟੀ ਛੋਟੀ ਉਮਰ ਦੇ ਜਿਹੜੇ ਜਿਹੜੇ ਪੈਦਾ ਹੀ ਮਤਲਬ 84 ਤੋਂ ਬਾਅਦ 'ਚ ਹੋਏ ਆ, ਉਹ 84 ਦਾ ਵਿਸ਼ਲੇਸ਼ਣ ਕਰਕੇ ਬੜੇ ਬੜੇ ਵੱਡੇ ਵੱਡੇ ਬੰਨ ਨੂੰ ਬੰਨਦੇ ਨੇ ਅਤੇ ਫਿਰ ਗੱਲਾਂ ਕਰਦੇ ਨੇ ਵੀ 1699 ਦੀ ਵਿਸਾਖੀ ਅਤੇ ਗੁਰੂ ਸਾਹਿਬ ਨੇ ਆਹ ਬਾਣੀਆਂ ਨਹੀਂ ਸੀ ਪੜੀਆਂ, ਆਹ ਪੜੀਆਂ ਸੀ। ਮੈਂ ਕਹਿੰਦਾ ਉਹਨਾਂ ਜਦੋਂ ਤੁਹਾਡੇ ਕੋਲ ਸਾਰਾ ਮੀਡੀਆ ਸਾਹਮਣੇ ਆ, ਤੁਸੀਂ ਤੁਹਾਡਾ ਕੋਈ ਪੱਖ ਹੀ ਨਹੀਂ ਹੈਗਾ, ਤੁਹਾਨੂੰ ਕੋਈ ਸਮਝ ਹੀ ਨਹੀਂ ਹੈਗੀ, ਹੈ ਨਾ, ਮੈਂ ਤੁਸੀਂ ਕਈ ਲੋਕ ਖਬਰਾਂ 'ਚ ਰਹਿਣ ਲਈ ਇਹ ਚੀਜ਼ਾਂ ਕਰ ਰਿਹਾ, ਉਹਨਾਂ ਨੂੰ ਇਹ ਹੋ ਗਿਆ ਵੀ ਜਿਹੜਾ ਸਮਾਜ ਹੈ ਇਹ ਨੈਗੇਟਿਵ ਜਿਹੜੀ ਖਬਰ ਨੂੰ ਜ਼ਿਆਦਾ ਪੜ੍ਹਦਾ, ਪੋਜ਼ੀਟਿਵ ਨੂੰ ਨਹੀਂ ਲੈਂਦਾ। ਬਿਲਕੁਲ ਸਹੀ। ਉਹ ਫਿਰ ਵੱਡੇ ਵੱਡੇ ਨੁਕਸ ਕੱਢ ਕੇ ਝੂਠੀਆਂ ਖਬਰਾਂ ਬਣਾ ਬਣਾ ਕੇ ਮੀਡੀਆ 'ਚ ਪਾਉਣ ਦੀ ਕੋਸ਼ਿਸ਼ ਕਰਦੇ ਆ ਵੀ ਸਾਨੂੰ ਲੋਕ ਵਾਚਣਗੇ, ਅਤੇ ਸਮਾਜ ਤਾਂ ਇਹੋ ਜਿਹਾ ਹੈਗਾ ਵੀ ਤੁਸੀਂ ਬੱਕਰੀ ਦੀ ਫੋਟੋ ਲਾ ਕੇ ਵੀ ਪਾ ਦਿਉ ਅਤੇ 20 ਕੁ ਜਾਣੇ ਨੇ ਕਹਿ ਦੇਣਾ ਬਹੁਤ ਵਧੀਆ ਜੀ, ਜਦੋਂ ਕਿ ਸਾਰੇ ਪੰਜਾਬ 'ਚ ਬੱਕਰੀਆਂ ਚੱਲਦੀਆਂ ਫਿਰਦੀਆਂ। ਭੇਡੂ ਦੀ ਫੋਟੋ ਪਾ ਦਿਉ, 20 ਮਤਲਬ 40-50 ਜਾਣੇ ਤਾਂ ਤੁਸੀਂ ਜਿਹੜੀ ਵੀ ਕੋਈ ਸੋਸ਼ਲ ਮੀਡੀਆ 'ਤੇ ਪਾ ਦਿਉ ਨਾ, ਉਹੋ ਜਿਹਾ ਉਹ ਕਹਿੰਦੇ ਵੀ ਜਿਹੋ ਜਿਹਾ ਮਰਨ ਵਾਲਾ ਉਹੋ ਜਿਹੀਆਂ ਪਿੱਟਣ ਵਾਲੀਆਂ, ਇਹ ਜਿਹੋ ਜਿਹੇ ਸੋਸ਼ਲ ਮੀਡੀਆ 'ਤੇ ਗਲਤ ਮਲਤ ਪਾਉਣ ਵਾਲੇ ਨੇ, ਉਹੋ ਜਿਹੇ ਸ਼ਾਬਾਸ਼ੇ ਦੇਣ ਵਾਲੇ ਨੇ, ਹੈ ਨਾ, ਵੀ ਤੂੰ ਕਦੀ ਕੋਈ ਟੋਕਦਾ ਹੀ ਨਹੀਂ ਵੀ ਉਹਦੇ 10-20 ਤਾਂ ਹੁੰਦੇ ਹੀ ਹਰ ਇੱਕ ਦੇ, 50 ਹੁੰਦੇ ਆ, ਉਹ ਇਹ ਸਮਝਣ ਲੱਗ ਪੈਂਦੇ ਵੀ ਹੁਣ ਆਪਾਂ ਸਭ ਤੋਂ ਵੱਡੇ ਮਤਲਬ ਗਿਆਨੀ ਧਿਆਨੀ ਆਪਾਂ ਹੀ ਰਹਿ ਗਏ ਹਾਂ, ਬਾਕੀ ਸਾਰੇ ਛੋਟੇ ਹੋ ਗਏ ਨੇ। ਔਰ ਇਹ ਬੜੀ ਖਤਰਨਾਕ ਖੇਡ ਹੈਗੀ ਆ। ਉਹ ਸਿਆਣਿਆਂ ਨੇ ਕਿਹਾ ਵੀ ਉਹ ਬਾਂਦਰ ਦੇ ਹੱਥ ਉਸ ਤਰ੍ਹਾਂ ਬੇਸੁਰਿਆਂ ਹੱਥ ਸਾਜ, ਦੇਈ ਨਾ ਦਾਤਾ ਭੁੱਲ ਕੇ ਬੇਦਰਦੀ ਨੂੰ ਰਾਜ। ਬਾਂਦਰ ਨੂੰ ਉਸ ਤਰ੍ਹਾਂ ਦੇ ਦਿਉਂਗੇ ਨਾ, ਆਪਣੀ ਪੂਛ ਤਾਂ ਵੱਢੇਗਾ ਵੱਢੇਗਾ, ਨਾਲ 20 ਨੂੰ ਹੋਰ ਵੀ ਲੰਡੇ ਕਰੇਗਾ। ਇਹ ਅਸੀਂ ਬਾਂਦਰਾਂ ਨੂੰ ਉਸ ਤਰ੍ਹਾਂ ਦਿੱਤੇ ਹੋਏ ਆ, ਮੈਂ ਆਲੋਚਨਾ ਨਹੀਂ ਕਰ ਰਿਹਾ। ਮਤਲਬ ਕੁਝ ਲੋਕਾਂ ਨੇ ਇਹਨੂੰ ਬਣਾ ਲਿਆ ਰੋਜ਼ਾਨਾ ਦਾ ਹੀ ਇਹਨੂੰ, ਵੀ ਉਹ ਹਰ ਗਲਤ ਮਲਤ ਉਹਨਾਂ ਨੇ ਇਹਦੇ ਉੱਤੇ ਪਾਉਣਾ ਹੀ ਪਾਉਣਾ, ਕਿਸੇ ਦੀ ਉਹਨਾਂ ਇੱਜ਼ਤ ਨਹੀਂ ਰੱਖਣੀ, ਕਿਸੇ ਸੰਸਥਾ ਦੀ ਨਹੀਂ ਰੱਖਣੀ। ਤਾਂ ਇਹ ਲੋਕ ਆਪ ਕਿੱਡੇ ਵਜੂਦ ਦੇ ਨੇ ਜਿਨ੍ਹਾਂ ਬਾਰੇ ਕੁਛ ਨਹੀਂ ਜਾਣਦਾ, ਅਤੇ ਇਹ ਸਮਝਦੇ ਨੇ ਵੀ ਸ਼ਾਇਦ ਇਹਦੇ ਨਾਲ ਸਾਡੀ ਪਹਿਚਾਣ ਬਣ ਰਹੀ ਹੈ। ਬਿਲਕੁਲ ਸਹੀ। ਔਰ ਇਹ ਖਾਸ ਕਰਕੇ ਧਰਮ ਦੇ ਖੇਤਰ ਵਿੱਚ, ਮੈਂ ਦੂਜੀ ਗੱਲ ਤਾਂ ਨਹੀਂ ਕਰਦਾ ਕੋਈ ਕੁਛ ਵੀ ਕਰਨ, ਧਰਮ ਦੇ ਖੇਤਰ ਵਿੱਚ ਇਹ ਗੱਲਾਂ ਬਹੁਤ ਖਤਰਨਾਕ ਹੁੰਦੀਆਂ। ਕੁਝ ਗੱਲਾਂ ਅੰਦਰ ਬਹਿ ਕੇ ਵਿਚਾਰਨ ਵਾਲੀਆਂ ਹੁੰਦੀਆਂ, ਕੋਈ ਕਮੀਆਂ ਪੇਸ਼ੀਆਂ ਦੀ ਆਲੋਚਨਾ ਅਸੀਂ ਕੁਝ ਗੱਲਾਂ ਕਮਰਿਆਂ ਬੰਦ ਕਮਰਿਆਂ 'ਚ ਕਰਨ ਵਾਲੀਆਂ ਹੁੰਦੀਆਂ, ਕੁਝ ਸਟੇਜਾਂ 'ਤੇ ਕਰਨ ਵਾਲੀਆਂ ਹੁੰਦੀਆਂ। ਸਾਡੇ ਹੁਣ ਇਹ ਹਾਲ ਇਹ ਹੋਇਆ ਪਿਆ, ਜਿਹੜੀ ਬੰਦ ਕਮਰੇ 'ਚ ਗੱਲ ਕਰਨੀ ਹੈ ਸਟੇਜਾਂ 'ਤੇ ਲੰਮੀਆਂ ਬਾਹਾਂ ਕੱਢ ਕੱਢ ਕੇ ਕਰਦੇ ਨੇ, ਜਦੋਂ ਇਹਨਾਂ ਨੂੰ ਅਕਲ ਹੀ ਹੈ ਨਹੀਂ ਵੀ ਕੌਮੀਅਤ ਕੀ ਹੁੰਦੀ ਹੈ, ਅਤੇ ਜਿਹੜੀਆਂ ਮਤਲਬ ਬਾਹਰ ਕਰਨੀਆਂ ਉਹ ਇਹਨਾਂ ਨੂੰ ਕਰਨੀਆਂ ਨਹੀਂ ਆਉਂਦੀਆਂ, ਉਹ ਕਮਰਿਆਂ 'ਚ ਬਹਿ ਕੇ ਕਰਦੇ ਨੇ ਕਿਉਂਕਿ ਲੈਵਲ ਕੋਈ ਨਹੀਂ ਹੈਗਾ। ਇਸ ਲਈ ਮੈਨੂੰ ਇਹ ਨਾ ਸਮਝ ਲੈਣ ਵੀ ਕੋਈ ਸੁਣਨ ਵਾਲਾ ਕਵੇ ਵੀ ਅਸੀਂ ਇਹਨਾਂ ਦੀ ਆਲੋਚਨਾ ਕਰ ਰਹੇ ਹਾਂ, ਅਸੀਂ ਕਹਿੰਦੇ ਬੈਲੈਂਸ ਜ਼ਰੂਰ ਹੋਣਾ ਚਾਹੀਦਾ ਹਰੇਕ ਦਾ। ਕਿਸੇ ਵੀ ਧਰਮ ਵਿੱਚ ਉਹਦੇ ਜਿਹੜੇ ਆਗੂ ਨੇ ਜਿਹੜੇ ਉਹਨੂੰ ਪੇਸ਼ਕਾਰ ਕਰ, ਕਿਸੇ ਵੀ ਧਰਮ ਦੇ ਹੋਣ, ਇਕੱਲੇ ਸਿੱਖਾਂ ਦੀ ਗੱਲ ਨਹੀਂ ਹੈ, ਕਿਸੇ ਵੀ ਧਰਮ ਵਿੱਚ ਜੇ ਮਾੜੇ ਬੰਦੇ ਪੈਦਾ ਹੋਣਗੇ, ਧਰਮ ਨਫ਼ਰਤਵਾਦੀ ਹੋ ਜਾਣਗੇ, ਦੁਨੀਆ ਨਾਸਤਿਕਵਾਦੀ ਹੋ ਜਾਏਗੀ। ਬਿਲਕੁਲ ਸਹੀ। ਔਰ ਅਸੀਂ ਉਸ ਨਾਸਤਿਕਵਾਦ ਲਈ
ਕਿਉਂਕਿ ਅਸੀਂ ਈਰਖਾ ਕਰਦੇ ਹਾਂ ਇੱਕ ਦੂਜੇ ਨਾਲ, ਅਸੀਂ ਚਾਹੁੰਦੇ ਵੀ ਦੂਜੇ ਨੂੰ ਪਛਾੜ ਕੇ ਸ਼ਾਇਦ ਮੇਰਾ ਧਰਮ ਪੈਦਾ ਹੋ ਸਕੇਗਾ। ਹਰ ਧਰਮ ਦਾ ਸਤਿਕਾਰ ਕਰਨਾ, ਹਰ ਪਰਸਨੈਲਿਟੀ ਦਾ ਸਤਿਕਾਰ ਕਰਨਾ ਅਸਲ ਧਰਮ ਦੀ ਨਿਸ਼ਾਨੀ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਬਹਾਦਰ ਸ਼ਾਹ ਜ਼ਫਰ ਦੇ ਦਰਬਾਰ ਵਿੱਚ ਮੁਲਾਣਿਆਂ ਨੇ ਪੁੱਛਿਆ ਸੀ, ਪੀਰਾ ਮਜ਼ਹਬ ਤੁਮਾਰਾ ਖੂਬ ਕਿ ਹਮਾਰਾ ਖੂਬ? ਸਤਿਗੁਰੂ ਕਹਿੰਦੇ ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਤੁਹਾਨੂੰ ਤੁਹਾਡਾ ਚੰਗਾ, ਮੈਨੂੰ ਮੇਰਾ ਚੰਗਾ। ਜਦੋਂ ਇਹ ਸਾਡੀ ਭਾਵਨਾ ਆਏਗੀ ਨਾ, ਇਹ ਸਭ ਤੋਂ ਵਧੀਆ ਹੋਏਗੀ। ਠੀਕ ਹੈ, ਸਨਾਤਨ ਮਤ ਵਾਲੇ ਨੂੰ ਸਨਾਤਨ ਮਤ ਮੁਬਾਰਕ ਹੈ, ਇਸਲਾਮ ਨੂੰ ਇਸਲਾਮ ਮੁਬਾਰਕ ਹੈ, ਸਿੱਖਾਂ ਨੂੰ ਸਿੱਖ ਮੁਬਾਰਕ ਹੈ। ਬਿਲਕੁਲ ਸਹੀ। ਪਰ ਸਿੱਖ ਅੰਦਰੋਂ ਵੀ ਸੋਚਣ ਕਿ ਤੁਹਾਡੀ ਸੋਚ ਭਿੰਨ ਹੋ ਸਕਦੀ ਹੈ, ਸੋਚ ਤਾਂ ਸਕਿਆ ਭਰਾਵਾਂ ਦੀ ਵੀ ਭਿੰਨ ਭਿੰਨ ਹੋ ਸਕਦੀ ਹੈ। ਇਹ ਥੋੜ੍ਹਾ ਵੀ ਤੁਸੀਂ ਰੋਜ਼ ਮਤਲਬ ਪਿੰਡ ਨੂੰ ਤਮਾਸ਼ਾ ਵਿਖਾਓਗੇ, ਹੈ ਨਾ? ਮਤਲਬ ਸੋਚ ਦੇ ਭਿੰਨ ਤਾਂ ਕੋਈ ਐਡੀ ਗੱਲ ਨਹੀਂ ਹੈ। ਬਿਲਕੁਲ ਸਹੀ, ਆਹ ਭਰਾ ਨੇ ਤਾਂ ਭਰਾ ਹੀ ਰਹਿਣਾ, ਭਰਾ ਨੇ ਭਰਾ ਹੀ ਰਹਿਣਾ। ਇੱਕ ਗੱਲ ਪ੍ਰੋਫੈਸਰ ਦੱਸੋ, ਜਿਹੜਾ ਤੁਸੀਂ ਜ਼ਿਕਰ ਕੀਤਾ ਨਾ ਹੁਣੇ ਕਿ ਨਾਸਤਿਕਤਾ ਵੱਲ ਵੱਧਦੇ ਹਾਂ, ਆਪਣੇ ਇੱਧਰ ਕੀ ਹੋਣ ਲੱਗ ਗਿਆ ਕਿ ਜੋ ਕੁਛ ਵੀ ਇਹ ਜਲੂਸ ਕੱਢ ਰਹੇ ਨੇ, ਚਾਹੇ ਉਹ ਕੋਈ ਵੱਡੇ ਆ ਉਹਦੇ 'ਤੇ ਬੈਠਾ, ਚਾਹੇ ਨਿੱਕੇ 'ਤੇ ਬੈਠਾ, ਚਾਹੇ ਕਿਸੇ ਨੇ ਆਪਣਾ ਡੰਬਰ ਰਚ ਲਿਆ, ਉਹਦੇ ਨਾਲ ਜਿਹੜੀ ਨੌਜਵਾਨ ਪੀੜ੍ਹੀ ਹੈ ਨਾ, ਜਿਹੜੀ ਨਵੀਂ ਪੀੜ੍ਹੀ ਹੈ, ਉਹ ਹੌਲੀ ਹੌਲੀ ਮੁਨਕਰ ਹੋਣ ਲੱਗ ਗਈ ਸਾਰੇ ਕੁਛ ਤੋਂ। ਉਹ ਕਹਿੰਦੇ ਯਾਰ ਅਸੀਂ ਜਾਣਾ ਹੀ ਨਹੀਂ, ਨਾ ਅਸੀਂ ਗੁਰਦੁਆਰੇ ਜਾਣਾ, ਨਾ ਅਸੀਂ ਕੋਈ ਗੱਲ ਸੁਣਨੀ ਗੁਰੂ ਦੀ, ਅਸੀਂ ਆਪਣੇ ਹਿਸਾਬ ਨਾਲ ਜ਼ਿੰਦਗੀ ਜੀਣੀ ਹੈ, ਯਾਰ ਸਾਨੂੰ ਬੰਨੋ ਨਾ। ਹਾਂਜੀ, ਫਿਰ ਉਹਦੇ 'ਤੇ ਇਹ ਗੱਲ ਹੁੰਦੀ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਦੇ ਵਿੱਚ ਏਜੰਸੀਆਂ ਇੱਦਾਂ ਕਰ ਰਹੀਆਂ ਨੇ, ਫਲਾਨਾ ਇੱਦਾਂ ਕਰ ਰਿਹਾ, ਇੱਦਾਂ ਤਾਂ ਨਹੀਂ ਲੱਗਦਾ ਕਿ ਜਿਹੜਾ ਦੁਸ਼ਮਣ ਹੈ ਹੀ ਨਹੀਂ, ਹਨੇਰੇ 'ਚ ਅਸੀਂ ਉਹਦੇ ਵੱਲ ਨੂੰ ਉਂਗਲ ਕਰੀ ਜਾਂਦੇ ਹਾਂ ਅਤੇ ਚਾਰ ਉਂਗਲਾਂ ਜਿਹੜੀਆਂ ਆਪਣੇ ਵੱਲ ਨੂੰ ਉਹ ਨਜ਼ਰ ਨਹੀਂ ਆਉਂਦੀਆਂ? ਹਾਂ, ਸਭ ਤੋਂ ਵੱਡਾ ਜਿਹੜਾ ਭਰਮ ਸਾਡੇ ਸਮਾਜ 'ਚ ਪੈਦਾ ਹੋ ਗਿਆ ਨਾ, ਅਸੀਂ ਇੱਕ ਦੂਜੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਹਾਂ, ਜਦੋਂ ਕਿ ਇਹ ਗੱਲਾਂ ਹੈ ਨਹੀਂ ਜੀ। ਐਵੇਂ ਹਰ ਇੱਕ ਨੂੰ ਕਹਿ ਦਿਉ ਇਹ ਵੀ ਏਜੰਸੀਆਂ ਦਾ, ਇਹ ਵੀ ਏਜੰਸੀਆਂ ਦਾ, ਅਸਲ 'ਚ ਸਾਡਾ ਅਗਿਆਨ ਹੀ ਜਿਹੜਾ ਜੀ ਉਹ ਸਭ ਤੋਂ ਸਾਡੇ ਲਈ ਖਤਰਨਾਕ ਬਣ ਗਿਆ। ਔਰ ਇਹ ਜਿਹੜਾ ਇੱਕ ਦੂਜੇ ਪ੍ਰਤੀ ਚਿੱਕੜ ਛਾਲਣ ਵਾਸਤੇ ਸਾਡੇ ਕੋਲ ਦੋ ਹੀ ਸ਼ਬਦ ਨੇ, ਜਾਂ ਗਦਾਰ ਹੈ ਜਾਂ ਏਜੰਸੀਆਂ ਦਾ ਬੰਦਾ। ਬਸ ਮੰਨ ਲਓ ਮੈਂ ਦਸਵੇਂ ਪਾਤਸ਼ਾਹ ਦੀ ਬਾਣੀ ਦੇ ਹੱਕ 'ਚ ਹਾਂ, ਉਹ ਮੈਨੂੰ ਕਹਿਣਗੇ ਜੀ ਏਜੰਸੀ ਦਾ ਬੰਦਾ। ਪਰ ਜਿਹੜੇ ਮਤਲਬ ਜਾਪ ਸਾਹਿਬ ਨੂੰ ਰੱਦ ਕਰੀਏ, ਮੈਂ ਉਹਨਾਂ ਨੂੰ ਕਹੀ ਜਾਵਾਂ ਏਜੰਸੀ ਦਾ ਬੰਦਾ। ਅਸਲ 'ਚ ਉਹਨਾਂ ਨੂੰ ਪੜ੍ਹਨ ਦੀ ਵੀ ਲੋੜ ਹੈ ਕਿ ਜੇ ਐਡੇ ਐਡੇ ਵਿਦਵਾਨਾਂ ਨੇ, ਪ੍ਰੋਫੈਸਰ ਸਾਹਿਬ ਸਿੰਘ, ਭਾਈ ਵੀਰ ਸਿੰਘ, ਕਾਨ ਸਿੰਘ ਨਾਭਾ, ਗਿਆਨੀ ਨਰਾਇਣ ਸਿੰਘ ਮਜੰਗਾ ਵਾਲੇ, ਜਾਂ ਜਿੰਨੇ ਵੀ ਸਾਡੇ ਵਿਦਵਾਨ ਸਾਧੂ ਮਹਾਤਮਾ ਹੋਏ ਨੇ, ਜੇ ਉਹਨਾਂ ਨੂੰ ਜਾਪ ਸਾਹਿਬ ਪ੍ਰਤੀ ਸ਼ੱਕ ਨਹੀਂ ਹੋਇਆ ਤਾਂ ਤੁਸੀਂ ਜਿਹੜੇ ਕੱਲ੍ਹ ਦੇ ਬੱਚੇ ਹੋ ਤੁਸੀਂ ਕੀ ਸਮਝ ਦਿਓ ਇਸ ਬਾਰੇ, ਹੈ ਨਾ? ਅਤੇ ਜੇ ਅਸੀਂ ਇੱਕ ਦੂਜੇ 'ਤੇ ਇਹ ਚਿੱਕੜ ਛਾਲਣ ਦੀ ਕੋਸ਼ਿਸ਼ ਕਰਾਂਗੇ ਤਾਂ ਮੇਰਾ ਖਿਆਲ ਇਹ ਕੇਵਲ ਇੱਕ ਡਾਇਲਾਗ ਹੈਗਾ, ਇੱਕ ਅਗਿਆਨਤਾ ਹੈਗੀ ਆ। ਔਰ ਇਸ ਅਗਿਆਨਤਾ 'ਚੋਂ ਇੱਕ ਮੈਂ ਗੱਲ ਹਮੇਸ਼ਾ ਕਰਦਾ ਹੁੰਦਾ ਵੀ ਤਰਕ ਅਤੇ ਵਿਵੇਕ ਦਾ ਅਰਥ ਅਜੇ ਸਾਨੂੰ ਸਮਝਣਾ ਆਇਆ ਨਹੀਂ। ਤਰਕ ਕੇਵਲ ਸ਼ੰਕਾ ਹੁੰਦਾ ਜੀ, ਵਿਵੇਕ ਵਿੱਚ ਵੀ ਸ਼ੰਕਾ ਹੁੰਦਾ ਪਰ ਉਹਦੇ ਵਿੱਚ ਸੱਤ ਅਤੇ ਸੱਤ ਦਾ ਨਖੇੜਾ ਹੁੰਦਾ, ਵੀ ਉਹ ਵਿਵੇਕੀ ਵੀ ਸ਼ੰਕਾ ਕਰਦਾ ਪਰ ਸ਼ੰਕੇ ਦਾ ਨਾਲ ਉੱਤਰ ਦਿੰਦਾ। ਜਿਹੜੀ ਤੁਸੀਂ ਗੱਲ ਕੀਤੀ, ਜਿਹੜੀ ਬਾਣੀ ਹੈ ਉਹ ਸ਼ੰਕੇ ਜੇ ਕਿਤੇ ਕਰੇਗੀ ਨਾਲ ਉਹਦਾ ਉੱਤਰ ਹੋਏਗਾ। ਜਿਵੇਂ ਸਤਿਗੁਰੂ ਕਹਿੰਦੇ ਚਿੰਤਤ ਹੀ ਦੀਸੈ ਸਭ ਕੋਏ, ਇਹ ਇੱਕ ਸ਼ੰਕਾ ਹੈ ਜੇ ਹਰ ਬੰਦਾ ਚਿੰਤਾਗ੍ਰਸਤ ਹੈ, ਨਾਲ ਹੀ ਉੱਤਰ ਦਿੰਦੇ ਚੇਤਾ ਏਕ ਤਹੀ ਸੁੱਖ ਹੋਏ, ਇੱਕ ਅਕਾਲ ਦੀ ਨਿਰਭਉ ਨਿਰਵੈਰ ਦੀ ਰਜ਼ਾ 'ਚ ਰਹਿਣਗੇ ਤਾਂ ਸੁੱਖ ਹੋ ਜਾਏਗਾ। ਸਵਾਲ ਵੀ ਆਉਂਦਾ, ਜਵਾਬ ਵੀ ਆਉਂਦਾ। ਜਿਹੜਾ ਇਹ ਤਰਕਵਾਦ ਹੈ, ਇਹ ਤਰਕਵਾਦ ਜਿਹੜਾ ਬਹੁਤ ਛੋਟੇ ਲੈਵਲ 'ਤੇ ਹੈ, ਇਹਦਾ ਆਧਾਰ ਕੁਛ ਨਹੀਂ ਹੈਗਾ। ਤਰਕ ਤਾਂ ਤੁਸੀਂ ਜਿਹੜੀ ਚੀਜ਼ 'ਤੇ ਮਰਜ਼ੀ ਕਰ ਲਓ, ਮਤਲਬ ਤੁਸੀਂ ਰੱਬ 'ਤੇ ਤਰਕ ਕਰ ਲਓ, ਰੁੱਖਾਂ 'ਤੇ ਕਰ ਲਓ, ਕੁਦਰਤ 'ਤੇ ਕਰ ਲਓ, ਸਰੋਵਰਾਂ 'ਤੇ ਕਰ ਲਓ, ਹਰਿਮੰਦਰ ਸਾਹਿਬ 'ਤੇ ਕਰ ਲਓ, ਖੰਡੇ ਬਾਟੇ 'ਤੇ ਕਰ ਲਓ, ਤਖ਼ਤ 'ਤੇ ਕਰ ਲਓ, ਤਰਕ ਦੀ ਕੋਈ ਸੀਮਾ ਨਹੀਂ ਹੁੰਦੀ। ਸ਼ੰਕਿਆਂ ਦੀ ਤਾਂ ਤੁਸੀਂ ਸੈਂਕੜੇ ਜਿਹੜੀ ਚੀਜ਼ 'ਤੇ ਮਰਜ਼ੀ ਕਰ ਲਓ। ਸ਼ੰਕੇ ਕਰਨ ਵਾਲੇ ਤਾਂ ਹੁਣ ਭੱਟ ਬਾਣੀ ਅਤੇ ਭਗਤ ਬਾਣੀ 'ਤੇ ਕਰੀ ਜਾਂਦੇ ਨੇ ਜੀ, ਸ਼ੰਕੇ ਕਰਨ ਵਾਲਿਆਂ ਨੇ ਤਾਂ ਸਾਡੀ ਅਰਦਾਸ 'ਤੇ ਸ਼ੰਕਾ ਖੜਾ ਕਰ ਦਿੱਤਾ ਵੀ ਭਗਵਤੀ ਦੇਵੀ ਹੁੰਦੀ ਹੈ ਜੀ, ਪਰ ਭਗਵਤੀ ਦਾ ਅਰਥ ਪਰਮਾਤਮਾ ਵੀ ਹੈ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜੀ। ਹੁਣ ਇਹ ਸ਼ੰਕ ਦੀ ਤਾਂ ਕੋਈ ਮਤਲਬ ਕਿਸੇ ਥਾਂ ਵੀ ਇਹਦੀ ਸੀਮਾ ਕੋਈ ਨਹੀਂ ਹੈ, ਵਿਵੇਕ ਦੀ ਸੀਮਾ ਹੈ। ਸਿੱਖ ਅਰਦਾਸ ਵਿੱਚ ਵਿਵੇਕਦਾਨ ਮੰਗਦੇ ਆ, ਤਰਕਦਾਨ ਕਿਤੇ ਨਹੀਂ ਮੰਗਦੇ ਜੀ। ਕਰਦੇ ਜਿਹੜੇ ਲੋਕ ਸਾਰਾ ਦਿਨ ਤਰਕ ਨੇ, ਜੇ ਜਦ ਤੱਕ ਇਹ ਤਰਕ ਅਤੇ ਵਿਵੇਕ ਦੇ ਫਾਸਲੇ ਨੂੰ ਨਹੀਂ ਸਮਝਣਗੇ, ਇਹਨਾਂ ਦੀ ਯੁੱਧ ਕਥਾ ਮਿਟੇਗੀ ਨਹੀਂ। ਬਿਲਕੁਲ। ਔਰ ਇਹ ਕੌਮੀਅਤ ਪੱਧਰ 'ਤੇ ਭਵਿੱਖ ਵਿੱਚ ਜਿਵੇਂ ਤੁਸੀਂ ਕਹਿ ਰਿਹਾ ਕਿ ਨੌਜਵਾਨ ਜਿਹੜਾ ਵਰਗ ਹੈ ਉਹਨੂੰ ਅਸੀਂ ਗਿਆਨ ਦੇਣਾ ਜੀ, ਧਰਮ ਖੜਾ ਫਿਲਾਸਫੀ ਦੇ ਉੱਤੇ, ਅਸੀਂ ਢਾਲਾਂ ਤਲਵਾਰਾਂ ਅੱਗੇ ਸਭ ਤੋਂ ਕਰੀ ਫਿਰਦੇ ਹਾਂ ਜੀ। ਜਦੋਂ ਅਸੀਂ ਫਿਲਾਸਫੀ ਨੂੰ ਪਹੁੰਚਾਵਾਂਗੇ ਨਾ, ਮੈਂ ਤਾਂ ਬੇਨਤੀ ਕਰਦਾ ਨਾ, ਜਿਹੜੀਆਂ ਫਿਲਮਾਂ ਵੀ ਬਣੀਆਂ ਨੇ ਜੀ, ਫਿਲਾਸਫੀ ਦੀ ਫਿਲਮ ਤਾਂ ਇੱਕ ਵੀ ਨਹੀਂ ਬਣੀ ਸਾਡੀ, ਧਾਰਮਿਕ ਫਿਲਮ, ਅਸੀਂ ਤਾਂ ਮਤਲਬ ਯੁੱਧਾਂ 'ਤੇ ਬਣਾ ਰਹੇ ਹੈਗੇ ਜੀ। ਜਿਹੜਾ ਯੁੱਧ ਹੈ ਦੋ ਨੰਬਰ 'ਤੇ ਹੈ, ਇਹ ਫਿਲਾਸਫੀ ਦੀ ਰਾਖੀ ਲਈ ਹੁੰਦਾ। ਤੁਹਾਡਾ ਵਜੂਦ ਤਾਂ ਉਹ ਆ ਜਿਹੜਾ ਤੁਹਾਡਾ ਸ਼ਬਦ ਹੈ, ਤੁਹਾਡੀ ਫਿਲਾਸਫੀ ਹੈ। ਸ਼ਬਦ ਤੁਸੀਂ ਪੜ੍ਹਨ ਤੋਂ ਵੀ ਵਰਜੀ ਜਾਂਦੇ ਹੋ, ਸ਼ਬਦ ਤੁਸੀਂ ਜਾਪ ਤੋਂ ਵੀ ਵਰਜੀ ਜਾਂਦੇ ਹੋ, ਸ਼ਬਦ ਦੇ ਤੁਸੀਂ ਨਿਤਨੇਮ ਤੋਂ ਵੀ ਵਰਜੀ ਜਾਂਦੇ ਹੋ, ਸ਼ਬਦ ਬਾਰੇ ਤੁਸੀਂ ਸ਼ੰਕੇ ਖੜੇ ਕਰੀ ਜਾਂਦੇ ਹੋ ਜੀ, ਹੈ ਨਾ? ਅਤੇ ਫਿਰ ਜਦੋਂ ਸ਼ਬਦ ਨੂੰ ਤੁਸੀਂ ਪਾਸੇ ਕਰ ਦੋਗੇ ਤਾਂ ਫਿਰ ਤਾਂ ਡਾਂਗਾਂ ਸੁੱਟੇ ਪਿੱਛੇ ਵੱਜ ਗਏ, ਹੋਰ ਕੀ ਵੱਜ ਗਿਆ? ਸਹੀ ਗੱਲ। ਅਤੇ ਹੁਣ ਗੱਲ ਸ਼ੁਰੂ ਹੀ ਡਾਂਗਾ ਸੁੱਟੇ ਇਹ, ਹੁਣ ਗੱਲ ਸ਼ੁਰੂ ਹੀ ਡਾਂਗਾ ਸੁੱਟੇ ਤੋਂ ਹੁੰਦੀ ਆ। ਔਰ ਪੰਜਾਬ ਵਿੱਚ ਜਿੱਥੇ ਸਾਡੇ ਵੱਡੇ ਦੀਵਾਨ ਹੁੰਦੇ ਆ, ਮੱਸਿਆ ਲੱਗਦੀ ਤਰਨ ਤਾਰਨ ਦੀ,
ਹਰਿਮੰਦਰ ਸਾਹਿਬ ਦੀ ਜਾਂ ਉੱਥੇ ਆਪਣੇ ਮੁਕਤਸਰ ਸਾਹਿਬ ਮਾਘੀ ਦਾ ਮੇਲਾ ਹੁੰਦਾ ਜਾਂ ਦਮਦਮੇ ਸਾਹਿਬ ਦੀ ਵਿਸਾਖੀ, ਤਾਂ ਮੈਂ ਕਹਿੰਦਾ ਹੁੰਦਾ ਵੀ ਇੱਥੇ ਪੁਸਤਕਾਂ ਦੀ ਦੁਕਾਨ ਇੱਕ ਆ ਅਤੇ ਡਾਂਗਿਆਂ ਟਕੂਆਂ ਦੀਆਂ ਦੁਕਾਨਾਂ ਵੀ ਨੇ। ਤੁਸੀਂ ਟਰੱਕ ਭਰ ਕੇ ਸਾਰੀ ਰਾਤ ਦੀਵਾਨ ਸੁਣਦੇ ਹੋ ਜੀ, ਸ਼ਬਦ ਦੀ ਕਥਾ ਸੁਣਦੇ ਹੋ, ਅਤੇ ਸਵੇਰੇ ਉੱਠ ਕੇ 95% ਪੰਜਾਬੀ ਨਾ ਗੁਟਕਾ ਖਰੀਦਦਾ, ਨਾ ਪੁਸਤਕ ਖਰੀਦਦਾ, ਨਾ ਕੋਈ ਵਾਜਾ ਖਰੀਦਦਾ, ਖਰੀਦਦਾ ਕੀ ਆ ਜਾਂ ਟਕੂਆ ਜਾਂ ਗੜਾਸਾ ਜਾਂ ਕੋਕਿਆਂ ਵਾਲੀ ਡਾਂਗ। ਅਤੇ ਤੁਸੀਂ ਬਹੁਤ ਕੁ ਵਿਕਾਸ ਲਈ ਕਿਵੇਂ ਜਾਓਗੇ? ਅਤੇ ਜੇ ਸਾਡੀ ਪ੍ਰਚਾਰਕ ਸ਼੍ਰੇਣੀ ਵੀ ਇਹ ਕੁਝ ਕਰੀ ਜਾਂਦੀ ਹੈ, ਜਿਨ੍ਹਾਂ ਦੇ ਸਿਰ 'ਤੇ ਜ਼ਿੰਮੇਵਾਰੀ ਆ, ਇਹ ਵੀ ਮਤਲਬ ਜਵਾਨ ਨੂੰ ਡਾਂਗਾਂ ਵਾਂਗੂੰ ਚਲਾਉਂਦੀ ਹੈ, ਇਹਨਾਂ ਦੇ ਕੋਲ ਤਾਂ ਸ਼ਬਦ ਦਾ ਇੰਨਾ ਪ੍ਰਕਾਸ਼ ਹੋਵੇ ਵੀ ਇਹਨਾਂ ਦੇ ਚਿਹਰੇ ਤੋਂ ਜਲੌ ਚੱਕ ਕੇ ਸਾਨੂੰ ਲੜਨ ਦੀ ਲੋੜ ਹੀ ਨਾ ਪਵੇ। ਬਿਲਕੁਲ, ਹੈ ਨਾ, ਮਤਲਬ ਜੇ ਜਿੱਥੋਂ ਸ਼ਾਂਤੀ ਵਰਤਣੀ ਹੈ, ਕਦੀ ਬੱਦਲਾਂ 'ਚੋਂ ਥੋੜ੍ਹਾ ਅੱਗ ਵਰਦੀ ਹੁੰਦੀ ਹੈ, ਬੱਦਲਾਂ ਦਾ ਤਾਂ ਬੱਦਲਾਂ ਤੋਂ ਤਾਂ ਲੋਕ ਆਸ ਰੱਖਦੇ ਆ ਸਵੰਤੀ ਬੂੰਦ ਦੀ, ਬਾਰਿਸ਼ ਦੀ, ਹੈ ਨਾ, ਅਤੇ ਜੇ ਬੱਦਲ ਹੀ ਅੱਗ ਵਾਲਾ ਕੰਮ ਕਰਨੇ ਥੱਲੇ ਵਾਲੀ ਅੱਗ ਕੀ ਕਰੂਗੀ? ਬਿਲਕੁਲ ਸਹੀ। ਇਸ ਕਰਕੇ ਇਹ ਜਿਹੜੀ ਅੱਗ ਕੇਵਲ ਬਾਹਰੀ ਅੱਗ ਬਹੁਤਾ ਨਹੀਂ ਖਰਾਬ ਕਰਦੀ, ਜਿਹੜੀ ਜ਼ਬਾਨ ਦੀ ਅੱਗ ਹੁੰਦੀ ਹੈ। ਅਤੇ ਜਿਵੇਂ ਅਸੀਂ ਸੋਸ਼ਲ ਮੀਡੀਆ 'ਤੇ ਜ਼ਬਾਨ ਦੀ ਅੱਗ ਸਾਡੀ ਧੜਾ ਧੜ ਬਾਹਰ ਆਉਂਦੀ ਆ, ਹਰ ਬੰਦੇ ਦਾ ਕੋਈ ਨਾ ਕੋਈ ਸਪੋਰਟਰ ਹੁੰਦਾ, ਪੈਰੋਕਾਰ ਹੁੰਦਾ, ਉਹਦੇ ਨਾਲ ਅਸੀਂ ਜਿਹੜਾ ਇੱਕ ਭਰਾ ਮਾਰੂ ਜੰਗ ਬੜੀ ਖਤਰਨਾਕ ਖੇਡ ਰਹੇ ਹਾਂ, ਔਰ ਇਹਦੇ ਤੋਂ ਬਚਣਾ ਇਸ ਲਈ ਜ਼ਰੂਰੀ ਆ ਕਿ ਜਿਹੜੀ ਸਾਡੀ ਜ਼ਿੰਮੇਵਾਰੀ ਆ ਉਹ ਸਾਡਾ ਹੈਗਾ ਸ਼ਬਦ ਦਾ ਪ੍ਰਚਾਰ ਅਤੇ ਪਸਾਰ, ਅਤੇ ਫਿਲਾਸਫੀ ਜਿਹੜੀ ਆ ਇਹ ਤਾਂ ਵਿਸ਼ਵ ਲਈ ਸਾਂਝੀ ਆ, ਇਹ ਤਾਂ ਏਕ ਨੂਰ 'ਤੇ ਸਭ ਜਗ ਉਪਜਿਆ, ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਵੋ ਸਭਨਾ ਜੀਆਂ ਕਾ ਇੱਕ ਦਾਤਾ, ਇਹਦੇ ਵਿੱਚ ਤਾਂ ਮਤਲਬ ਮੈਂ ਮੇਰੀ ਤਾਂ ਰਹਿ ਹੀ ਨਹੀਂ ਕਿਤੇ ਗਈ ਹੈਗੀ। ਅਤੇ ਜੇ ਅਸੀਂ ਆਪ ਹੀ ਇੱਕ ਪਾਸੇ ਅਰਦਾਸ ਵਿੱਚ ਕਹਿੰਦੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਹਿਤ, ਖਾਲਸਾ ਤਾਂ ਦੁਨੀਆ ਭਰ ਵਿੱਚ ਫੈਲਿਆ ਹੋਇਆ, ਅਸੀਂ ਉਹਦੀ ਰੱਛਿਆ ਰਹਿਤ ਦੀ ਅਰਦਾਸ ਕਰਦੇ ਹਾਂ ਜੀ, ਪਰ ਸਾਰਿਆਂ ਮੁਲਕਾਂ ਵਿੱਚ ਹੀ ਖਾਲਸਾ ਆਪਸ ਵਿੱਚ ਟਕਰਾਉਣ ਲੱਗ ਪਿਆ, ਪਰ ਟਕਰਾਉਣ ਵਾਲੇ ਲੋਕਾਂ ਲਈ ਝਾਕਣ ਕੇ ਸਾਨੂੰ ਲੜਾ ਕੌਣ ਰਿਹਾ ਹੈਗਾ, ਹੈ ਨਾ, ਮਤਲਬ ਉਹ ਨਿੱਕੀਆਂ ਨਿੱਕੀਆਂ ਮੁਫਾਦਾਂ ਪਿੱਛੇ ਜਿਹੜੀਆਂ ਲੜਾਈਆਂ ਨੇ ਇਹ ਸਾਡੀ ਕੌਮ ਦਾ ਇੱਕ ਘਾਣ ਕਰਕੇ ਰੱਖ ਦੇਣਗੀਆਂ, ਔਰ ਇਹ ਸਾਰਿਆਂ ਨੂੰ ਹੀ, ਚਾਹੇ ਕੋਈ ਕਿਰਤੀ ਸਿੱਖ ਹੈ, ਚਾਹੇ ਕੋਈ ਪ੍ਰਚਾਰਕ ਹੈ, ਚਾਹੇ ਕੋਈ ਲੇਖਕ ਹੈ, ਠੀਕ ਹੈ ਮੈਂ ਕਿਸੇ 'ਤੇ ਬਲੇਮ ਨਹੀਂ ਲਾਉਂਦਾ, ਪਰ ਜੇ ਕਿਸੇ ਕੋਈ ਏਜੰਸੀਆਂ ਦਾ ਛੱਡਿਆ ਵੀ ਹੈਗਾ ਤਾਂ ਉਹ ਆਪਦਾ ਕੰਮ ਕਰੂਗਾ, ਕੋਈ ਗੱਲ ਨਹੀਂ, ਉਹਦਾ ਕੋਈ ਫਰਕ ਨਹੀਂ ਪੈਦਾ ਹੁੰਦਾ। ਬਿਲਕੁਲ ਸਹੀ। ਪਿੰਡ 'ਚ ਇੱਕ ਕੁੱਤਾ ਹਲਕ ਜੇਗਾ ਸਾਰੇ ਪਿੰਡ ਨੂੰ ਥੋੜ੍ਹਾ ਵੱਢ ਜੂਗਾ, ਇੱਕ ਦੋਆਂ ਨੂੰ ਵੱਢੂਗਾ, ਤੀਜਾ ਟੰਬਾ ਮਾਰ ਕੇ ਸਿੱਟ ਦੂਗਾ, ਪਿੰਡਾਂ 'ਚ ਕੁੱਤੇ ਵੀ ਹਲਕਦੇ ਹੀ ਆ। ਬਿਲਕੁਲ ਸਹੀ। ਐਡੀ ਕੋਈ ਗੱਲ ਨਹੀਂ ਹੁੰਦੀ ਵੀ ਉਹ ਕੋਈ ਸਾਰੇ ਪੰਜਾਬ ਦੇ 13,000 ਪਿੰਡਾਂ ਨੂੰ ਕੱਟ ਜੂਗਾ, ਕੁਛ ਨਹੀਂ ਹੁੰਦਾ ਹੁੰਦਾ, ਇਹ ਅਨੰਤ ਕਾਲ ਤੋਂ ਹੁੰਦਾ ਆ। ਫਸਲ ਵਿੱਚ ਨਦੀਨ ਹਮੇਸ਼ਾ ਉੱਗਦਾ ਆ, ਜੱਟ ਨੇ ਫਸਲ ਬੀਜਣੀ ਥੋੜ੍ਹਾ ਛੱਡੀ ਹੈ, ਕਦੀ ਰਾਮ ਰਾਈਆਂ ਦਾ ਨਦੀਨ ਪੰਥ ਦੇ ਬਾਗ ਵਿੱਚ, ਕਦੀ ਧੀਰ ਮੱਲੀਆਂ ਦਾ, ਕਦੀ ਵਡਭਾਗੀਆਂ ਦਾ, ਕਦੀ ਨਕਲੀਆਂ ਦਾ, ਇਹ ਆਉਂਦੇ ਰਹਿਣੇ ਆ। ਬਿਲਕੁਲ। ਪਰ ਇਹ ਨਦੀਨ ਇੱਕ ਸਹਿਜ ਭਾਵੀ ਵਰਤਾਰਾ ਹੈਗਾ, ਪਰ ਇਹ ਪਛਾਣਨ ਦੀ ਲੋੜ ਹੁੰਦੀ ਹੈ ਵੀ ਜਿਹੜਾ ਮਾੜਾ ਬੰਦਾ ਹੁੰਦਾ ਨਾ, ਖਾਸ ਕਰਕੇ ਸਾਡੇ ਮਾਲਵੇ 'ਚ ਹੁੰਦਾ ਸੀ, ਕਣਕ ਵੀ ਉਹੋ ਜਿਹੀ ਹੁੰਦੀ ਸੀ ਅਤੇ ਜਮੀ ਵੀ ਉਹੋ ਜਿਹੀ ਹੁੰਦੀ ਸੀ, ਕਈ ਨਵੇਂ ਜਿਹੜੇ ਗੋਡੀਕਾਰ ਹੁੰਦੇ ਸੀ ਨਾ, ਉਹ ਪੱਟਣਾ ਹੁੰਦਾ ਸੀ ਵਿੱਚੋਂ ਜਮੀ ਦਾ ਬੂਟਾ, ਉਹ ਕਣਕ ਵੀ ਕਣਕ ਦਾ ਬੂਟਾ ਪੱਟੇ ਹੁੰਦੇ ਸੀ, ਘਰ ਦੇ ਸਮਝਾ ਕੇ ਤੋਰਦੇ ਹੁੰਦੇ ਸੀ, ਮੁੰਡਾ ਨਵਾਂ ਹੈਗਾ ਇਹਨੂੰ ਕਣਕ ਅਤੇ ਜਵਾਂ ਦਾ ਜੇ ਫਰਕ ਨਹੀਂ ਹੈਗਾ, ਇੱਕੋ ਜਿਹਾ ਹੁੰਦਾ ਬਚਪਨ ਵਿੱਚ। ਬਿਲਕੁਲ ਸਹੀ ਗੱਲ ਸਮਝਾ। ਮਤਲਬ ਗੋਡੀ ਕਰਨ ਵਾਲੇ ਨੂੰ ਅਕਲ ਵੀ ਹੋਣੀ ਚਾਹੀਦੀ ਆ ਵੀ ਉਹਨੇ ਨਦੀਨ ਪੁੱਟਣਾ ਕਿ ਫਸਲ ਪੁੱਟਣੀ ਆ, ਅਤੇ ਮੈਨੂੰ ਕਈ ਵਾਰੀ ਲੱਗਦਾ ਵੀ ਸਾਡੇ ਗੋਡੀਕਾਰ ਕੁਝ ਇਹੋ ਜਿਹੇ ਹੋ ਗਏ ਆ, ਇਹ ਗੁੱਡਣ ਨਦੀਨ ਭੇਜੇ ਸੀ ਅਤੇ ਪੱਟ ਕੇ ਫਸਲ ਆਈ ਆ, ਤੁਰੇ ਆਉਂਦੇ ਆ, ਮਤਲਬ ਇਹ ਜੜ੍ਹਾਂ ਫਸਲ ਦੀਆਂ ਵੱਢੀ ਜਾਂਦੇ ਆ, ਅਤੇ ਪਿੱਛੇ ਤਾਂ ਫਿਰ ਬਾਕੀ ਨਦੀਨ 'ਤੇ ਬਚੇਗਾ ਬਚੇਗਾ, ਇਹ ਅਕਲ ਜ਼ਰੂਰੀ ਹੈ। ਬਿਲਕੁਲ ਸਹੀ। ਇੱਕ ਪ੍ਰੋਫੈਸਰ ਸਾਹਿਬ ਆਪਾਂ ਗੱਲ ਜ਼ਰੂਰ ਕਰੀਏ, ਗੁਰੂ ਦੀ ਗੋਲਕ ਦੀ ਗੱਲ ਚੱਲਦੀ ਹੈ ਵੀ ਜੇ ਗੁਰੂ ਦੀ ਗੋਲਕ ਆ ਤਾਂ ਉਹ ਗਰੀਬ ਦਾ ਮੂੰਹ ਆ। ਹਾਂਜੀ। ਅਤੇ ਮੈਨੂੰ ਲੱਗਦਾ ਕਿ ਹੁਣ ਪੁਆੜੇ ਦੀ ਜਾੜੀ ਗੋਲਕ ਰਹਿ ਗਈ। ਦੇਖੋ ਵੈਸੇ ਸਾਡੀ ਜਿਹੜੀ ਮਰਿਆਦਾ ਨਾ, ਇਹ ਤਾਂ ਬਹੁਤ ਕਮਾਲ ਹੈ ਵੀ ਘੱਟੋ ਘੱਟ 1% ਗੁਰੂ ਘਰ ਜ਼ਰੂਰ ਟੇਕਣਾ ਜੀ। ਮੈਂ ਜੈਨੀ ਪ੍ਰੋਫੈਸਰਾਂ ਦੇ ਨਾਲ ਵੀ ਵਿਚਰਿਆ, ਕੁਝ ਮੇਰੇ ਮੁਸਲਮਾਨ ਮਿੱਤਰ ਵੀ ਨੇ ਅਖਬਾਰ ਕੱਢਦੇ ਨੇ ਜੀ, ਕ੍ਰਿਸ਼ਨਾ ਨਾਲ ਵੀ ਕੁਝ ਸਜਣਾ ਨਾਲ ਮੇਲ ਕਰਨ ਦਾ ਮੌਕਾ ਮਿਲਿਆ, ਹਿੰਦੂ ਜੈਂਟਲਮੈਨ ਵੀ ਮਿਲੇ ਨੇ, ਉਹ ਇਹ ਗੱਲ ਮੰਨਦੇ ਆ ਕਿ ਤੁਸੀਂ ਬਹੁਤ ਛੋਟੀ ਜਿਹੀ ਗਿਣਤੀ ਦੀ ਕੌਮ ਹੋ, ਜਦੋਂ ਕੋਈ ਦੁਨੀਆ 'ਤੇ ਆਫਤ ਆਉਂਦੀ ਹੈ, ਸੁਨਾਮੀ ਆ ਜੇ, ਹੜ੍ਹ ਆ ਜਾਣ, ਭੂਚਾਲ ਆ ਜਾਣ, ਤੁਸੀਂ ਟਰੱਕਾਂ ਦੇ ਟਰੱਕ ਲੱਦ ਕੇ ਮਦਦ ਲਈ ਤੋਰ ਦਿੰਦੇ ਹੋ ਜੀ, ਤੁਸੀਂ ਰੋਜ਼ਾਨਾ ਲੱਖਾਂ ਲੋਕਾਂ ਨੂੰ ਰੋਟੀ ਵੀ ਖਵਾਈ ਜਾਂਦੇ ਹੋ, ਸਾਡੇ ਅਦਾਰਿਆਂ ਵਿੱਚ ਇਹ ਹੈ ਨਹੀਂ, ਬਾਕੀ ਮਜ਼ਹਬੇ ਮੰਨਦੇ ਨੇ ਕਿ ਸਾਡਿਆਂ ਕੋਲ ਨਹੀਂ ਹੈ। ਵੇਖੋ ਅਸੀਂ ਭਾਵੇਂ 10-10 ਰੁਪਈਏ ਪਾਉਂਦੇ ਹਾਂ ਜਾਂ ਰੁਪਈਆ ਪਾਉਂਦੇ ਹਾਂ, ਪਰ ਜਿਹੜਾ ਇੱਡਾ ਵੱਡਾ ਉਹਦਾ ਵਜੂਦ ਬਣਦਾ, ਉਹਦੇ ਵਿੱਚ ਅਸੀਂ ਪਤਾ ਨਹੀਂ ਲੱਖਾਂ ਲੋਕਾਂ ਨੂੰ ਪ੍ਰਸ਼ਾਦਾ ਵੀ ਛਕਾ ਦਿੰਦੇ ਹਾਂ, ਹਜ਼ਾਰਾਂ ਲੋਕਾਂ ਨੂੰ ਨੌਕਰੀ ਵੀ ਦੇਈ ਬੈਠੇ ਹਾਂ, ਔਰ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਵੀ ਕਰਦੇ ਹਾਂ, ਔਰ ਭੀੜ ਪਈ ਤੋਂ ਲੋਕਾਂ ਦੀ ਮਦਦ ਵੀ ਕਰਦੇ ਹਾਂ।
ਇਹਨੂੰ ਸਦਵਰਤੋਂ ਦੀ ਲੋੜ ਹੈ ਕਿ ਇਸ ਗੋਲਕ ਵਿੱਚੋਂ ਵਿੱਦਿਆ ਫੰਡ ਵੀ ਰੱਖਿਆ ਜਾਵੇ ਜੀ। ਮੈਂ ਦਿੱਲੀ ਵਾਲਿਆਂ ਨੇ ਬਹੁਤ ਅੱਛਾ ਕੀਤਾ, ਮੈਨੂੰ ਕੁਝ ਸੱਜਣਾਂ ਤੋਂ ਪਤਾ ਲੱਗਾ 150-200 ਬੱਚੇ ਨੂੰ ਉਹ ਵਿੱਦਿਆ ਦੇ ਰਹੇ ਨੇ ਗੋਲਕ ਦੇ ਵਿੱਚੋਂ ਜੀ, ਵੀ ਇਹਨਾਂ ਨੂੰ ਦਿਓ ਗਰੀਬ। ਅੱਛਾ, ਉਹਨਾਂ 'ਚ ਮੁਸਲਮਾਨਾਂ ਦੇ ਬੱਚੇ ਨੇ, ਮੁੰਡੇ ਕੁੜੀਆਂ ਨੇ, ਉਹ ਕੁੜੀਆਂ ਨੂੰ ਨਹੀਂ ਪੜ੍ਹਾਉਂਦੇ, ਗਰੀਬ ਤਬਕਾ ਸੀ ਕੋਈ। ਅੱਛਾ, ਉਹ ਕਹਿੰਦੇ ਸਾਡੇ ਲਈ ਹਿੰਦੂ ਮੁਸਲਮਾਨ ਇੱਕੋ ਆ, ਗੁਰਦੁਆਰਾ ਦੇ ਰਿਹਾ ਔਰ 100 ਬੱਚਾ ਜਿਹੜਾ ਹਿੰਦੂ ਮੁਸਲਮਾਨ ਪਰਿਵਾਰਾਂ ਦਾ ਹੈਗਾ, ਜੇ ਤੁਸੀਂ ਨਾਂ ਨਾ ਲਓ ਇੱਥੇ ਬਾਲੇ ਸਿਆਣੇ ਸਿਰ ਵਾਲੇ ਜਾ ਕੇ। ਹਾਂ, ਉਹ ਵੀ ਕਈ ਪ੍ਰੋਬਲਮ ਨੇ ਕਹਿਣ ਤੋਂ ਭਾਵੇ, ਮੈਂ ਕਹਿੰਦਾ ਜੇ ਚਾਹੇ ਪਿੰਡ ਨੇ ਪੰਜਾਬ ਦੇ ਚਾਹੇ ਵਿਦੇਸ਼ ਹੈ ਜੀ, ਸਾਨੂੰ ਬਹੁਤ ਸਾਰੇ ਹੋਰ ਵੀ ਲੁਧਿਆਣੇ ਵਿੱਚ ਉਹਨਾਂ ਨੇ ਜਿਹੜੇ ਸਿਖਲੀਗਰਾਂ ਦੇ ਬੱਚਿਆਂ ਵਾਸਤੇ ਵਿੱਦਿਆ ਫੰਡ ਰੱਖਿਆ, ਪਤਾ ਨਹੀਂ ਕਿੰਨੇ ਸਿਖਲੀਗਰਾਂ ਦੇ ਸਿੱਖ ਪਰਿਵਾਰਾਂ ਨੂੰ ਉਹ ਮਤਲਬ ਸਿਖਲਾਈ ਦੇ ਰਹੇ ਨੇ, ਸਿਲਾਈ ਕਢਾਈ ਔਰ ਉਹਨਾਂ ਨੂੰ ਪੜ੍ਹਾ ਰਹੇ ਨੇ ਜੀ। ਇਸ ਤਰ੍ਹਾਂ ਸਾਨੂੰ ਜਿਹੜਾ ਲੋੜਵੰਦ ਸਾਡੇ ਬੱਚੇ ਹੈ, ਸਿੱਖ ਬੱਚੇ ਹੈ, ਉਹਨਾਂ ਵਾਸਤੇ ਸਾਨੂੰ ਵਿੱਦਿਆ ਫੰਡ ਵੀ ਰੱਖਣਾ ਚਾਹੀਦਾ ਜੀ, ਔਰ ਇਹ ਗੋਲਕ ਦੀ ਸਦਵਰਤੋਂ ਹੋਣੀ ਚਾਹੀਦੀ ਹੈ ਜਿਹੜਾ ਸਾਡੇ 'ਤੇ। ਇਹ ਤੁਹਾਡੀ ਗੱਲ ਤਾਂ ਠੀਕ ਹੈ ਵੀ ਇਹ ਲੜਾਈ ਦਾ ਕੇਂਦਰ ਵੀ ਉਹਦਾ ਕਾਰਨ ਤਾਂ ਕੋਈ ਹੈ ਨਾ, ਕਾਰਨ ਇਹ ਹੈਗਾ ਵੀ ਉਹਦੇ ਵਿੱਚ ਪੈਸਾ ਹੈ, ਪੈਸੇ ਦੀ ਕਈ ਥਾਈਂ ਦੁਰਵਰਤੋਂ ਵੀ ਮਾੜੇ ਲੋਕ ਕਰਦੇ ਹੋਣਗੇ ਜੀ, ਜੇ ਕਰਦੇ ਨੇ ਤਾਂ ਇਹ ਜਿਹੜਾ ਪੂਜਾ ਦਾ ਧਾਨ ਹੈ ਹਜ਼ਮ ਨਹੀਂ ਹੁੰਦਾ ਹੁੰਦਾ, ਨਿਕਲਦਾ, ਇਹ ਨਿਕਲ ਜਾਣਾ ਹੁੰਦਾ, ਕਿਸੇ ਦੇ ਬੱਚੇ ਨਸ਼ੇੜੀ ਹੋ ਜਾਣਗੇ, ਮੈਂ ਨਾਂ ਤਾਂ ਕਿਸੇ ਦਾ ਨਹੀਂ ਲਵਾਂਗਾ, ਕਈ ਲੋਕਾਂ ਦੇ ਸਾਹਮਣੇ ਵਾਪਰ ਗਿਆ ਬੱਚੇ ਉਹਨਾਂ ਦੇ ਨਸ਼ੇੜੀ ਹੋ ਗਏ, ਧਨ ਇਕੱਠਾ ਕੀਤਾ ਕੀ ਗਿਆ, ਜੇ ਨਸ਼ੇ ਕਰ ਕਰਕੇ ਮਰ ਗਏ, ਕਿਉਂਕਿ ਜਿਸ ਤਰ੍ਹਾਂ ਉਹ ਆਇਆ ਸੀ ਉਹ ਚੋਰੀ ਦੇ ਕੱਪੜੇ ਡਾਂਗਾਂ ਦੇ ਗਾਜ, ਉਹ ਡਾਂਗਾਂ ਦੇ ਗਾਜ ਬਣ ਕੇ ਨਿਕਲ ਗਿਆ, ਨਾਲ ਔਲਾਦ ਨੂੰ ਵੀ ਲੈ ਗਿਆ। ਇਹ ਦੇਸ਼ ਵਿਦੇਸ਼ ਵਿੱਚ ਘੱਟੋ ਘੱਟ ਜੇ ਗੋਲਕ ਦੀ ਸਦਵਰਤੋਂ ਹੋਵੇ ਅਤੇ ਸਾਡੀ ਭਾਵਨਾ ਸ਼ੁੱਧ ਹੋਵੇ ਤਾਂ ਇਹ ਗੋਲਕ ਬਹੁਤ ਵੱਡੀ ਸ਼ਕਤੀ ਹੈ, ਕਿਉਂਕਿ ਇਹਦੇ ਵਿੱਚ ਸੰਗਤ ਨੇ 5-5, 10-10 ਰੁਪਈਏ ਜਾਂ ਡਾਲਰ ਬੜੀ ਸੁਖਣਾ ਨਾਲ ਪਾਏ ਨੇ ਜੀ, ਔਰ ਉਹਨੇ ਭਾਵਨਾ ਨਾਲ ਪਾਏ ਨੇ, ਪਰ ਉਹ ਕਿਸੇ ਪ੍ਰਧਾਨ ਸੈਕਟਰੀ ਨੂੰ ਨਹੀਂ ਪਾਏ, ਉਹ ਗੁਰੂ ਨੂੰ ਅਰਪਿਤ ਕੀਤੇ ਹੈ। ਕਿਉਂਕਿ ਤੁਹਾਡੀ ਮਰਿਆਦਾ ਕਹਿੰਦੀ ਕਿ ਗੁਰੂ ਨੂੰ ਜਦ ਨਮਸਕਾਰ ਕਰਨੀ ਖਾਲੀ ਹੱਥੀ ਨਹੀਂ ਜਾਣਾ, ਇੰਨਾ ਹਰ ਬੰਦਾ ਸੋਚ ਕੇ ਚੱਲੇ ਕਿ ਇਹ ਲੋਕਾਂ ਨੇ ਗੁਰੂ ਨੂੰ ਦਿੱਤੇ ਤੁਹਾਨੂੰ ਨਹੀਂ ਦਿੱਤੇ, ਬਿਲਕੁਲ ਸਹੀ। ਤਾਂ ਤੁਸੀਂ ਜੇ ਵਰਤੋਂ ਕਰਨੀ ਤਾਂ ਇਹ ਸਮਝੋ ਵੀ ਗੁਰੂ ਤੁਹਾਡੇ ਹਰ ਥਾਂ ਤੁਹਾਨੂੰ ਦੇਖਦਾ, ਇਹਦੀ ਸਹੀ ਵਰਤੋਂ ਹੋਊਗੀ ਤਾਂ ਬਰਕਤ ਪੂਰੀ ਪਏਗੀ, ਅਤੇ ਨਹੀਂ ਤਾਂ ਫਿਰ ਪਾਪਾਂ ਵਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਵੀ ਮਾਇਆ ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ, ਜੇ ਕੋਈ ਇਹਦੇ 'ਚੋਂ ਚੋਰੀ ਕਰਦਾ ਜਾਂ ਬੇਈਮਾਨੀ ਕਰਦਾ ਜਾਂ ਕਮਿਸ਼ਨ ਖਾਂਦਾ ਤਾਂ ਇਹ ਮਰਿਆਂ ਦੇ ਸਾਥ ਨਹੀਂ ਜਾਣੀ, ਇਹ ਨੁਕਸਾਨ ਕਰੇਗੀ। ਇਸ ਲਈ ਗੋਲਕ ਜਿਹੜੀ ਹੈ ਇਹਦੀ ਸਦਵਰਤੋਂ ਦੀ ਜ਼ਰੂਰ ਲੋੜ ਹੈਗੀ ਹੈ, ਵੀ ਜਿੱਥੇ ਇਹਦੀ ਕੋਈ ਦੁਰਵਰਤੋਂ ਜੇ ਕੋਈ ਕਰ ਰਿਹਾ ਜਾਂ ਗਲਤ ਥਾਂ 'ਤੇ ਵਰਤੀ ਜਾਂਦਾ, ਵੀ ਬੇਲੋੜਾ ਕਈ ਵਾਰੀ ਅਸੀਂ ਸਮਾਨ ਦੇ ਉੱਤੇ ਥਾਂ ਥਾਂ 'ਤੇ ਜੇ ਸੋਨਾ ਹੀ ਲਾਈ ਜਾਂਦੇ ਹਾਂ ਤਾਂ ਅਸੀਂ ਆਪਦਾ ਜਿਹੜਾ ਸਾਡਾ ਵਰਗ ਹੈ 3 ਕਰੋੜ ਦੀ ਕੌਮ ਹੈ ਜਾਂ ਸਾਡਾ ਸਿਕਲੀਗਰ ਵਣਜਾਰੇ ਵਿਚਾਰੇ ਜਿਹੜੇ ਬੜੀ 5-6 ਲੱਖ ਦੀ ਗਿਣਤੀ ਵਿੱਚ ਹੈ, ਤਾਂ ਜੇ ਅਸੀਂ ਉਹਨਾਂ ਦੇ ਬੱਚਿਆਂ ਨੂੰ ਸਾਂਭੀਏ ਜਾਂ ਉਹਨਾਂ ਨੂੰ ਮਦਦ ਕਰੀਏ, ਉਹ ਸਾਡੀ ਇੱਕ ਸ਼ਕਤੀ ਹੈ, ਬਿਲਕੁਲ। ਔਰ ਅਸੀਂ ਜਿਹੜੇ ਗਰੀਬ ਵਿਚਾਰੇ ਪੰਜਾਬੀ ਸਾਡੇ ਲੋਕ ਨੇ ਜਾਂ ਸਾਡੇ ਸਿੱਖ ਪਰਿਵਾਰ ਨੇ ਜੀ ਜੀ, ਅਤੇ ਅਸੀਂ ਇਹਨਾਂ ਦੀ ਮਦਦ ਕਰੀਏ। ਮੈਂ ਤਾਂ ਕਹਿੰਦਾ ਜੇ ਆਤਮ ਹੱਤਿਆਵਾਂ ਹੋ ਰਹੀਆਂ ਤਾਂ ਵਿਚਾਰੇ 2-4 ਲੱਖ ਦੇ ਕਰਜ਼ੇ ਬਦਲੇ ਉਹ ਸਰੀਰ ਛੱਡ ਜਾਂਦੇ ਨੇ, ਅਤੇ ਅਸੀਂ ਜੇ ਮਦਦ ਕਰ ਦਈਏ ਤਾਂ ਗੁਰਦੁਆਰਾ ਉਹਨਾਂ ਲਈ ਬਹੁਤ ਵੱਡੀ ਸਹਾਇਤਾ ਦਾ ਫੰਡ ਬਣ ਸਕਦਾ, ਬਿਲਕੁਲ। ਔਰ ਇਸ ਸ਼ਕਤੀ ਨੂੰ ਪਹਿਚਾਨਣਾ ਸਮੇਂ ਦੀ ਲੋੜ ਹੈ, ਇਹ ਹੈ ਬਹੁਤ ਕੇਂਦਰ ਮਹਾਨ ਨੇ ਪਰ ਉਹਨੂੰ ਉਹਦੀ ਸਦਵਰਤੋਂ ਨਹੀਂ ਹੋ ਰਹੀ, ਸਦਵਰਤੋਂ ਨਹੀਂ ਹੋ ਰਹੀ। ਡਾਕਟਰ ਸਾਹਿਬ, ਆਪਣੇ ਕੋਲ ਆਖਰੀ 2 ਮਿੰਟ ਬਚੇ ਨੇ, ਕੋਈ ਗੱਲ ਤੁਸੀਂ ਅੱਜ ਕਰਨੀ ਚਾਹੋ, ਮੈਂ ਪੁੱਛਣੀ ਭੁੱਲ ਗਿਆ ਹੋਵਾਂ ਤਾਂ ਜ਼ਰੂਰ ਆਖਰ ਦੇ ਵਿੱਚ ਕਰ। ਦੇਖੋ, ਮੈਂ ਤਾਂ ਬੇਨਤੀ ਕਰ ਸਕਦਾ ਕਿ ਮੇਰਾ ਲਿਖਣਾ ਪੜ੍ਹਨਾ ਧਰਮ ਆ, ਮੇਰਾ ਕੋਈ ਪ੍ਰੋਫੈਸ਼ਨ ਨਹੀਂ ਹੈ ਕਿ ਮੈਂ ਇਹਦੇ ਤੋਂ ਕਮਾਈ ਕਰਦਾ, ਪਰ ਮੈਂ ਸਮੂਹ ਸੰਗਤ ਨੂੰ ਜਾਂ ਜਿਹੜੇ ਸਾਡੇ ਪ੍ਰਬੰਧਕਾਂ ਨੂੰ ਅਪੀਲ ਕਰ ਸਕਦਾ ਵੀ ਜਿਹੜੀ ਵਰਤਮਾਨ ਸਮੇਂ ਵਿੱਚ ਆਪਸੀ ਭਰਾ ਮਾਰੂ ਜੰਗ 'ਚ ਅਸੀਂ ਪਏ ਹੋਏ ਹਾਂ, ਚਾਹੇ ਉਹ ਮਿਸ਼ਨਰੀ ਵੀਰ ਨੇ, ਚਾਹੇ ਟਕਸਾਲੀ ਸਿੰਘ ਨੇ, ਚਾਹੇ ਹੋਰ ਸੰਪਰਦਾਵਾਂ ਦੇ ਨੇ, ਇਹ ਆਪਸੀ ਪਿਆਰ ਪੈਦਾ ਕਰੋ, ਬੇਲੋੜੇ ਮੁੱਦਿਆਂ 'ਚੋਂ ਪਾਸੇ ਹੋ ਜਾਓ ਜੀ। ਜਿਹੜਾ ਅਸੀਂ ਬੇਲੋੜੇ ਮੁੱਦੇ ਸਿਰ 'ਤੇ ਲੱਦ ਲਏ ਹੈ, ਅਸੀਂ ਕੌਮ ਨੂੰ ਉਲਝਾਈਏ ਨਾ, ਇਹ ਮੁੱਦੇ ਹੈ ਨਹੀਂ ਜੀ, ਨਾ ਕੋਈ ਦਸਮ ਬਾਣੀ ਦਾ ਮੁੱਦਾ ਹੈ, ਨਾ ਕੋਈ ਰਾਗਮਾਲਾ ਦਾ ਹੈ, ਸਰੋਵਰ ਸਾਡੇ ਸਤਿਕਾਰਤ ਨੇ, ਬਾਣੀਆਂ ਸਾਡੀਆਂ ਸਤਿਕਾਰਤ ਨੇ, ਤਖ਼ਤ ਸਾਡੇ ਸਤਿਕਾਰਤ ਨੇ, ਇਹ ਸਿੰਘ ਸੁਭਾਵਾਂ, ਇਹ ਕਮੇਟੀਆਂ, ਇਹ ਤਖ਼ਤ, ਜਿੱਥੇ ਵੀ ਕੋਈ ਸਿੱਖ ਵੱਸਦਾ ਉਹ ਘੱਟੋ ਘੱਟ ਆਪਸੀ ਪਿਆਰ ਪੈਦਾ ਕਰੇ, ਔਰ ਉਹ ਪਿਆਰ ਹੀ ਸਾਡੀ ਇੱਕ ਸ਼ਕਤੀ ਹੈ, ਬਿਲਕੁਲ ਸਹੀ। ਤਾਂ ਜੇ ਅਸੀਂ ਬਹੁਤ ਛੋਟੇ ਲੈਵਲ 'ਤੇ ਜਿਸ ਤਰ੍ਹਾਂ ਦੀ ਆਲੋਚਨਾ ਕੁਝ ਲੋਕ ਕਰੀ ਜਾ ਰਹੇ ਨੇ ਜਾਂ ਉਹਨੂੰ ਇਹ ਧਰਮ ਸਮਝ ਰਹੇ ਨੇ, ਇਹ ਤੋਂ ਬਚਣਾ ਜ਼ਰੂਰੀ ਹੈ, ਇਹ ਸਮਾਂ ਮੰਗ ਕਰਦਾ ਅਤੇ ਇਸ ਸਮੇਂ ਵਿੱਚ ਸਾਡੀ ਸਿਆਣਪ ਨੇ ਕੰਮ ਆਉਣਾ, ਤਾਂ ਨਹੀਂ ਤਾਂ ਕਮਲ ਕੁੱਟ ਕੇ ਤਾਂ ਦੁਨੀਆ ਤੋਂ ਸਿਕੰਦਰ ਹੋਣੀ, ਹਿਟਲਰ ਹੋਣੀ ਵੀ ਚਲੇ ਗਏ, ਉਹਨਾਂ ਦੇ ਕਿਹੜਾ ਕੋਈ ਸੋਹਲੇ ਗਾਉਂਦਾ ਹੈ ਨਾ। ਮਤਲਬ ਤੁਸੀਂ ਆਪਦਾ ਜਿਹੜਾ ਨਾਮ ਹੈ ਉਹ ਬੁਰਿਆਂ 'ਚ ਨਾ ਤੁਹਾਡਾ ਆ ਜੇ, ਤੁਸੀਂ ਘੱਟੋ ਘੱਟ ਧਰਮ ਨੂੰ ਮੁੱਖ ਰੱਖ ਕੇ ਅਤੇ ਇਹ ਜਿਹੜਾ ਸੋਸ਼ਲ ਮੀਡੀਏ 'ਤੇ ਜੇ ਕਰਨਾ ਅਤੇ ਚੰਗਾ ਕੰਮ ਕਰੋ, ਤਾਂ ਆ ਜਿਹੜਾ ਬਹੁਤ ਛੋਟੇ ਲੈਵਲ 'ਤੇ ਜਾ ਕੇ ਤੁਸੀਂ ਜਿਹੜੀਆਂ ਸਿੱਖ ਪਰਸਨੈਲਿਟੀ ਦੇ ਪ੍ਰਤੀ
ਸ਼ਖਸੀਅਤਾਂ ਨੂੰ ਤੁਸੀਂ ਰੋਲਣ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਤਾਂ ਚੰਦ 'ਤੇ ਥੁੱਕਣ ਵਾਲੀ ਗੱਲ ਹੈ। ਮੂਰਖਾਂ ਵਾਕਣ ਆਪਦੇ ਚਿਹਰਿਆਂ 'ਤੇ ਹੀ ਪੈ ਰਿਹਾ, ਨਾ ਮਸਕੀਨ ਜੀ ਦਾ ਕੱਦ ਛੋਟਾ ਹੋ ਗਿਆ ਤੁਹਾਡੀਆਂ ਬੇਹੂਦੀਆਂ ਗੱਲਾਂ ਨਾਲ, ਨਾ ਕੋਈ ਸੰਤ ਗੁਰਬਚਨ ਸਿੰਘ ਜੀ ਦਾ ਛੋਟਾ ਹੋ ਗਿਆ, ਨਾ ਸੰਤ ਜਰਨੈਲ ਸਿੰਘ ਦਾ ਛੋਟਾ ਹੋ ਗਿਆ, ਨਾ ਸੰਤ ਅਤਰ ਸਿੰਘ ਦਾ ਹੋ ਗਿਆ, ਨਾ ਹਰਿਮੰਦਰ ਸਾਹਿਬ ਨੇ ਛੋਟਾ ਹੋ ਜਾਣਾ ਕਿਸੇ ਦੇ ਕਹਿਣ ਦੇ ਨਾਲ। ਇਹ ਸਾਨੂੰ ਅਕਲ ਵਰਤਣੀ ਚਾਹੀਦੀ ਹੈ ਕਿ ਵਰਤਮਾਨ ਯੁੱਗ ਕੀ ਮੰਗ ਕਰਦਾ। ਤਾਂ ਅਸੀਂ ਆਪਦੀ ਫਿਲਾਸਫੀ ਨੂੰ, ਆਪਣੇ ਪਰੰਪਰਾਵਾਂ ਨੂੰ ਕਾਇਮ ਰੱਖਦੇ ਹੋਏ ਸਾਨੂੰ ਸਾਰਿਆਂ ਨੂੰ ਮਤਲਬ ਇਹਦੇ 'ਤੇ ਪਹਿਰਾ ਦੇਣ ਦੀ ਲੋੜ ਹੈ। ਔਰ ਜਿਹੜਾ ਇਹ ਆਪਸੀ ਪਿਆਰ ਆ, ਇਹ ਸਾਡੀ ਸ਼ਕਤੀ ਹੋਏਗਾ। ਜਿਹੜਾ ਨਫ਼ਰਤਵਾਦੀ ਵਤੀਰਾ ਹੈਗਾ ਹੈ, ਮੈਨੂੰ ਲੱਗਦਾ ਬਹੁਤਿਆਂ ਨੇ ਡਿਪਰੈਸ਼ਨ ਦੇ, ਟੈਨਸ਼ਨ ਦੇ, ਬੀਪੀ ਹਾਈ ਦੇ ਮਰੀਜ਼ ਬਣ ਜਾਣਾ, ਔਰ ਇਹ ਖਾਮ ਖਾਬ ਇਹ ਬਿਮਾਰੀਆਂ ਸੇੜ ਰਹੇ ਨੇ। ਬਿਲਕੁਲ, ਕਿਉਂਕਿ ਜਿਹੜਾ ਬੰਦਾ 24 ਘੰਟੇ ਕਿਸੇ ਦੀ ਮਤਲਬ ਆਲੋਚਨਾ ਕਰਦਾ, ਨਿੰਦਿਆ ਕਰਦਾ ਹੀ ਆਪਦਾ ਜੀਵਨ ਗੁਜ਼ਾਰਦਾ ਨਾ, ਤਾਂ ਇਹ ਇੱਕ ਮੁਫ਼ਤ ਦੀ ਬਿਮਾਰੀ ਹੈ। ਹੋਰ ਇਹ 'ਚੋਂ ਕੁਛ ਨਹੀਂ, ਇਹ ਮਤਲਬ ਕੁਦਰਤ ਨੇ ਬਿਮਾਰੀ ਨਹੀਂ ਦਿੱਤੀ, ਇਹ ਮੁਫ਼ਤ ਦੀ ਬਿਮਾਰੀ ਆ। ਔਰ ਇਹਦੇ 'ਚੋਂ ਪਾਣੀ ਰੋਲਣ 'ਚੋਂ ਕੋਈ ਪੈਦਾ ਨਹੀਂ ਹੋਣਾ, ਇਹ ਇੱਕ ਐਵੇਂ ਖਾਮ ਖਾ ਦੀ ਇੱਕ ਹਉਮੇ ਜੀ ਹੈਗੀ ਆ। ਬਿਲਕੁਲ, ਇਹਦੇ ਤੋਂ ਬਚਣ ਦੀ ਲੋੜ ਹੈਗੀ ਆ, ਔਰ ਪਛਾਣਨ ਦੀ ਲੋੜ ਹੈਗੀ ਆ ਕਿ ਸਾਡਾ ਭਲਾ ਕਿੱਥੇ ਔਰ ਬੁਰਾ ਕਿੱਥੇ, ਔਰ ਵਿਵੇਕੀ ਬਣਨ ਦੀ ਲੋੜ ਹੈ। ਇਹ ਤਰਕਵਾਦ ਦਾ ਖਹਿੜਾ ਛੱਡ ਕੇ ਵਿਵੇਕੀ ਬਣਨ, ਔਰ ਫਿਰ ਮੇਰਾ ਖਿਆਲ ਜ਼ਰੂਰ ਸਰਬੱਤ ਦਾ ਭਲਾ ਵੀ ਹੋਵੇਗਾ, ਔਰ ਅਸੀਂ ਦੁਨੀਆ ਭਰ ਵਿੱਚ ਚੰਗੇ ਕੰਮ ਕਰੀਏ ਜਿਹਦੇ ਨਾਲ ਸਾਡਾ ਜਸ ਇਕੱਠਿਆ ਜਾਵੇ ਜੀ, ਔਰ ਇਹਦੇ ਵਿੱਚ ਹੀ ਭਲਾਈ ਹੋਏ। ਬਹੁਤ ਮਿਹਰਬਾਨੀ ਪ੍ਰੋਫੈਸਰ ਸਾਹਿਬ, ਤੁਸੀਂ ਸਮਾਂ ਕੱਢਿਆ ਅਤੇ ਇੰਨੀਆਂ ਵਧੀਆ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਪ੍ਰਾਈਮ ਟੀਵੀ ਦਾ ਕਾਰਜ ਬਹੁਤ ਅੱਛਾ ਹੈ। ਬਹੁਤ ਮਿਹਰਬਾਨੀ। ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ, ਅਤੇ ਜਾਂਦੇ ਜਾਂਦੇ ਇੱਕ ਲਾਈਨ ਦੇ ਵਿੱਚ ਮੈਂ ਜ਼ਰੂਰ ਕਹਾਂਗਾ, ਜਿੱਦਾਂ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਸਿੱਖੀ ਦਾ ਬਾਗ ਹੈ ਅਤੇ ਇਸ ਬਾਗ ਨੂੰ ਉਜਾੜਨ ਦੇ ਲਈ ਕਾਲੇ ਸਾਨ ਨਾ ਬਣੀਏ, ਆਪਾਂ ਉਹ ਮਾਲੀ ਬਣੀਏ ਜਿਹੜਾ ਹਰੇਕ ਬੂਟੇ ਡਿੱਗੇ ਨੂੰ ਉਠਾਉਂਦਾ, ਉਹਨੂੰ ਗੋਡਦਾ, ਉਹਨੂੰ ਪਾਣੀ ਪਾਉਂਦਾ, ਅਤੇ ਇਹ ਜਿਹੜਾ ਬਾਗ ਹੈ ਉਹ ਵਾਧਾ ਫੁੱਲਦਾ। ਫੈਸਲਾ ਆਪਾਂ ਕਰਨਾ ਹੈ ਕਿ ਅਸੀਂ ਉਹ ਸਾਨ ਬਣ ਕੇ ਉਜਾੜਨਾ ਜਾਂ ਫਿਰ ਮਾਲੀ ਬਣ ਕੇ ਉਹਨੂੰ ਪਾਲਣਾ। ਫਿਲਹਾਲ ਦਿਓ ਇਜਾਜ਼ਤ ਗੁਰਪ੍ਰੀਤ ਸੰਧਾਵਾਲੀ ਨੂੰ, ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀ ਵੀ, ਤੁਹਾਡਾ ਆਪਣਾ ਤੁਹਾਡੇ ਲਈ। ਪ੍ਰਾਈਮ ਏਸ਼ੀਆ ਟੀ ਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ, ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ, ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀ ਵੀ, ਤੁਹਾਡਾ ਆਪਣਾ, ਤੁਹਾਡੇ ਲਈ।